भी हैगा, लेहा कीड़ा वो कीड़ा हैगा जेड़ा कीड़ा उन नू या पश्मीने नू, पश्मीना असी सारे जानते हैं बड़ा ही कीमती उस दे नाल वस्त्र बनते हैगे, पश्मीने नू लेहे का कीड़ा लग जाए ना तो वह टुक टुक के पश्मीने नू नाश कर देता है, उन दे वस्त्रा नू नाश कर देता है पश्मीने नू ते उन नू, उन्नू लेहा क्या जाता है, उन्नू पतंग क्या जाता है। गुरु साहब कह रहे हैं माया मोह मैल पतंग ना लागे, पाओ ओ लेहे दा कीड़ा माया दा मोह, ओ लेहे दा कीड़ा जेड़ा पतंग है ना, ए गुरु साहब उदाहरण वजो इस्तेमाल कर रहे हैं, जिस तरह लेहे दा कीड़ा पश्मीना नू टुक टुक के नाश कर देता है, ते माया दे मोह जेड़ा है ओ इस मन दे शुभ गुणा नू टुक टुक के नाश कर देता है, साडे आत्मक गुणा नू अंदरों नाश कर देता है। तो गुरु साहब समझाना कर रहे हैं माया मोह मैल पतंग ना लागे, गुरमती हर नाम भीजे है गुरु दी मत, देखो अक्खर हुण आ गया गुरु गुरमती, इक इक अक्खर गुरु साहब ने बा कमाल इस्तेमाल किया, गुरमती हर नाम भीजे है गुरु दी मत। पतंग लफ्ज नू थोड़ा जिहा खोलियो, पतंग लफ्ज जिहड़ा है ना, एक पतंग गुरु ग्रंथ साहिब विच आंदा है अंबट लई, अंबट कहंदे ने उस ओ कीड़ा कह समझ लई असी जिहड़े दीवे दी लो तो या लाइट तो प्रभावित होके उस दे वल खिचिया चला जांदा है। गुरु ग्रंथ साहिब विच पतंग उस लई भी आंदा है, पतंगे लई भी आंदा हैगा जिहड़ा दीवे दी लो दे निकट जाके सड़ जांदा हैगा, गुरु साहिब ने उस बारे भी जिक्र किया है। पर इत्थे पतंग जिहड़ा अक्षर आया है ना, लेहा नाम दा एक कीड़ा होंदा है उहनूं पतंग किया जांदा है, ਉਹ ਜਦੋਂ ਕੀੜਾ ਪਸ਼ਮੀਨੇ ਨੂੰ ਜਾਂ ਉੱਨ ਨੂੰ ਲੱਗ ਜਾਂਦਾ ਹੈਗਾ ਤੇ ਉਹ ਪੂਲ ਉੱਨ ਦੇ ਕੱਪੜਿਆਂ ਨੂੰ ਜਾਂ ਪਸ਼ਮੀਨਾ ਨੂੰ ਟੁੱਕ ਟੁੱਕ ਕੇ ਨਾਸ਼ ਕਰ ਦਿੰਦਾ ਹੈਗਾ। ਤੇ ਇੱਥੇ ਉਦਾਹਰਣ ਵਜੋਂ ਆ ਰਿਹਾ ਪਤੰਗ ਜਿਹੜਾ ਉਸ ਕੀੜੇ ਦੇ ਲਈ ਆ ਰਿਹਾ ਹੈਗਾ ਕਿ ਉਹ ਕੀੜਾ ਜਿਹੜਾ ਹੈਗਾ ਜਿਸ ਤਰ੍ਹਾਂ ਉਹਨੂੰ ਨਾਸ਼ ਕਰ ਦਿੰਦਾ ਹੈ, ਤੇ ਮਾਇਆ ਦੇ ਮੋਹ ਰੂਪ ਕੀੜਾ ਸਾਡੇ ਮਨ ਦੇ ਸ਼ੁਭ ਗੁਣਾਂ ਨੂੰ ਟੁੱਕ ਟੁੱਕ ਕੇ ਨਾਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਾਂ ਮਾਇਆ ਮੋਹ ਮੈਲ ਪਤੰਗ ਨਾ ਲਾਗੇ, ਕਿਉਂ ਨੀ ਲੱਗੇ, ਗੁਰ ਕੇ ਸ਼ਬਦ ਸਦਾ ਜਨ ਸੋਹੇ ਨਾਮ ਰਸਾਇਣ ਐ ਮਨ ਮੋਹੇ, ਪਹਿਲੇ ਦੋ ਪੰਕਤੀਆਂ ਵਿੱਚ ਜਿਹੜੇ ਨਾਮ ਦੇ ਰਸਾਇਣ ਨਾਲ ਜਿਹਨਾਂ ਦਾ ਐ ਮਨ ਮੋਹਿਆ ਜਾਂਦਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਕੀੜਾ ਨਹੀਂ ਲੱਗਦਾ, ਉਹ ਕੀੜਾ ਨਹੀਂ ਲੱਗਦਾ ਜਿਹੜੇ ਸਾਡੇ ਸ਼ੁਭ ਉਹਨਾਂ ਨੂੰ ਟੁੱਕ ਜਾਂਦਾ ਹੈਗਾ। ਗੁਰਮਤੀ ਹਰ ਨਾਮ ਭੀਜੇ ਹੈ, ਗੁਰੂ ਫਿਰ ਅੱਖਰ ਜਿਹੜਾ ਆਇਆ ਨਾ ਗੁਰਮਤੀ ਆਇਆ, ਹੁਣ ਗੁਰੂ ਦੀ ਮਤ ਕੀ ਹੈ ਅਸੀਂ ਸਮਝਣਾ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਤਾ ਇੱਕ ਓਂਕਾਰ ਤੋਂ ਹੋ ਰਹੀ ਹੈ। ਅਸੀਂ ਕਈ ਰੱਬ ਬਣਾ ਦਿੱਤੇ, ਹਜ਼ਾਰਾਂ ਲੱਖਾਂ ਰੱਬ ਅਸੀਂ ਤਿਆਰ ਕਰਕੇ ਖੜੇ ਕਰ ਦਿੱਤੇ, ਗੁਰੂ ਦੀ ਮਤ ਤੇ ਪਹਿਲੇ ਅੱਖਰ ਤੋਂ ਆਰੰਭ ਹੋ ਗਈ, ਇੱਕ ਓਂਕਾਰ ਤੋਂ ਗੁਰੂ ਦੀ ਮਤ ਆਰੰਭ ਹੋ ਗਈ। ਗੁਰੂ ਦੀ ਮਤ ਤੇ ਪੂਰੇ ਮੂਲ ਮੰਤਰ ਵਿੱਚ ਗੁਰੂ ਦੀ ਮਤ ਤੇ ਅੱਗੇ ਜਿੰਨੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਆਦ ਤੋਂ ਅੰਤ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਗੁਰੂ ਦੀ ਮਤ ਹੈਗੀ ਹੈ, ਤੇ ਗੁਰਮਤੀ ਹਰ ਨਾਮ ਭੀਜੇ, ਗੁਰੂ ਦੀ ਮਤ ਦੇ ਰਾਹੀਂ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਇਹ ਮਨ ਭਿੱਜ ਜਾਂਦਾ ਹੈਗਾ, ਇਹ ਮਨ ਜਿਹੜਾ ਹੈ ਭਤੀਜ ਜਾਂਦਾ, ਭੀਜਣ ਤੋਂ ਪਾਵੇ ਪ੍ਰਭਾਵ ਨੂੰ ਲੈ ਲੈਣਾ, ਜਿਸ ਤਰ੍ਹਾਂ ਜਲ ਦੇ ਵਿੱਚ ਕੱਪੜਾ ਪਾਈਏ ਤੇ ਉਹ ਜਲ ਨੂੰ ਸੋਕ ਲੈਂਦਾ, ਪਾਉ ਜਲ ਨੂੰ ਉਹਨੇ ਐਕਸੈਪਟ ਕਰ ਲਿਆ, ਮਨ ਦਾ ਭਿੱਜ ਜਾਣਾ ਤੋਂ ਕੀ ਪਾਵੇ, ਮਨ ਦੇ ਵਿੱਚ ਮੈਲ ਜਦੋਂ ਤੱਕ ਹੋਏ ਨਾ ਤੇ ਉਹ ਫਿਰ ਹਰੀ ਦੇ ਨਾਮ ਨੂੰ ਵੀ ਹਰੀ ਦੇ ਨਾਮ ਨੂੰ ਐਕਸੈਪਟ ਨਹੀਂ ਕਰਦਾ ਮਨ। ਪਰ ਜਦੋਂ ਇਸ ਪਦੇ ਦੇ ਵਿੱਚ ਹੀ ਅਸੀਂ ਅਗਰ ਗੱਲ ਕਰੀਏ ਗੁਰ ਕੇ ਸ਼ਬਦ ਸਦਾ ਜਨ ਸੋਹੇ ਨਾਮ ਰਸਾਇਣ ਇਹ ਮਨ ਮੋਹੇ, ਜਦੋਂ ਇਹ ਤਰੀਕੇ ਦੇ ਨਾਲ ਜਨ ਬਣ ਕੇ ਦਾਸ ਬਣ ਕੇ ਨਾਮ ਦੇ ਨਾਲ ਜੁੜਨਾ ਕਰੀਏ, ਮਾਇਆ ਮੋਹ ਮੈਲ ਪਤੰਗ ਨਾ ਲਾਗੇ, ਮਾਇਆ ਦਾ ਕੀੜਾ ਮੋਹ ਦਾ ਕੀੜਾ ਨਹੀਂ ਲੱਗਦਾ, ਗੁਰਮਤੀ ਗੁਰੂ ਦੀ ਮਤ ਲਿੱਤਿਆਂ ਇਹ ਨਾਮ ਇਹ ਨਾਮ ਗੁਰੂ ਦੀ ਮਤ ਦੇ ਰਾਹੀਂ ਨਾਮ ਨੂੰ ਹਿਰਦੇ ਵਿੱਚ ਵਸਾਇਆ ਇਹ ਮਨ ਭਿੱਜ ਜਾਂਦਾ ਹੈ, ਪਾਓ ਉਸ ਨਾਮ ਨੂੰ ਐਕਸੈਪਟ ਕਰ ਲੈਂਦਾ ਹੈਗਾ, ਮਾਇਆ ਦੀ ਮੈਲ ਨੂੰ ਮਨ ਦੇ ਵਿੱਚੋਂ ਦੂਰ ਹੋ ਜਾਂਦੀ ਹੈ ਮਾਇਆ ਦੀ ਮੈਲ, ਤੇ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਨੂੰ ਐਕਸੈਪਟ ਕਰ ਲੈਂਦਾ ਹੈਗਾ। ਜੀ ਹਰਵਿੰਦਰ ਵੀਰ ਜੀ ਠੀਕ ਹੈ ਜੀ ਬਈ, ਗੁਰੂ ਦੇ ਸ਼ਬਦ ਦੇ ਰਾਹੀਂ ਜਿਹਨਾਂ ਦਾ ਜੀਵਨ ਸ਼ੋਭਨੀਕ ਬਣ ਜਾਂਦਾ ਹੈ, ਸੋ ਹੈ ਕੁਝ ਬੰਦੇ ਹੁੰਦੇ ਨੇ ਨਾ ਜਿਹਨਾਂ ਨੂੰ ਹਰ ਥਾਂ ਤੇ ਐਕਸੈਪਟੇਬਲ ਮੰਨਿਆ ਜਾਂਦਾ ਹੈ,
ਵੀ ਉਹ ਕੁਝ ਬੰਦੇ ਹੁੰਦੇ ਨਾ ਜੋ ਹਰ ਜਗ੍ਹਾ ਤੇ ਜਾ ਕੇ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਨੇ ਉੱਥੇ ਕੋਈ ਨਾ ਕੋਈ ਉਹ ਉਦੋਂ ਉਹਨਾਂ ਨੂੰ ਕਈ ਵਾਰ ਜ਼ਬਰਦਸਤੀ ਅਸੀਂ ਕਹਿ ਲਓ ਭਾਈਚਾਰਕ ਤੌਰ ਤੇ ਬੁਲਾ ਲੈਂਦੇ ਹਾਂ ਪਰ ਅਸੀਂ ਉਹਨਾਂ ਦੇ ਆਮ ਤੇ ਖੁਸ਼ ਨਹੀਂ ਹੁੰਦੇ ਕੁਝ ਬੰਦੇ ਉਹਨਾਂ ਨੂੰ ਸ਼ੋਰ ਵੀ ਹੁੰਦੇ ਨੇ ਵੀ ਅਰਵਿੰਦ ਅੰਕਲ ਸੋਰੀ ਸੋਰੀ ਮੈਂ ਇੱਕ ਮਿੰਟ ਵਾਸਤੇ ਰੋਕ ਰਿਹਾ ਸੋਰੀ ਮੈਨੂੰ ਮੈਸੇਜ ਆ ਰਿਹਾ ਸੀ ਸਰਬਜੀਤ ਸਿੰਘ ਤੁੰਦਾ ਜੀ ਆ ਰਹੇ ਨੇ ਬਾਰ ਬਾਰ ਉਹ ਜੁਆਇਨ ਨਹੀਂ ਕਰ ਪਾ ਰਹੇ ਵੀ ਜੀ ਇਸ ਲਈ ਮੈਂ ਰੋਕਿਆ ਨਹੀਂ ਤੇ ਮੈਂ ਰੋਕਦਾ ਨਹੀਂ ਸੋਰੀ ਹਰਵਿੰਦਰ ਵੀਰ ਜੀ ਆਪ ਕੰਟੀਨਿਊ ਕਰੋ ਤੁਸੀਂ ਆਪਣੇ ਲੈਵਲ ਤੇ ਉਹਨਾਂ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰਵਾਓ ਉਹ ਜੀਵਨ ਹੁੰਦੇ ਨਾ ਵੀ ਇੱਕੋ ਭਾਈ ਗੁਰਦਾਸ ਜੀ ਦੇ ਵਾਰਾਂ ਵਿੱਚੋਂ ਇੱਕ ਰਾਇਟਿਸ ਵਿੱਚੋਂ ਇੱਕ ਆਉਂਦਾ ਬਈ ਮਹਿਮਾਨੀ ਮਹਿਮਾਨ ਉਹ ਆਇਆ ਬਈ ਉਹ ਕਹਿੰਦਾ ਦੇਸੋ ਹੁੰਦੇ ਬੰਦੇ ਨਾ ਵੀ ਉਹ ਅੱਛੇ ਬੰਦੇ ਹੁੰਦੇ ਨੇ ਬਈ ਉਹਨਾਂ ਨੂੰ ਦੇ ਆਰ ਵੈਲਕਮ ਐਟ ਆਲ ਦੀ ਪਲੇਸਿਸ ਤੇ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆ ਨਾ ਸਾਡਾ ਜੀਵਨ ਸ਼ੋਭਨੀਕ ਜੀਵਨ ਬਣ ਜਾਂਦਾ ਇੱਕ ਪ੍ਰਵਾਨ ਜੀਵਨ ਜਿਹੜਾ ਹੈ ਨਾ ਵੀ ਉਹਨੂੰ ਗੱਲ ਕਰਨ ਦਾ ਲਹਿਜ਼ਾ ਤਰੀਕਾ ਸਾਡੇ ਨਾਲ ਉਹ ਆ ਜਾਂਦਾ ਰਾਮ ਰਸਾਇਣ ਇਹ ਮਨ ਮੋਹ ਹੈ ਕੁਝ ਥਾਵਾਂ ਦੇ ਉੱਤੇ ਕਹਿੰਦੇ ਵੀ ਨਾਮ ਪਦਾਰਥ ਪਾਏ ਕੇ ਮੀਰਾ ਗਾਠ ਨਾ ਕੋਲ ਅਤੇ ਕਹਿੰਦੇ ਨਾਮ ਰਸਾਇਣ ਬੇਸਿਕਲੀ ਕੈਮੀਕਲ ਹੁੰਦੇ ਨੇ ਇਟਸ ਅ ਹਿੰਦੀ ਵਰਡ ਰਸਾਇਣ ਜਿਹੜਾ ਉਹ ਹਿੰਦੀ ਵਰਡ ਹੈ ਵੀ ਉਹਦੇ ਅੰਦਰ ਵੀ ਕਹਿੰਦੇ ਵੀ ਨਾਮ ਇਸ ਕਮੋਡਿਟੀ ਦੇ ਨਾਲ ਜਿਹੜਾ ਹੈ ਨਾ ਨਾਮ ਦਾ ਜਿਹੜੇ ਕਹਿੰਦੇ ਵੀ ਕੋਨਸਨਟ੍ਰੇਸ਼ਨ ਬਈ ਸਲਫਰਿਕ ਕੋਨਸਨਟ੍ਰੇਟ ਸਲਫਰਿਕ ਐਸਿਡ ਵੀ ਜਿਹੜਾ ਕੋਨਸਨਟ੍ਰੇਟ ਫਾਰਮ ਹੁੰਦਾ ਜਿਹੜਾ ਕੈਮੀਕਲ ਹੋ ਜਾਂਦਾ ਨਾ ਜਿਹਦੇ ਅੰਦਰ ਉਹਦਾ ਅਰਕ ਜਿੰਦਰ ਕਹਿੰਦੇ ਕਹਿੰਦੇ ਵੀ ਪਿਆ ਹੋਇਆ ਹੁੰਦਾ ਉਹਦੇ ਅੰਦਰ ਕਹਿੰਦੇ ਨਾਮ ਰਸਾਇਣ ਉਹ ਨਾਮ ਰੂਪੀ ਕਮੋਡਿਟੀ ਦੇ ਵਿੱਚ ਉਹਦਾ ਮਨ ਸਾਡਾ ਅਦਰਵਾਈਜ਼ ਮਨ ਜਿਹੜਾ ਉਹ ਸੰਸਾਰੀ ਕਹਿ ਲਓ ਨਾ ਬਈ ਉਹ ਉਹਦੇ ਨਾਲ ਮੋਇਆ ਹੋਇਆ ਸੰਸਾਰੀ ਕਹਿ ਲਓ ਬਈ ਵੀ ਵਾਂਟ ਟੂ ਇਟ ਇਜ਼ ਮੋਰ ਅਟਰੈਕਟਿਡ ਟੂਵਰਡਸ ਦਿਖਾਵੇ ਵਾਲੇ ਕੰਮ ਬਈ ਉਹ ਕੋਈ ਪਦਵੀ ਵਾਲਾ ਕੰਮ ਉਹਦੇ ਨਾਲ ਜ਼ਿਆਦਾ ਅਟਰੈਕਟਿਡ ਹੈ ਸਾਡਾ ਮਨ ਤੇ ਕਹਿੰਦੇ ਨੇ ਨਾਮ ਰਸਾਇਣ ਜਿਹੜਾ ਜਿਹੜਾ ਬੰਦਾ ਜਨ ਬਣ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਉਹਦਾ ਜੀਵਨ ਸ਼ੋਭਨੀਕ ਬਣ ਜਾਂਦਾ ਉਹਨੂੰ ਦੁਨਿਆਵੀ ਜਿਹੜੇ ਕਹਿ ਲਓ ਵੀ ਜਿਹੜੇ ਉਹ ਨਹੀਂ ਮੋਹਦੇ ਦੁਨਿਆਵੀ ਅਟਰੈਕਸ਼ਨ ਉਹਨੂੰ ਮੋਹਿਤ ਨਹੀਂ ਕਰਦੀਆਂ ਨਾਮ ਵਾਲੀ ਜਿਹੜੀ ਗੱਲ ਜਿਹੜੀ ਹੈ ਨਾਮ ਵਾਲਾ ਪਦਾਰਥ ਜਾਂ ਨਾਮ ਵਾਲਾ ਕੈਮੀਕਲ ਜਿਹੜਾ ਹੈ ਉਹ ਉਹਦੀ ਤਰਫ਼ ਅਟਰੈਕਟਿਡ ਰਹਿੰਦਾ ਕਹਿੰਦਾ ਮਾਇਆ ਮੋਹ ਮੈਲ ਪਤੰਗ ਨਾ ਲਾਗੇ ਪਤੰਗ ਦਾ ਵੀਰ ਜੀ ਨੇ ਵੀ ਉਹ ਇੱਕ ਅਲੱਗ ਪਰਸਪੈਕਟਿਵ ਤੋਂ ਵੀ ਉਹਨਾਂ ਨੇ ਕੀਤਾ ਹੈ ਇੱਥੇ ਕਰਦੇ ਪਏ ਵੀ ਦੋਨੋਂ ਦਾ ਬੇਸਿਕ ਐਸੈਂਸ ਸੇਮ ਹੀ ਹੈ ਉਹਨੂੰ ਥੋੜੀ ਵੀ ਜਿਹੜੀ ਮਾਇਆ ਦੀ ਮੈਲ ਜਿਹੜੀ ਹੈ ਨਾ ਮਾਇਆ ਹੋਰ ਮੋਹ ਦੀ ਮੈਲ ਉਹਨੂੰ ਥੋੜੀ ਵੀ ਨਹੀਂ ਲੱਗਦੀ ਕਹਿੰਦਾ ਲਾਗੇ ਗੁਰਮਤੀ ਹਰ ਨਾਮ ਭੀਜੇ ਹੈ ਅਸੀਂ ਕਈ ਵਾਰ ਨਾ ਸਮਝੋ ਅਸੀਂ ਭੀਜੇ ਹੈ ਤੇ ਬਤੋਂ ਜੇ ਸਮੇਂ ਨਾਲ ਅਸੀਂ ਕਈ ਵਾਰ ਬਰਸਾਤ ਹੁੰਦੀ ਹੋਵੇ ਅਸੀਂ ਜੇ ਰੇਨਕੋਟ ਪਾ ਕੇ ਚਲੇ ਜਾਈਏ ਫਿਰ ਅਸੀਂ ਨਹੀਂ ਭਿੱਜਦੇ ਬਰਸਾਤ ਤੇ ਹੁੰਦੀ ਪਈ ਹੈ ਗੁਰੂ ਦੀ ਮਤ ਤੇ ਵਰਸਦੀ ਪਈ ਹੈ ਕਹਿੰਦੇ ਚਿਮਚਿਮ ਵਰਸੇ ਅੰਮ੍ਰਿਤ ਧਾਰਾ ਗੁਰਬਾਣੀ ਦੇ ਰਾਹੀਂ ਉਹ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਜਲ ਉਹਦੀ ਵਰਖਾ ਸਾਡੇ ਤੇ ਹੋ ਰਹੀ ਹੈ ਅਸੀਂ ਮਾਨੋ ਇੱਕ ਭੈੜੀ ਮਤ ਦਾ ਰੇਨਕੋਟ ਜਿਹਾ ਪਾ ਕੇ ਲੈ ਲਿੱਤਾ ਹੋਇਆ ਕਹਿੰਦਾ ਲੇਕਿਨ ਉਹ ਕਹਿੰਦਾ ਮਾਇਆ ਮੂੰਹ ਮਾਇਲ ਪਤੰਗ ਨਾ ਲਾਗੇ ਗੁਰੂ ਦੀ ਮਤ ਦੇ ਨਾਲ ਐਸੇ ਬੰਦੇ ਦਾ ਛੋਲਾ ਜਿਹੜਾ ਹੈ ਨਾ ਉਹ ਭਿੱਜ ਜਾਂਦਾ ਹੈ ਉਸ ਨਾਮ ਰੂਪੀ ਜਲ ਨੂੰ ਉਹ ਐਕਸੈਪਟ ਕਰਦਾ ਪਿਆ ਉਹਨੇ ਇੱਕ ਮਨਮੁਖਤਾਈ ਦਾ ਰੇਨਕੋਟ ਨੀ ਉਹਨੇ ਆਪਣੇ ਉੱਤੇ ਪਾ ਕੇ ਰੱਖਿਆ ਹਾਂਜੀ ਬੇਟਾ ਜੀ ਸੁਖਵਿੰਦਰ ਵੀਰ ਜੀ ਵੀਰ ਜੀ ਹਾਂਜੀ ਇਹਨਾਂ ਸ਼ਬਦਾਂ ਦੇ ਵਿੱਚ ਵੀਰ ਜੀ ਪਹਿਲੀ ਤੁਕ ਦੇ ਵਿੱਚ ਸਤਿਗੁਰੂ ਜੀ ਇੱਕ ਸ਼ਬਦ ਵੱਲ ਸਾਡਾ ਧਿਆਨ ਦਵਾ ਰਹੇ ਬਹੁਤ ਧਿਆਨ ਦੇ ਨਾਲ ਉਹ ਸ਼ਬਦ ਹੈ ਗੁਰ ਕੈ ਸ਼ਬਦ ਸਦਾ ਜਨ ਸੋ ਹੈ ਸਤਿਗੁਰੂ ਜੀ ਨੇ ਇੱਥੇ ਲਫ਼ਜ਼ ਵਰਤਿਆ ਸਦਾ ਸਦਾ ਤੋਂ ਭਾਵ ਕੀ ਹੈ ਸਦਾ ਲਫ਼ਜ਼ ਗੁਰਬਾਣੀ 'ਚ ਜਿੱਥੇ ਵੀ ਆਏਗਾ ਨਾ ਉਹਦਾ ਅਰਥ ਜ਼ਿਆਦਾਤਰ ਇਹੀ ਹੋਏਗਾ ਇਹ ਕੀ ਕਹਿੰਦੇ ਆ ਗੁਰਬਾਣੀ ਦਾ ਇਹ ਇਸ ਤੁਕ ਵਿੱਚ ਇਹ ਇੱਕ ਸਤਿਗੁਰੂ ਜੀ ਦਾ ਨਿਯਮ ਹੁਕਮ ਦੱਸ ਰਹੇ ਹੈ ਕਿ ਇਹ ਸਦਾ ਤੋਂ ਹੀ ਇਹ ਹੁਕਮ ਹੈ ਹੁਣ ਨਹੀਂ ਬਣਿਆ ਨਾ ਜਦੋਂ ਤੋਂ ਇਹ ਗ੍ਰੰਥ ਲਿਖਿਆ ਗਿਆ ਉਦੋਂ ਤੋਂ ਬਣਿਆ ਕਿਸੇ ਦੀ ਨਾ ਆਡੀਓ ਡਿਸਟਰਬੈਂਸ ਹੋ ਰਹੀ ਹੈ ਜੀ ਬੰਦ ਕਰਤੀ ਤੁਸੀਂ ਰੱਖੋ ਆਰਾਮ ਵੀਰ ਜੀ ਆਡੀਓ ਨਾ ਮਿਊਟ ਕਰ ਦੇਣਾ ਹਾਂਜੀ ਹੋ ਗਈ ਵੀਰ ਜੀ ਤੁਸੀਂ ਹਾਂਜੀ ਵੀਰ ਜੀ ਇਸ ਸ਼ਬਦ ਦੇ ਵਿੱਚ ਨਾ ਇੱਕ ਸਤਿਗੁਰੂ ਜੀ ਸਿਧਾਂਤ ਦੱਸ ਰਹੇ ਹਨ ਪੂਰੀ ਦੁਨੀਆਂ ਵਾਸਤੇ ਕਿ ਸਦਾ ਤੋਂ ਇਹ ਸਿਧਾਂਤ ਹੈ ਸਦਾ ਤੋਂ ਇਹ ਹੁਕਮ ਸਤਿਗੁਰੂ ਜੀ ਦਾ ਹੁਕਮ ਹੈ
सदा तो बिल्कुल आदि समय तो कहिंदे हुक्म है कि जेड़ा मन जेड़ा हुण जन बन के सतगुरु दी शरण विच आया गुर के शब्द विच ही ओ जन सोहेगा किथे सोहेगा जाके असीं आम तौर ते कहिंदे ने कहिंदे सतगुरु एक परमात्मा दी दरगाह विच जाके की कहिंदे आ उस दी उत्थे शोभा हुंदी है हर कै द्वारे जिहो बतीतै सो नानक आखसुन असीं समझदे आ वी इक परमात्मा दी दरगाह विच जाके ਸਾਡੇ ਉੱਥੇ ਜਾ ਕੇ ਸਾਨੂੰ ਸ਼ੋਭਾ ਮਿਲੇਗੀ ਜਾਂ ਨਹੀਂ ਮਿਲੇਗੀ ਸੌਰੀ ਵੀ ਵੀ ਜੀ ਕੁਝ ਮੈਂਬਰਸ ਨਵੇਂ ਜੁੜਦੇ ਹਨ ਉਹਨਾਂ ਨੂੰ ਕਈ ਵਾਰੀ ਸਿਸਟਮ ਨਹੀਂ ਸਮਝ ਆਉਂਦਾ ਤੁਸੀਂ ਪਲੀਜ਼ ਕੰਟੀਨਿਊ ਕਰੋ ਹੁਣ ਉਹਨਾਂ ਨੂੰ ਮਿਊਟ ਕਰਤਾ ਤਜਿੰਦਰ ਵੀ ਜੀ ਥੋੜਾ ਜਿਹਾ ਪਾਰਟਿਸਪੈਂਟ ਮਿਊਟ ਕਰੀ ਜਾਓ ਤੁਸੀਂ ਆਪਣੇ ਉਸ ਜੀ ਜੀ ਸੁਖਵਿੰਦਰ ਵੀਰ ਜੀ ਮੈਂ ਬੋਲ ਦਿੰਦਾ ਵੀਰ ਜੀ ਤੁਹਾਡੀ ਵੋਇਸ ਕ੍ਰੈਕ ਹੋ ਰਹੀ ਹਾਂਜੀ ਵੀਰ ਜੀ ਇਹਨਾਂ ਸ਼ਬਦਾਂ ਵਿੱਚ ਨਾ ਸਤਿਗੁਰੂ ਜੀ ਇੱਕ ਸਤਿਗੁਰੂ ਜੀ ਦਾ ਸਿਧਾਂਤ ਸਤਿਗੁਰੂ ਜੀ ਦਾ ਹੁਕਮ ਸਤਿਗੁਰੂ ਜੀ ਦਾ ਨਿਯਮ ਸਮਝਾ ਰਹੇ ਹਨ ਪੂਰੀ ਦੁਨੀਆਂ ਵਾਸਤੇ ਜੋ ਕਿ ਸਭ ਲਈ ਸਾਂਝਾ ਹੈ ਕਿ ਕਹਿੰਦੇ ਇਹ ਮਨ ਜੇ ਤੂੰ ਜਨ ਬਣ ਕੇ ਸ਼ਬਦ ਦੀ ਸ਼ਰਨ ਦੇ ਵਿੱਚ ਆਏਗਾ ਨਾ ਤਾਂ ਤੂੰ ਤਾਂ ਹੀ ਸੋਹੇਗਾ ਕਹਿੰਦੇ ਇਹ ਇੱਥੇ ਜਨ ਜਿਹੜਾ ਸ਼ਬਦ ਆ ਰਿਹਾ ਮਨ ਵਾਸਤੇ ਯੂਜ਼ ਆ ਰਿਹਾ ਅਗਲੀ ਤੁਕ ਵਿੱਚ ਉਸਨੂੰ ਦੱਸਿਆਗਾ ਜਿੱਥੇ ਪਿਛਲੇ ਸ਼ਬਦ ਵਿੱਚ ਦੱਸ ਰਹੇ ਗੁਰ ਕੈ ਸ਼ਬਦ ਸਦਾ ਜਨ ਸੋਹੈ ਉਹ ਕਿਹੜਾ ਜਨ ਜਿਹੜਾ ਜਨ ਅੱਗੇ ਅਗਲੀ ਤੁਕ ਵਿੱਚ ਦੱਸਦੇ ਨੇ ਨਾਮ ਰਸਾਇਣ ਇਹ ਮਨ ਮੋਹੈ ਜਿਹੜਾ ਜਨ ਉਹ ਮਨ ਨੂੰ ਹੀ ਗੁਰਬਾਣੀ ਜਨ ਆਖਦੀ ਹੈ ਕਹਿੰਦੇ ਉਹ ਜਨ ਜਿਹੜਾ ਪਹਿਲਾਂ ਹੁਣ ਪਿਛਲੀਆਂ ਤੁਕਾਂ ਵਿੱਚ ਦੋ ਤੁਕਾਂ ਪਹਿਲਾਂ ਸਤਿਗੁਰੂ ਜੀ ਦੱਸ ਰਹੇ ਸਨ ਦੂਜੇ ਲਾਗੇ ਮਨਮੁਖ ਰੋਏ ਕਹਿੰਦੇ ਨੇ ਜਿਹੜਾ ਮਨ ਦੂਜੇ ਲਾਗੇ ਭਾਵ ਗੁਰੂ ਦੀ ਮੱਤ ਤੋਂ ਉਲਟ ਕਿਸੇ ਹੋਰ ਵਿਚਾਰਾਂ ਦੇ ਪ੍ਰਭਾਵ ਹੇਠ ਆਪਣਾ ਜੀਵਨ ਬਤੀਤ ਕਰ ਰਿਹਾ ਸੀ ਕਹਿੰਦਾ ਉਹਦਾ ਜੀਵਨ ਹਾਏ ਹਾਏ ਵਿੱਚ ਰੋਂਦੇ ਰੋਂਦੇ ਭਾਵ ਵਿਕਾਰਾਂ ਦੇ ਦੁੱਖ ਵਿੱਚ ਬਤੀਤ ਹੋ ਰਿਹਾ ਸੀ ਕਹਿੰਦੇ ਨਹੀਂ ਹੁਣ ਤੁਹਾਨੂੰ ਦੱਸ ਰਹੇ ਹਾਂ ਇੱਥੇ ਸਿਧਾਂਤ ਦੱਸ ਰਿਹਾ ਸਤਿਗੁਰੂ ਜੀ ਕਿ ਮਨ ਜਿਹੜਾ ਜਨ ਬਣ ਕੇ ਜਦੋਂ ਸਤ ਸ਼ਬਦ ਦੇ ਵਿੱਚ ਹੀ ਆਏਗਾ ਤਾਂ ਉਹ ਸ਼ਬਦ ਰੂਪੀ ਦੀਵਾਨ ਵਿੱਚ ਜਨ ਨਾਨਕ ਨਾਮ ਦੀਵਾਨ ਹੈ ਹਰਤਾਨ ਸਤਾਣੇ ਰੱਬ ਦੀ ਜਿਹੜੀ ਕਚਹਿਰੀ ਰੱਬ ਦਾ ਜਿਹੜਾ ਦੀਵਾਨ ਰੱਬ ਦਾ ਜਿਹੜਾ ਦਰਬਾਰ ਗੁਰਬਾਣੀ ਨਾਮ ਨੂੰ ਆਖਦੀ ਹੈ ਗੁਰਬਾਣੀ ਦਾ ਸੱਚ ਨੂੰ ਆਖਦੀ ਹੈ ਸੱਚ ਨੂੰ ਹੀ ਗੁਰਬਾਣੀ ਉਹਦਾ ਸਭਾ ਬੋਲਦੀ ਹੈ ਸੱਚ ਨੂੰ ਹੀ ਦੀਵਾਨ ਬੋਲਦੀ ਹੈ ਕਹਿੰਦੇ ਨੇ ਜਿਹੜਾ ਮਨ ਸ਼ਬਦ ਦੀ ਸ਼ਰਨ ਦੇ ਵਿੱਚ ਆਏਗਾ ਉਹ ਸ਼ਬਦ ਦੇ ਦੀਵਾਨ ਦੇ ਵਿੱਚ ਸ਼ਬਦ ਦੀ ਕਚਹਿਰੀ ਦੇ ਵਿੱਚ ਸ਼ਬਦ ਦੇ ਦਰਬਾਰ ਦੇ ਵਿੱਚ ਨਾਮ ਦੇ ਦਰਬਾਰ ਵਿੱਚ ਉਸ ਜਨ ਦੀ ਸ਼ੋਭਾ ਹੋਵੇਗੀ ਉਹ ਜਨ ਸੋਹੇਗਾ ਕਿਉਂ ਸੋਹੇਗਾ ਕਿਉਂਕਿ ਉਹ ਮਨ ਦਾ ਮਨ ਹੁਣ ਨਾਮ ਦੇ ਰਸਾਇਣ ਵਿੱਚ ਕਿ ਨਾਮ ਹੀ ਦਰਗਾਹ ਹੈ ਨਾਮ ਹੀ ਦੀਵਾਨ ਹੈ ਨਾਮ ਹੀ ਕਚਹਿਰੀ ਹੈ ਸਤਿਗੁਰੂ ਜੀ ਦੀ ਉਸ ਦਾ ਮਨ ਹੁਣ ਉਸ ਨਾਮ ਦੇ ਵਿੱਚ ਮੋਹ ਗਿਆ ਹੈ ਉਸੀ ਨਾਮ ਨੂੰ ਰਸਾਇਣ ਵਿੱਚ ਮਨ ਮੋਹੀ ਨੂੰ ਅਗਲੀ ਤੁਕਾਂ ਵਿੱਚ ਸਤਿਗੁਰੂ ਜੀ ਦੱਸ ਰਹੇ ਹਨ ਕਿਸ ਤਰ੍ਹਾਂ ਪਤਾ ਲੱਗੇ ਕਹਿੰਦੇ ਨੇ ਗੁਰਮਤੀ ਹਰਨਾਮ ਪੀਜਾ ਹੈ ਦੁਨੀਆਂ ਦੇ ਜਿਤਨੀਆਂ ਵੀ ਕਿਤਾਬਾਂ ਹਨ ਦੁਨੀਆਂ ਦੇ ਜਿਤਨੇ ਵੀ ਗ੍ਰੰਥ ਉਹਨਾਂ ਦੇ ਵਿੱਚ ਮਤ ਹੈ ਉਹਨਾਂ ਦੇ ਵਿੱਚ ਵੀ ਨਾਮ ਮਿਲਦਾ ਹੈ ਲੇਕਿਨ ਉਹ ਗੁਰੂ ਦੀ ਮਤ ਨਹੀਂ ਗੁਰਬਾਣੀ ਇੱਥੇ ਬਹੁਤ ਗੱਲ ਦੀ ਕਹਿੰਦੇ ਨੇ ਗੁਰ ਬਿਨ ਗਿਆਨ ਉਹ ਪ੍ਰਵਾਨ ਨਹੀਂ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਓ ਜਿਸ ਵਿਚਾਰਧਾਰਾ ਦੇ ਵਿੱਚ ਸਤਿਗੁਰੂ ਦੀ ਵਿਚਾਰ ਨਹੀਂ ਹੈ ਜਿਸ ਵਿਚਾਰਧਾਰਾ ਵਿੱਚ ਗੁਰਮਤ ਦੀ ਵਿਚਾਰ ਨਹੀਂ ਹੈ ਗੁਰੂ ਦੀ ਮੱਤ ਵਾਲੇ ਨਾਮ ਦੇ ਵਿੱਚ ਜਦੋਂ ਮਨ ਭਿੱਜ ਜਾਂਦਾ ਹੈ ਜਿਸ ਨੂੰ ਸਤਿਗੁਰੂ ਜੀ ਪਿਛਲੀ ਤੁਕਾਂ ਵਿੱਚ ਬੋਲਦੇ ਸਨ ਦੂਜੇ ਲਾਗੇ ਤੋਂ ਅਸੀਂ ਜਦੋਂ ਆਪਣੇ ਮਨ ਨੂੰ ਫੇਰ ਕੇ ਸ਼ਬਦ ਵਿੱਚ ਲੈ ਕੇ ਆਉਂਦੇ ਹਾਂ ਨਾ ਜਿਸ ਨੂੰ ਉੱਪਰ ਸ਼ਬਦ ਬੋਲਿਆ ਹੈ ਉਸੀ ਨੂੰ ਥੱਲੇ ਗੁਰਮਤ ਬੋਲਿਆ ਹੈ ਗੁਰਮਤੀ ਹਰਨਾਮ ਭਿੱਜਾ ਹੈ ਜਦੋਂ ਸਾਡਾ ਮਨ ਗੁਰਮਤ ਦੇ ਨਾਮ ਵਿੱਚ ਭਾਵ ਗੁਰਮਤ ਦੀ ਸਿੱਖਿਆ ਦੇ ਵਿੱਚ ਭਿੱਜ ਜਾਂਦਾ ਹੈ ਤਾਂ ਉਹਦੀ ਨਿਸ਼ਾਨੀ ਉਹਦਾ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਸਾਡੇ ਵਿੱਚ ਹੁਣ ਸਾਡਾ ਮਨ ਨਾਮ ਦੇ ਵਿੱਚ ਭਿੱਜ ਗਿਆ ਹੈ ਉਹ ਇਸ ਤਰ੍ਹਾਂ ਪਤਾ ਲੱਗੇਗਾ ਕਿ ਸਾਡੇ ਮਨ ਦੇ ਵਿੱਚ ਹੁਣ ਮਾਇਆ ਦੀ ਜੋ ਮੋਹ ਰੂਪੀ ਮੈਲ ਸੀ ਉਹ ਬਿਲਕੁਲ ਖਤਮ ਹੋ ਜਾਏਗੀ ਸਾਡਾ ਮਨ ਦੂਜੇ ਵਿਚਾਰਧਾਰਾ ਦੇ ਪ੍ਰਭਾਵਾਂ ਤੋਂ ਬਿਲਕੁਲ ਮੁਕਤ ਹੋ ਜਾਏਗਾ ਇਹ ਮਨ ਸਤਿਗੁਰੂ ਜੀ ਵਿਚਾਰਧਾਰਾ ਦੇ ਵਿੱਚ ਮੰਨ ਜਾਏਗਾ ਜਿਸ ਨੂੰ ਗੁਰਬਾਣੀ ਆਖਦੀ ਹੈ ਉਹ ਕਬੀਰ ਮਨ ਮਾਨਿਆ ਤੋਂ ਹਰ ਜਾਣਿਆ ਮੰਨੈ ਮਾਰਗ ਠਾਕ ਨਾ ਪਾਏ ਹੁਣ ਉਹ ਸਤਿਗੁਰੂ ਦੇ ਮਾਰਗ ਤੇ ਚੱਲਣ ਕਰਕੇ ਦੁਨਿਆਵੀ ਦਾ ਮੋਹ ਤੇ ਮਾਇਆ ਰੂਪੀ ਕੋਈ ਵੀ ਬੰਧਨ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ ਪਾ ਸਕਦਾ ਹਾਂਜੀ ਵੀ ਜੀ ਸਰਬਜੀਤ ਸਿੰਘ ਧੁੰਦਲ ਜੀ ਸਾਡੇ ਨਾਲ ਜੁਆਇਨ ਹੋ ਗਏ ਨੇ ਉਹਨਾਂ ਨੂੰ ਬੇਨਤੀ ਹੈ ਆਪਣੀ ਲੈਫਟ ਸਾਈਡ ਸਕਰੀਨ ਤੇ ਮਿਊਟ ਦਾ ਬਟਨ ਆਫ ਕਰਕੇ ਆਪਣੀ ਵਿਚਾਰ ਦੇਣ ਜੀ ਜੀ ਆਇਆਂ ਨੂੰ ਜੀ ਸਰਬਜੀਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਆਵਾਜ਼ ਨਹੀਂ ਆ ਰਹੀ ਵੀਰ ਜੀ ਸਰਬਜੀਤ ਸਿੰਘ ਧੁੰਦਲ ਵੀਰ ਜੀ ਆਪਣੀ ਲੈਫਟ ਸਾਈਡ ਸਕਰੀਨ ਦੇ ਥੱਲੇ ਨਾ ਮਿਊਟ ਦਾ ਬਟਨ ਹੈਗਾ
स्क्रीन नू उंगल टच करोगे ना किधरे भी ते नीचे सारी और डिटेल आ जाएगी उधर बटन नू तुसी ऑन कर जी आ गए आ गए जी हां जी गुरु जी वाहेगुरु जी का खालसा वाहेगुरु जी की फतेह जी वाहेगुरु जी की फतेह हां जी जी मेरी तुहाडे नाल गल हो रही सी कि असि ना आप संथिया दी क्लास लाउने आ लगभग 11 तो लेके 1 बजे तक ते मैं अज असि मैं थोड़ा टाइम दे पावांगा ते कल तो कोशिश करांगे वी असि अपनी क्लास दा जिहड़ा टाइम ओ चेंज कर सकीए ते तुसी बहुत वधिया उपराला कर रहे जी मैं सुन रहा तुहाडे सारे विचार ते लॉकडाउन दे विच घर च बैठ के दा सारे वीर तुसी वधिया उपराला कर रहे जे कि गुरबाणी दी विचार जिहड़ी आ ओह सारयां तक पहुंच सके बहुत वधिया तुसी उपराला कर रहे मैं कोशिश करांगा भी कल नूं तुहाडे नाल जिहड़ा वध तों वध टाइम जिहड़ा वा ओह सांझा कर सकां विचारां दा क्योंकि अज ते मैं ज्यादा सुन नहीं पाया कि हुणे मैं जे तुहाडे इस ग्रुप नूं ज्वाइन कीता जी थोड़ी जी विचार वी जी इह शब्द पहली स्क्रीन दे फर्स्ट साइड ते शब्द आ रहा है उस ते थोड़ी जी विचार दिओ वी जी अजे तक वीर जी एक एक बंद करके पाठ करी दे अजे पहले बंद का पाठ होया जिन्ने जिन्ने बंद हो पाएंगे ओके नहीं हुण हुण चक्कर है ना भी ए शब्द विच रहाउ दा बंद केड़ा आया सी जेड़ा तुसीं पहला विचार कर चुके हो क्योंकि मैं ते हुणे आया जी हां जी ए 16 पदियां दे शब्द हन वीर जी मारू राग दे विच एदे विच रहाउ दा बंद एदे विच रहाउ दा बंद नहीं आया कोई भी सोलियां विच रहाउ दे बंद नहीं है ते दर्ज है ठीक है जी वीर जी हां गुरु के शब्द सदा मन सो है नाम रसायण ए मन मोह है जेड़े तुसी इहदे थले अर्थ दित्ते हो ए प्रोफेसर साहिब सिंह वाले आ के जां हरवे सिंह वाले आ जी ए साहिब सिंह वाले ने दर्पण वाले ने विजय दर्पण वाले ठीक है हां जी विजय बोलो जी जी तुसी विचार दियो असि ए अर्थ पढ़ के विचारा नहीं देंदे अपनी तुसी विजय अपने हिसाब नाल विचार दियो विजय विजय मेरी मेरी बेनती है भी ਕਿਸੇ ਵੀ ਸ਼ਬਦ ਨੂੰ ਜਦੋਂ ਵਿਚਾਰਨਾ ਅਸੀਂ ਪਹਿਲਾਂ ਆਪਾਂ ਮੁਕੰਮਲ ਸ਼ਬਦ ਵੇਖਦੇ ਜਿਹਨਾਂ ਸ਼ਬਦਾਂ ਦੇ ਵਿੱਚ ਰਹਾਉ ਦਾ ਬੰਦ ਨਹੀਂ ਆਉਂਦਾ ਜਿਵੇਂ ਕਿ ਆਪਾਂ ਭਾਂਡਾ ਧੋਏ ਬੈਸ ਧੂਪ ਦੇਵੋ ਸ਼ਬਦ ਆਉਂਦਾ ਜਿਵੇਂ ਭਾਂਡਾ ਅਸ਼ਾ ਸੋਏ ਜੋਤ ਸੁਭਾਵ ਸੀ ਪਿੱਛੇ ਸ਼ਬਦ ਤੁਸੀਂ ਕਰ ਚੁੱਕੇ ਹੋਗੇ ਮੈਨੂੰ ਨਹੀਂ ਪਤਾ ਤੁਸੀਂ ਹੁਣ ਕਿੰਨੇ ਅੰਕ ਤੇ ਜੇ ਹੁਣ ਉਹਨਾਂ ਸ਼ਬਦਾਂ ਵਿੱਚ ਰਹਾਉ ਦਾ ਬੰਦ ਨਹੀਂ ਆਉਂਦਾ ਜਿਹਨਾਂ ਸ਼ਬਦਾਂ ਵਿੱਚ ਰਹਾਉ ਦਾ ਬੰਦ ਨਹੀਂ ਆਉਂਦਾ ਉਹਨਾਂ ਸ਼ਬਦਾਂ ਨੂੰ ਵਿਚਾਰਨ ਦਾ ਤਰੀਕਾ ਹੋਰ ਆ ਜਿਹਨਾਂ ਸ਼ਬਦਾਂ ਵਿੱਚ ਰਹਾਉ ਦਾ ਬੰਦ ਆਉਂਦਾ ਵਾ ਉਹਨਾਂ ਸ਼ਬਦਾਂ ਨੂੰ ਵਿਚਾਰਨ ਦਾ ਤਰੀਕਾ ਹੋਰ ਵਾ ਇਹ ਸ਼ਬਦ ਸਕਰੀਨ ਤੇ ਦਿਸ ਰਿਹਾ ਵਾ ਹੁਣ ਇਹ ਚ ਗੱਲ ਆ ਰਹੀ ਹੈ ਵੀ ਗੁਰ ਕੈ ਸ਼ਬਦ ਸਦਾ ਮਨ ਜਨ ਸੋ ਹੈ ਵੀ ਗੁਰੂ ਦੇ ਸ਼ਬਦ ਦੁਆਰਾ ਜਿਹੜਾ ਜਨਮ ਆ ਉਹ ਸੋਹਣਾ ਬਣਦਾ ਵਾ ਠੀਕ ਹੈ ਤੇ ਜਿੰਨੀ ਕੁ ਮੈਂ ਵਿਚਾਰ ਸੁਣੀ ਹੁਣ ਤੁਹਾਡੀ ਕਿ ਆਪਾਂ ਇੱਥੇ ਮਨ ਦੀ ਗੱਲ ਕਰ ਰਹੇ ਹਾਂ ਕਿਉਂਕਿ ਇਹਦੇ ਚ ਕੋਈ ਸ਼ੱਕ ਨਹੀਂ ਆ ਕਿ ਜਦੋਂ ਕਿਸੇ ਜੀਵ ਨੂੰ ਸਮਝਾਇਆ ਗਿਆ ਥਰੂ ਮਨ ਸਮਝਾਇਆ ਗਿਆ ਕਿਉਂਕਿ ਮਨ ਤੋਂ ਹੀ ਆਪਾਂ ਮਨੁੱਖ ਦੀ ਗੱਲ ਕਰਦੇ ਹਾਂ ਜਿਸ ਮਨੁੱਖ ਦੇ ਕੋਲ ਮਨ ਵਾ ਮਨ ਵਿਚਾਰਾਂ ਦਾ ਸੰਗ੍ਰਹਿ ਆ ਮਨ ਨਹੀਂ ਚੰਗਾ ਬਣਨਾ ਤੇ ਮਨ ਨਹੀਂ ਮਾੜਾ ਬਣਨਾ ਜਿਵੇਂ ਆਪਾਂ ਗੁਰੂ ਦਾ ਸ਼ਬਦ ਪੜ੍ਹਦੇ ਹਾਂ ਵੀ ਗੁਰ ਕੈ ਸ਼ਬਦ ਬਣਾਵੋ ਇਹ ਮਨ ਗੁਰੂ ਦੇ ਸ਼ਬਦ ਦੁਆਰਾ ਹੀ ਅਸੀਂ ਆਪਣੇ ਮਨ ਨੂੰ ਤਿਆਰ ਕਰਨਾ ਜਿਵੇਂ ਕਹਿ ਲਓ ਮਨ ਨੂੰ ਆਪਣੇ ਨੂੰ ਘੜਨਾ ਵਾ ਗੁਰ ਕਾ ਦਰਸ਼ਨ ਸੰਚੋ ਹਰ ਧਨ ਹੁਣ ਆਪਾਂ ਜਦੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਇੱਥੇ ਜਿਹੜੀ ਗੱਲ ਕਰ ਰਹੇ ਆ ਮਨ ਦੀ ਤੇ ਮਨ ਦੇ ਕਈ ਰੂਪ ਵਾ ਹੁਣ ਜਿਵੇਂ ਆਪਾਂ ਗੁਰੂ ਰਾਮਦਾਸ ਜੀ ਦਾ ਬਚਨ ਪੜ੍ਹਦੇ ਹਾਂ ਉਹ ਚ ਗੁਰੂ ਸਾਹਿਬ ਜੀ ਗੱਲ ਸਮਝਾਉਂਦੇ ਆ ਵੀ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ ਜਿਵੇਂ ਇੱਕੋ ਆਟਾ ਵਾ ਉਹਦੇ ਵੱਖ ਵੱਖ ਅਸੀਂ ਪਦਾਰਥ ਤਿਆਰ ਕਰਦੇ ਹਾਂ ਤੁਸੀਂ ਉਹਦੇ ਬਿਸਕੁਟ ਬਣਾ ਲਓ ਤੁਸੀਂ ਉਹਦੀ ਰੋਟੀ ਬਣਾ ਲਓ ਤੁਸੀਂ ਉਹਦਾ ਜਿਹੜਾ ਮਰਜ਼ੀ ਪਦਾਰਥ ਬਣਾ ਲਓ ਏਦਾਂ ਹੀ ਮਨ ਵਾ ਇਹਦੇ ਰੂਪ ਅਲੱਗ ਅਲੱਗ ਵਾ ਇੱਥੇ ਗੁਰੂ ਸਾਹਿਬ ਜਿਹੜੀ ਗੱਲ ਮੈਨੂੰ ਸਮਝ ਆ ਰਹੀ ਹੈ ਜਿੰਨੀ ਕੁ ਮੈਂ ਮੇਰੇ ਸਾਹਮਣੇ ਬੰਦ ਦਿਸ ਰਿਹਾ ਵਾ ਗੁਰਦੇਵ ਜੀ ਕਹਿੰਦੇ ਆ ਵੀ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਦੁਆਰਾ ਸਦਾ ਜਨ ਸੋ ਹੈ ਸਦਾ ਹੀ ਇਹ ਮਨ ਸੋਹਣਾ ਬਣਦਾ ਵਾ ਕਿਉਂਕਿ ਜਿਹਦਾ ਮਨ ਖੂਬਸੂਰਤ ਆ ਉਹਦਾ ਤਨ ਵੀ ਖੂਬਸੂਰਤ ਵਾ ਤੇ ਨਾਮ ਰਸਾਇਣ ਇਹ ਮਨ ਮੋਹ ਹੈ ਉਹ ਨਾਮ ਦਾ ਰਸ ਪੀਂਦਾ ਜਾਣੀ ਕਿ ਉਹ ਮਨ ਸੱਚ ਨਾਲ ਜੁੜਦਾ ਵਾ ਤੇ ਸਦਾ ਸੱਚ ਵਿੱਚ ਮਸਤ ਰਹਿੰਦਾ ਵਾ ਤੇ ਮਾਇਆ ਮੋਹ ਮੈਲ ਪਤੰਗ ਨਾ ਲੱਗੇ ਫਿਰ ਐਸੇ ਮਨ ਨੂੰ ਵਿਸ਼ਿਆਂ ਵਿਕਾਰਾਂ ਦੀ ਮੈਲ ਜਿਹੜੀ ਆ ਬਿਲਕੁਲ ਨਹੀਂ ਲੱਗਦੀ ਤੇ ਗੁਰਮਤੀ ਹਰ ਨਾਮ ਭੀਜੇ ਰੇ ਵੀ ਉਹ ਫਿਰ ਗੁਰੂ ਦੀ ਮਤ ਵਿੱਚ ਜੁੜ ਕੇ ਗੁਰੂ ਦੀ ਸਿੱਖਿਆ ਵਿੱਚ ਜੁੜ ਕੇ ਸਦਾ ਹੀ ਸੱਚ ਵਿੱਚ ਇੱਕਮਿਕ ਰਹਿੰਦਾ ਹੈ
विचार चलती आ रही उस जज की गल समझ आ पर जिन्नी पंक्तियां मेरे सामने दिस रही स्क्रीन ते उन्नियां ते मैं जिहड़ी गल जिन्नी क मैनूं समझ आ रही ओही होई है जी। हांजी अपने पार्ट बारे आप जी नूं समझा दस्सना कर दिया जिहदे नाल आप जी एडजस्ट कर पाओ ਜੁੜਨ ਕਰਕੇ एक घंटा वीर जी असी पाठ करते हैं बाद सवाल जवाब का सैशन शुरू होता है लगभग साढ़े दस तो साढ़े ग्यारह पौने बारह बारह बजे तक साढ़ा पाठ चलता है पाठ के विचार चलते हैं उसके बाद बारह तो एक बजे तक साड़ी प्रश्न उत्तर चलता है गुरमत के सवाल जवाब चलते हैं कोई भी किधरों भी कोई भी सवाल पूछ सकते हैं संगत जी जुड़ी है फिर सवाल पूछते हैं गुरमत के आधार से फिर बाकी वीर जवाब देते हैं जेडे साढ़े नाल जुड़े है लगभग साढ़े दस तो एक बजे का समा रहा है अगर आप जी अगो समा दे पाओगे तो बहुत सानू भी बड़ी खुशी होगी मैं भी जी पूरी कोशिश करा अज जो सिंह क्लास ला रहे हैं तो मैं समा चेंज कर सकता क्योंकि असं भी सेम यही काम कर रहे हैं जी लड़ीवार गुरबाणी की विचार शुरू की अरसा साहब तो मैं उस सिंह कर दा विचार जी जो टाइम चेंज कर सकता तो फिर मैं कल तो तुम टाइम देवगा जी बहुत खुशी हुई आप जी नाल आप जी सुन के भी कह लो जितना टाइम पास सको बेनिफिशियल बहुत लाभदायक जरूर जी हाँ जरूर जी जरूर जी जरूर जी पूना पूना जदों आए सी ते आप जी इथे साडे घर ही रुके सी थोड़ा बहुत याद होवे आप नूं ते ठीक है जी हाँ जी हाँ जी बिल्कुल जी पूना एक बार आए सी ना आप जी हाँ जी हाँ जी एक बार आए जी हाँ जी हाँ जी हाँ जी हाँ जी हाँ जी हाँ जी तो रुके सी साडे घर ही रुके सी इथे ठीक है जी ठीक है जी ठीक है जी ठीक है हाँ जी बहुत खुशी हुई जी मैनूं बहुत वधिया तुहाडा उपराला जी सारिआं दा सुखिंदर भी जी एक मिनट तुसी विचार वाई खालसा वाई गुरु जी की फतेह वीर जी हाँ जी वीर जी जरूर करना टाइम साडे सारेयां वास्ते जितना हो सके जरूर जी वीर जी हाँ जी जरूर करना वीर जी जरूर जी जरूर जी हाँ जी असि भी सिखांगे तुहाडे तो हाँ जरूर वीर जी कोई नहीं मैं पूरी कोशिश करांगा जी हम कड्डांगा ओके ओके वीर जी वाई खालसा ओके वीर जी वाई खालसा वाई फतेह सतबीर वीर जी तुसी आराम करियो सबना विच वरतै इक सोई गुर प्रसादी प्रगट होई हौ मैं मार सदा सुख पाया नाए साचे अमृत पीजै हे सबना विच वरतै इक सोई सब में जोत जोत है सोई तिसदे चानण सब में चानण होए सबना विच वरतै एक सोई सारियां विच परमात्मा इको परमात्मा आप ही वरत रहा है गुर प्रसाद दी प्रगट होई हुण असीं ध्यान देईए कि सबना विच परमात्मा वरत ते रहा है पर सानू दिस नहीं रहा सानू नजर नहीं आ रहा वरत ते रहा सारियां विच सारियां दे विच वरतन तो भाव है कि मेरे विच भी है ते तुहाडे विच भी है मेरे विच भी मौजूद है ते तुहाडे विच भी मौजूद है ना मैनू तुहाडे विच नजर आ रहा ते ना अपने विच नजर आ रहा तुहाडे विच वी मैनू हिंदू मुसलमान उच्ची जात नीवी जात अमीर गरीब क्योंकि अइयो चीजां जिस जिस तरीके दे नाल असीं दूजे नाल मिलदे आ ना
या किसी नूं हिंदू मिल सोच के मिलते हैं या मुसलमान सोच के मिलते हैं, साड़ी सारिया नाल मिलन दा तरीका बदल जाता है। उच्ची जात वाले नाल असी वक्रे तरीके नाल मिलते हैं, अमीर नाल वक्रे तरीके नाल मिलते हैं, उच्चे ओहदे वाले नाल वक्रे तरीके नाल मिलते हैं, नीवे ओहदे वाले नाल नीवी जात वाले नाल असी किसी होर तरीके दे नाल मिलते हैं। ते सारिया विचों परमात्मा वरत रहा पर साडी सांझ नहीं बन पा रही। और गुरु साहब कह रहे सबना विच वरते इक सोई गुर प्रसादी प्रगट हुई। गुरु दी ओट लीती नहीं, गुरु दी कृपा ते वरस रही हैगी है। गुरु दा चानण ते हर पासा वरसिया होया है। जिस तरह सूरज अगर चढ़िया होए असी अपने मकान दे अपने कमरे दे दरवाजे खिड़कियां बंद कर दिए ते कई अनेरा है, अनेरा है, सानू ते दिख नहीं रहा। ते भुल साडी अपनी हैगी है, गुर प्रसादी गुरु दा ओट लीता नहीं ते गुरु दी कृपा दे राही प्रगट हुई। प्रगट हुई तो पावे प्रगट अक्कर नूं भी समझना करिए ना, प्रगट हो जाना ओ परमात्मा प्रतक दिस पैना। सुन वड्डा आखे सब कोए, सुन सुन के तो वड्डा सारे ही कह रहे हैं। सुनन तो की पावे, सुनिया जानकारी हासिल होती है। जानकारी साढ़े सारे कोल है, जानकारी संसार दे सारे बंदियां कोल हैगा, लेकिन केवट वड्डा डीठा होवे, डीठा तो पावे देख लेना किन्ना वड्डा है। ओ गुरु दी बाणी नाल जुड़िया ही अंदर दी मन दी अवस्था बदलदी है। पिछले पदे विच वी पाठ कीता है ना, माया मोह मैल पतंग ना लागे। ऐ जिहड़ी माया ते मोह दी मैल जिहड़ी लगी हुई है ना सानू, ऐ जिहड़ा कीला साडे आत्मक जीवन नूं टुक्की जा रहा है, ऐ परमात्मा नाल सांझ नहीं बनन दे रहा। गुरु साहब उही कह रहे गुर प्रसादी प्रगट होई, बिल्कुल प्रतक देख लेना उस परमात्मा नाल सांझ बन जानी। मन दी अवस्था जदों निवाण तो उपर वल उठ जांदी हैगी है तां परमात्मा नाल सांझ बन जांदी हैगी है। जदों तक साडी सुरत माया वल जुड़ी रहिंदी है परमात्मा नाल सांझ नहीं बन पाउंदी। जदों तक साडी सुरत केवल शब्द दे अर्थां तक सूरत जुड़ी रहिंदी है परमात्मा नाल सांझ नहीं बन पाती। शब्द दे अर्थां तक भी असी पहुंच जाइए ते अवस्था केड़ी बनती है। सुन वड्डा आखे सब कोई कि सुन लिया है, गुरु कोलो सुन लिया है ते मन लिया है कि परमात्मा वड्डा है, पर अजे तक प्रतक दर्शन नहीं होए। प्रतक दर्शन किस तरह होणगे, जदों गुरु की गल नूं सुन के गुरु की गल नूं मनण विच लिया है। जदों गुरु की दसी राह दे उत्ते टुरना शुरू किया तां मनो प्रगट होई, गुर प्रसादी प्रगट हुई तां परमात्मा दे नाल सांझ बन गई। परमात्मा जिहड़े अंग संग वसदा परमात्मा, मेरे विच वसदा परमात्मा, तुहाडे विच वसदा परमात्मा दिसण लग पिया। हिंदू मुसलमान उच्ची जात नीवी जात तो उपराम होके सुरत जत बनी तां जिहड़ी है गुर प्रसादी प्रगट हुई तां परमात्मा नाल सांझ बनी। हउमे मार सदा सुख पाया, हउमे नूं नाश करके सदा सुख पाया, आत्मक आनंद पा लिया। जिस तरह वीर जी सदा दा अर्थ भी समझाना कर रहे हैं, सदीव तो यह नियम है कि हउमे नूं मार के आत्मक आनंद इस तरीके दे नाल प्राप्त होंदा है। और इनू अगर इस तरीके नाल भी बन समझ लईए कि सदीव दा आनंद जिहड़ा है हउमे नूं नाश कीतिया जिहड़ा हैगा सदीव दे आनंद की प्राप्ति हुई। नाए साचे अमृत पीजे है, नाए साचे नाए जिहड़ा है नाम करके आया। नाए जदों तीरथ इशनान या इशनान का जिक्र आंदा तो उच्चारण भी नाए हो जाता है, अर्थ भी नहाउण का जिक्र आंदा, पर इत्थे नाम करके वडियाई करके आया है। नाए साचे उस साचे दे नाम दे राही जुड़िया, गुरु की बाणी नाल जुड़िया, गुरु की बाणी रूप अमृत पीजे है। गुरु दी बाणी रूप अमृत पीतिया हउमे नूं मार के सदीव दा सुख प्राप्त होंदा है। अमृत पहला भी सांझ बन चुकी है। अमृत असीं दुनियावी अमृत उन्नू कहंदे आ जिस दे नाल शरीरिक मौत ना होए। अमृत अमृत तो पावे नाम रस नूं पीतिया, नाम अमृत नूं पीतिया आत्मक मौत नहीं होंदी। ते भी गुरु साहब समझाना कर रहे हैं अमृत पीजे है। जी अरविंदर वीर जी, ये भी सबना में सबना विच वरते हैं। वो परमात्मा जोत स्वरूप होके
जो परमात्मा है जिदे विच साडा ओड़ा ना है मानस ना है देओ ना है जति कहावे से हो ना है जो कि ना अवधूता ना इस माए ना कहूं पूता भी परमात्मा की जोत जड़ी है ना परमात्मा की जोत रूपी सता जो जब तक ना जब लोग जोत काया में बरता है जब तक वो सारिया विच जब तक जे वो सता नहीं है साडे विच ते कोई जीवन बरकरार नहीं रह सकता वो जीवन ते उस जी सता है ना वो सारिया विच सबना में वरता है और इको एक परमात्मा सारिया विच वरत रहा है कहते हैं एक दुनिया वो जो कहती दसो रब कित वे रब नू देखिया किसी ने तो जो गुरु है वह कहना भी कहना हर बिन है कोई कहां बताओ रब तो अलावा भी कुछ कोई कोई होर चीज होंगी है सब गोविंद है गोविंद बिन नहीं कोय लेकिन कहते गुरु के शब्द गुरु का प्रसाद की है गुरु को मिलन वाला ज्ञान गुरु के ज्ञान के राही जो है ना कहते फिर कहते जल थल मैयल गुप्तो वरते गुर शब्दी देख निहारी जियो रब थां रब के हर थां से वरतदा ही पै कहते गुर शब्दी गोविंद गजया गुरु के शब्द के राही वह परमात्मा जरा सानू अदरवे जी दुनिया कहती भी कि नजर नहीं आ रहा वह कहते भी तेन हर पास परमात्मा जरा है ना वो तेन नजर आना शुरू हो जाएगा मैं मार सदा सुख पाया जिस बंदे ने अपने मन की मत न मार दिता जो कहता सी कि जो मेरे मेरे हिसाब न सब कुछ मैं मेरे हिसाब न ठीक है उन्हें अपने कपाट बंद कर लेते जिन्हें गुरु को जीवन की अगवाई लैनी बंद कर दी होमे नु जिस बंदे ने मार लिता कहता जीवन फिर सदा सुखी जीवन हो जाएगा जिन्हों दूजे वो कहते बेगमपुरा शहर को ना बिच जीवन दुख हों नहीं तथा कहते होमे मार सदा सुख पाया ना ही सच है सच्चे परमात्मा के नाम च जुड़ के असी अमृत अमृत के आखिरी अर्थ भी जो ही ने कि बी जो कभी मरदा नहीं अमृत पी लिता जिदे आत्मक रबी सिद्धांतों के नाल जानकारी पा लीती रबी उस सिद्धांतों अपने जीवन में असी वसा लिता जिन्हों के कारण साड़ी आत्मक मौत जी है ना वह अंतकाल जो लड़किया सिमर ऐसी चिंता में जे मरे लेकिन जे सिद्धांत समझ आ गया भी सिद्धांत साढ़े हिरदे पकड़ बह गई कि नहीं मैं यह काम नहीं करना जिसने वह कहना ना साचे वह अमृत पी लेगा फिर उसकी आत्मक मौत नहीं होगी वह जिंदगी कोई भी काम करने लगे गुरु के शब्द की अगवाई लेगा कि मैं यह वाला सिमरन हमेशा और यह वाला सिमरन नहीं छुटेगा वह तेन कुछ बोलना है कबीर साहब का शब्द कहना सुपने हूं बड़ाए के जय मुख निकसे राम और सुपने भी सिमरन कोई भी घंटे दो घंटे करने वाली चीज नहीं है अपनी जिंदगी के हर क्रिया गुरु की अगवाई जी ना लोग मंग लवे भी मैं यह काम करा या यह काम करा गुरु को सही सही अगवाई जी देगा ता कि आत्मक मौत जी है ना वो फिर नहीं होगी। हाँ जी भाई जी सुखविंदर वीर जी हाँ जी वीर जी इत जी तुक आ रही है ना अकेले इस पदे की अकेली तुक है भी ना ये सच है अमृत पीजा है आप पहला थोड़ा जे इस गुरबाणी के मुताबिक यह गल कर लिए कि अमृत गुरबाणी आखदी किसनू ते अमृत पींदा भी कौन है गुरबाणी अमृत गुरबाणी नू बाणी नू ही अमृत आखदी है अमृत बाणी हर हर तेरी सुन सुन होवै परम गत मेरी गुर का शब्द अमृत है नाम नू भी अमृत बोलती है हर नाम जल अमृत अपर अपारा गुरबाणी नाम नू ही अमृत बोलती है शब्द नू ही अमृत बोलती है अते बाणी नू ही अमृत बोलती है तिन्हां दे पावर इको ही हन और अमृत पीजा कौन है गुरबाणी सतगुरु जी दे विच आसा दी वार विच तुक आंदी है जिन्हां गुरबाणी मन पाईआ अमृत छक छके सतगुरु जी दी बाणी सतगुरु जी दा शब्द सतगुरु जी दा नाम अमृत है लेकिन साढ़े मन नूं उह पा नहीं रहा पिछले तुकां दे विच जिहड़े पिछले पदे विच विचार होए सी उहदे विच सतगुरु जी विचार करदे सी कहिंदे नहीं हुण जिस मन नूं अमृत पा रहा ना बाणी पा रही है जिस मन जिहड़ा मन हुण गुरु दे शब्द विच आ रहा जिहड़े मन हुण गुरु दी मत विच और हरि दे नाम विच भिज गया है कहिंदे हुण नहीं इह इत्थे उस मन दी विचार हो रही है जिस मन दे विच गुरसाखी जोत प्रगट हो चुकी है गुरु की सिक्ख्या रूपी जोत हरेक दे अंदर है सबना विच वरता एक सोई हरेक दे अंदर नाम तेरे की जोत लगाई नाम की जोत है ते जेड़ा मन अपने अंदर नाम की जोत जगा लैंदा है भाव सतगुरु के शब्द की विचार से अपना मन मना लैंदा है अपने मन विच उस सतगुरु की सिक्ख्या नू वसा लैंदा है सतगुरु की सिक्ख्या दे विच उसका मन भिज जाता है उसनू कहिंदे उस मन दे विच सतगुरु जी दी गुरसाखी जोत प्रगट होए उस दे अंदर गुरु की सिक्ख्या रूपी जोत प्रगट हो जाती है गुरु जी की सिक्ख्या रूपी प्रगट होने का
ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਵੀ ਗੁਰੂ ਦੀ ਸਿੱਖਿਆ ਰੂਪੀ ਜੋਤ ਪ੍ਰਗਟ ਹੋਈ ਹੈ, ਉਸਨੂੰ ਅਗਲੀ ਤੁਕਾਂ 'ਚ ਖੋਲ ਕੇ ਦੱਸ ਰਹੇ ਹਨ ਕਿ ਉਸ ਬੰਦੇ ਦੇ ਅੰਦਰ ਹਉਮੈ ਮਰ ਜਾਏਗੀ। ਹਉਮੈ ਮਰਨ ਦਾ ਭਾਵ ਜਿਹੜੀ ਨਾਮ ਤੋਂ ਉਲਟ ਹਉਮੈ ਹੈ ਨਾ, ਨਾਮ ਤੇ ਹਉਮੈ ਨਾਵ ਹੈ ਨਾਲ ਵਿਰੋਧ ਹੈ। ਨਾਮ ਹੈ ਗੁਰੂ ਦੀ ਮਤ, ਨਾਮ ਹੈ ਸਤਿਗੁਰੂ ਜੀ ਦੀ ਬਾਣੀ, ਨਾਮ ਹੈ ਸਤਿਗੁਰੂ ਜੀ ਦਾ ਸ਼ਬਦ, ਤੇ ਹਉਮੈ ਇਸ ਤੋਂ ਬਿਲਕੁਲ ਉਲਟ। ਸਤਿਗੁਰੂ ਦੇ ਸ਼ਬਦ ਤੋਂ ਇਲਾਵਾ ਹੋਰ ਸ਼ਬਦ, ਦੁਨਿਆਵੀ ਸ਼ਬਦ, ਸਤਿਗੁਰੂ ਜੀ ਦੀ ਮਤ ਤੋਂ ਇਲਾਵਾ ਦੁਨੀਆਂ ਦੀ ਮਤ, ਸਤਿਗੁਰੂ ਜੀ ਦੀ ਬਾਣੀ ਤੋਂ ਇਲਾਵਾ ਕੱਚੀ ਬਾਣੀ ਨੂੰ ਗੁਰੂ ਸਾਹਿਬ ਹਉਮੈ ਆਖ ਰਹੇ ਹਨ। ਹਉਮੈ ਉਹਦੇ ਅੰਦਰੋਂ ਮਰ ਜਾਏਗੀ, ਉਹਦੇ ਮਨ ਦੇ ਵਿੱਚ ਕੇਵਲ ਤੇ ਕੇਵਲ ਸਤਿਗੁਰੂ ਜੀ ਦੀ ਬਾਣੀ ਦਾ ਨਿਵਾਸ ਹੋਏਗਾ, ਸਤਿਗੁਰੂ ਦੀ ਬਾਣੀ ਰੂਪੀ ਜੋਤ ਉਹਦੇ ਅੰਦਰ ਪ੍ਰਗਟ ਹੋ ਜਾਏਗੀ, ਉਹਦੇ ਅੰਦਰ ਕੇਵਲ ਸਤਿਗੁਰੂ ਦੀ ਸਿੱਖਿਆ ਹੀ ਪ੍ਰਗਟ ਹੋ ਜਾਏਗੀ। ਉਹ ਫਿਰ ਉਸ ਤੋਂ ਬਾਅਦ ਉਹ ਕਰੇਗਾ ਕੀ? ਕੱਲ ਵੀ ਇੱਕ ਕੁਸਚਨ ਆਇਆ ਸੀ ਕਿ ਉਸ ਤੋਂ ਬਾਅਦ ਅਸੀਂ ਕਰਨਾ ਕੀ ਹੁੰਦਾ। ਉਸ ਤੋਂ ਬਾਅਦ ਉਹ ਕਹਿੰਦੇ ਬਸ ਹੁਣ ਉਹ ਨਾਏ ਸੱਚੇ ਵਿੱਚ ਜੁੜ ਜਾਏਗਾ, ਪਰ ਅੰਮ੍ਰਿਤ ਪੀਂਦਾ ਰਹੇਗਾ, ਕਦੇ ਵੀ ਅੰਮ੍ਰਿਤ ਨੂੰ ਪੀਣਾ ਛੋੜੇਗਾ ਨੀ। ਭਾਵ ਹੁਣ ਉਹ ਆਪਣਾ 24 ਘੰਟੇ ਆਪਣੇ ਮਨ ਦਾ ਸੁਰਤ ਦਾ ਧਿਆਨ ਸਤਿਗੁਰੂ ਦੀ ਸਿੱਖਿਆ ਵਿੱਚ ਹੀ ਰਵੇਗਾ। ਉਹਨਾਂ ਸਤਿਗੁਰੂ ਦੀ ਸਿੱਖਿਆ ਤੋਂ, ਉਸ ਸਹਿਜ ਅਵਸਥਾ ਤੋਂ ਉਹ ਕਦੇ ਵੀ ਟੁੱਟੇਗਾ ਨਹੀਂ। ਉਹ ਅੰਮ੍ਰਿਤ ਰੋਜ਼ ਪੀਂਦਾ ਰਹੇਗਾ। ਇਸ ਤਰ੍ਹਾਂ ਨਹੀਂ ਕਹੇਗਾ ਵੀ ਮੈਨੂੰ ਇੱਕ ਵਾਰ ਅਗਰ ਸਤਿਗੁਰੂ ਦੀ ਸੋਝੀ ਹੋ ਗਈ ਤਾਂ ਮੇਰੇ ਵਾਸਤੇ ਬਹੁਤ ਹੈ। ਨਹੀਂ, ਉਹ ਰੋਜ਼ ਹਰ ਪਲ ਸਤਿਗੁਰੂ ਦੀ ਸਿੱਖਿਆ ਵਿੱਚ ਹੀ ਰਹੇਗਾ, ਗੁਰੂ ਦੀ ਸ਼ਰਨ ਵਿੱਚ ਹੀ ਰਹੇਗਾ, ਔਰ ਆਪਣੇ ਮਨ ਨੂੰ ਨਾਮ ਰਸਾਇਣ ਪਿਲਾਉਂਦਾ ਰਹੇਗਾ ਤੇ ਨਾਮ ਵਿੱਚ ਉਹਦਾ ਮਨ ਨੂੰ ਭਿੱਜਿਆ ਹੀ ਰਹੇਗਾ। ਇਹ ਅੰਮ੍ਰਿਤ ਰੂਪੀ ਬਾਣੀ ਨੂੰ ਵਿਚਾਰ ਕਰਕੇ ਰੋਜ਼ ਆਪਣੇ ਜੀਵਨ ਦੇ ਵਿੱਚ ਅੰਮ੍ਰਿਤ ਰੂਪੀ ਬਾਣੀ ਨੂੰ ਅਮਲ ਦੇ ਵਿੱਚ ਲਿਆ ਕੇ ਅੰਮ੍ਰਿਤ ਪੀਂਦਾ ਰਹੇਗਾ। ਹਾਂਜੀ ਜੀ। ਕਿਲ ਬਿਕ ਦੂਖ ਨਿਵਾਰਣ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸਭ ਕਿਛ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੈ। ਕਿਲ ਬਿਕ ਦੂਖ ਨਿਵਾਰਣ ਹਾਰਾ, ਕਿਲ ਬਿਕ ਵੀ ਪਾਪਾਂ ਨੂੰ ਕਿਹਾ ਜਾਂਦਾ ਹੈ, ਤੇ ਦੁੱਖ, ਦੁੱਖ ਦਾ ਅਰਥ ਵੀ ਜਿਹੜਾ ਪਾਪ ਹੀ ਬਣਦੇ ਹੈਗੇ ਨੇ। ਦੁੱਖਾਂ ਨੂੰ ਤੇ ਪਾਪਾਂ ਨੂੰ ਨਾਸ਼ ਕਰਨ ਵਾਲਾ ਨਿਵਾਰਣ ਹਾਰਾ, ਨਿਵਾਰਣ ਹਾਰਾ ਉਹ ਦੂਰ ਕਰਨ ਦੀ ਸਮਰੱਥਾ ਵਾਲਾ, ਦੂਰ ਕਰਨ ਦੀ ਗੁਰੂ ਦਾ ਸ਼ਬਦ ਜਿਹੜਾ ਹੈਗਾ ਸਾਡੇ ਮਨ ਦੇ ਪਾਪ ਤੇ ਦੁੱਖਾਂ ਨੂੰ ਦੂਰ ਕਰਨ ਦੀ ਸਮਰੱਥਾ ਵਾਲਾ ਹੈ। ਸਾਡੇ ਮਨ ਦੇ ਪਾਪ ਤੇ ਦੁੱਖਾਂ ਨੂੰ ਦੂਰ ਕਰ ਦਿੰਦਾ, ਨਾਸ਼ ਕਰ ਦਿੰਦਾ ਹੈ। ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਦੇ ਰਾਹੀਂ, ਸ਼ਬਦ ਨੂੰ ਸਮਝਿਆ, ਸ਼ਬਦ ਦੇ ਰਾਹੀਂ ਗੁਰਮੁਖ ਸੇਵਿਆ, ਸੇਵਿਆ ਕਰ ਫਿਰ ਆ ਰਿਹਾ, ਸੇਵਿਆ ਕਰ ਪਹਿਲਾਂ ਵੀ ਕਈ ਵਾਰੀ ਵਿਚਾਰ ਹੋ ਚੁੱਕੀ ਹੈ। ਉਹ ਪੂਰੀ ਗੱਲ ਸਮਝ ਬੁੱਝ ਕੇ, ਗੁਰੂ ਦੀ ਪੂਰੀ ਗੱਲ ਸਮਝ ਬੁੱਝ ਕੇ ਗੁਰੂ ਦੀ ਗੱਲ ਨੂੰ ਮੰਨਣਾ, ਪੂਰਨ ਸਮਰਪਣ ਵਾਲੀ ਅਵਸਥਾ, ਪੂਰਨ ਭਰੋਸੇ ਵਾਲੀ ਅਵਸਥਾ। ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਗੁਰੂ ਦੇ ਰਾਹੀਂ ਜ਼ਿੰਦਗੀ ਬਤੀਤ ਕੀਤੀ, ਸ਼ਬਦ ਦੀ ਵਿਚਾਰ ਦੀ ਚਾਨਣ ਵਿੱਚ ਜ਼ਿੰਦਗੀ ਨੂੰ ਜੀਵਣਾ, ਸਭ ਕੁਛ ਆਪੇ ਆਪ ਵਰਤਾ ਹੈ, ਸਭ ਕੁਛ ਪਰਮਾਤਮਾ ਸਮੇਂ ਜੋ ਜੋਤ ਹੈ ਸੋਈ ਵਾਲੀ, ਜਿਹੜੀ ਪਹਿਲਾਂ ਵੀ ਜ਼ਿਕਰ ਆਇਆ ਸੀਗਾ, ਸਭ ਕੁਛ ਆਪੇ ਆਪ ਵਰਤੇ, ਗੁਰਮੁਖ ਤਨ ਮਨ ਭੀਜੇ ਹੈ। ਪਿਛਲੀ ਤੁਕ ਵੀ ਜਿਹੜਾ ਆਇਆ ਸੀਗਾ ਉਹ ਹਰ ਨਾਮ ਭੀਜੇ ਹੈ, ਹਰੀ ਦੇ ਨਾਮ ਦੇ ਰਾਹੀਂ ਹੈ ਮਨ ਭੀਜਾਂਦਾ ਹੈ। ਹੁਣ ਕਹਿ ਰਹੇ ਨੇ ਤਨ ਮਨ ਭੀਜੇ ਹੈ, ਗੁਰਮੁਖ ਤਨ ਮਨ ਭੀਜੇ ਹੈ, ਉਹ ਗੁਰੂ ਦੀ ਬਾਣੀ ਦੇ ਰਾਹੀਂ ਜਦੋਂ ਇਹ ਮਨ ਮੰਨ ਜਾਂਦਾ ਹੈ, ਪਤੀਜ ਜਾਂਦਾ ਹੈਗਾ, ਤੇ ਮਨ ਵੀ ਭਿੱਜ ਗਿਆ ਤੇ ਤਨ ਵੀ ਭਿੱਜ ਗਿਆ। ਮਨ ਨੇ ਵੀ ਪ੍ਰਭਾਵ ਕਬੂਲ ਕਰ ਲਿਆ ਹੈਗਾ, ਤਨ ਨੇ ਵੀ ਮਾਇਆ ਦੇ ਪ੍ਰਭਾਵ ਨੂੰ ਛੱਡ ਕੇ ਸੱਚ ਦੇ ਕਰਮ ਕਰਨ ਲੱਗ ਗਏ। ਮਨ ਕਰਕੇ ਵੀ ਤੇ ਤਨ ਕਰਕੇ ਵੀ ਗੁਰੂ ਦੀ ਰਾਹ ਤੇ ਤੁਰ ਪਏ ਹੈਗੇ ਹਨ। ਸਭ ਕੁਛ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੇ ਹੈ। ਜੀ ਅਰਵਿੰਦਰ ਵੀਰ ਜੀ। ਕਿਲਵਿਖ ਤੇ ਦੁੱਖ, ਕਿਲਵਿਖ ਜਿਵੇਂ ਵੀਰ ਜੀ ਨੇ ਕਿਹਾ ਪਾਪਾਂ, ਜਿਹੜਾ ਪਾਪ ਵਾਲੀ ਪ੍ਰਵਿਰਤੀ ਹੈ, ਇਸ ਪਾਪ ਵਾਲੀ ਪ੍ਰਵਿਰਤੀ ਦੇ ਕਾਰਨ ਹੀ ਅਸੀਂ ਦੁਖੀ ਹੁੰਦੇ ਹਾਂ। ਜੇ ਅਸੀਂ ਕਹਿੰਦੇ ਹਾਂ ਵੀ ਰੱਬ ਜਿਹੜਾ ਨਾ ਹੁਕਮ ਸਰੂਪ ਹੋ ਕੇ ਵਰਤਦਾ, ਵੀ ਜੇ ਅਸੀਂ ਰੱਬ ਨੂੰ ਹੁਕਮ ਸਰੂਪ ਹੋ ਕੇ ਜਦੋਂ ਇਹ ਸਮਝ ਲਵਾਂਗੇ ਨਾ, ਜੇ ਅਸੀਂ ਹੁਕਮਾਂ ਦੇ ਨਾਲ ਜੀਵਨ ਜੀਣਾ ਸ਼ੁਰੂ ਕਰ ਦੇਵਾਂਗੇ ਤੇ ਸਾਡੇ ਜੀਵਨ ਵਿੱਚ ਬਣ ਦੀ ਪੰਕਤੀ ਕਹਿੰਦੇ ਨੇ ਕੋਟ ਜਨਮ ਕੇ ਪਾਪਾ ਤੇਰੇ ਏਕ ਘੜੀ ਮੈਂ ਧੋਵੈ। ਰੱਬ ਜੇ ਸਾਡੇ ਸਾਡੇ ਸਾਰਿਆਂ ਦੀ ਪਰਪਸ ਕੀ ਹੈ ਉਹ ਸਾਰਾ ਕੁਝ ਕਰਨ ਦਾ, ਵੀ ਰੱਬ ਖੁਸ਼ ਹੋਵੇ ਸਾਡੇ ਸਾਡੇ ਜੀਵਨੀ ਤੋਂ, ਰੱਬ ਜਿਹੜਾ ਹੈ ਨਾ ਉਹ ਖੁਸ਼ ਹੋਵੇ। ਕਹਿੰਦੇ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਹੁਕਮ ਸਰੂਪ ਹੋ ਕੇ ਵਰਤ ਰਿਹਾ, ਉਹਦੇ ਹੁਕਮਾਂ ਦੇ ਅਧੀਨ ਜੀਵਨ ਨੂੰ ਕੀਤੇ ਆ, ਕਹਿੰਦੇ ਉਹਦੇ ਵਿੱਚ ਉਹ ਸਮਰੱਥਾ ਹੈ ਕਿ ਉਹ ਤੇਰੇ ਕਿਲਬਿਖ ਹੋਰ ਕਿਲਬਿਖਾਂ ਦੇ ਕਾਰਨ, ਕਿਉਂਕਿ ਤੂੰ ਪਾਪ ਕਰਮ ਕੀਤੇ ਨੇ ਤੇਰਾ ਜੀਵਨ ਦੁਖੀ ਹੈ,
ਜੇ ਤੇਰੇ ਜੀਵਨ ਵਿੱਚ ਦੁੱਖ ਹੈ ਤੇ ਕਿਉਂਕਿ ਤੂੰ ਕੁਝ ਭੈੜੇ ਕਰਮ ਕੀਤੇ ਨੇ ਜਿਹਦੇ ਕਾਰਨ ਤੇਰੇ ਲੇਖੇ ਆ ਜਿਹੜੇ ਦੁੱਖ ਸੁੱਖ ਜਿਹੜਾ ਪਿਆ ਹੋਇਆ ਜਿਹੜਾ, ਕਹਿੰਦਾ ਬਈ ਉਹ ਪਰਮਾਤਮਾ ਤੇਰੇ ਜੀਵਨ ਦਾ ਦੁੱਖ ਉਹ ਦੁੱਖ ਕਿਸ ਨਾ ਕਿਲਬਿਖਾਂ ਦੇ ਕਾਰਨ ਪੈਦਾ ਹੋਏ ਸਨ, ਇਹਨਾਂ ਦੀਆਂ ਸਾਰਿਆਂ ਦੀਆਂ ਨਿਵਰਤੀ ਜਿਹੜੀ ਨਾ ਉਹ ਕਰ ਸਕਦਾ ਹੈ। ਤੇ ਜਿਹੜਾ ਗੁਰਮੁਖ ਬੰਦਾ ਹੈ ਉਹ ਦੱਸਿਆ ਨਾ ਵੀ ਜੇ ਗੁਰੂ ਦੀ ਸੇਵਾ ਹੈ ਹੀ ਸ਼ਬਦ ਵਿਚਾਰ, ਗੁਰ ਕੀ ਸੇਵਾ ਸ਼ਬਦ ਵਿਚਾਰ, ਸੁਣੋ ਕੰਤ ਮਹੇਲੀਓ ਫਿਰ ਸੇਵੋ ਸ਼ਬਦ ਵਿਚਾਰ, ਸਤਿਗੁਰੂ ਜਿਨੀ ਨਾ ਸੇਵਿਆ ਸ਼ਬਦ ਨਾ ਕੀਤੋ ਵਿਚਾਰ, ਸੇ ਮਾਨਸ ਜੋਨ ਨਾ ਆਖੀਐ। ਤੇ ਗੁਰੂ ਕੋ ਵੀ ਜੇ ਅਸੀਂ ਇਹਨੂੰ ਐਜੂਕੇਸ਼ਨ ਸਮਝ ਲਈਏ, ਗੁਰੂ ਹੋਰ ਸਿੱਖ ਦਾ ਜੇ ਅਸੀਂ ਰਿਲੇਸ਼ਨ ਸਮਝ ਲਈ ਨਾ, ਇਟ ਇਜ਼ ਨੋਟ ਵੀ ਗੁਰਦੁਆਰੇ ਜਾ ਕੇ ਲੰਗਰ ਛੱਕ ਕੇ ਆਉਣਾ। ਬੱਚਾ ਕੋਈ ਬੋਲੇ ਕਿ ਮੈਂ ਸਿਰਫ ਡੇ ਮੀਲ ਕੇ ਲਈ ਆਊਂਗਾ ਲੇਕਿਨ ਪੜ੍ਹਨੇ ਕੇ ਲਈ ਨਹੀਂ ਆਊਂਗਾ, ਉਹਨੂੰ ਸ਼ਾਇਦ ਸਕੂਲ ਕਦੀ ਐਂਟਰੀ ਵੀ ਨਹੀਂ ਦੇਗਾ। ਤੇ ਵੀ ਜੇ ਸਾਡਾ ਸੰਬੰਧ ਜਿਹੜਾ ਹੈ ਨਾ, ਜੇ ਸੰਬੰਧ ਗਿਆਨ ਦੇ ਆਦਾਨ ਪ੍ਰਦਾਨ ਦਾ ਹੈ, ਉਹਦੀ ਮੁੱਖ ਸੇਵਾ ਜਿਹੜੀ ਹੈ ਨਾ ਉਹ ਵੀ ਸ਼ਬਦ ਦੀ ਵਿਚਾਰ ਹੀ ਹੋ ਸਕਦੀ ਹੈ। ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਨਾ, ਉਹ ਰੱਬ ਦੀ ਸੇਵਾ ਕਿਵੇਂ ਕਰਦਾ? ਉਹਦੇ ਹੁਕਮਾਂ ਦੀ ਵਿਚਾਰ ਕਰਕੇ, ਜੋ ਸ਼ਬਦਾਂ ਦੇ ਰਾਹੀਂ ਸਾਨੂੰ ਪਰਮਾਤਮਾ ਦੇ ਹੁਕਮ ਮਿਲਦੇ ਪਏ ਨੇ, ਜੋ ਅਸੀਂ ਵੀ ਵਿਖਿਆਨ ਵਿਆਖਿਆ ਕਰਨੀ, ਵਿਆਕਲ ਤੋਂ ਇਨ ਡੈਪ ਟਰਾਇੰਗ ਟੂ ਐਨਾਲਾਈਜ਼ ਉਹਨੂੰ ਹੋਰ, ਕਿਉਂਕਿ ਇਹ ਚੀਜ਼ਾਂ ਹੈ ਬਹੁਤ ਗਹਿਰੀਆਂ, ਸਾਨੂੰ ਧੀਰੇ ਧੀਰੇ ਸਾਡੇ ਵਿੱਚ ਸਾਨੂੰ ਪਹਿਲਾਂ ਸਮਝ ਆਉਣਗੀਆਂ, ਸਿੰਕ ਹੋਣਗੀਆਂ, ਸਾਨੂੰ ਸਮਝਦੇ ਹਾਂ, ਸਾਨੂੰ ਐਕਸੈਪਟ ਕਰਦੇ ਹਾਂ, ਟਾਈਮ ਲੱਗਦਾ ਹੈ। ਜਿਤਨਾ ਜਿਤਨਾ ਉਹ ਜਿਹੜਾ ਇੱਕ ਸੁਧਰਦਾ ਸ਼ੁਰੂ ਹੁੰਦਾ ਹੈ, ਬਈ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਕਰ ਗਾਓ ਸੋਹਿਲਾ, ਵੀ ਸਿਰ ਦਾ ਰੂਪੀ ਘਰ ਵਿੱਚ ਜੈ ਕਰ ਕਰਤੇ ਕੀਰਤ ਹੋਏ, ਨਹੀਂ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ, ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਦੀ ਉਹਨੂੰ ਹੋਰ ਵਡਿਆਈ ਸੁਣਾਓ, ਤੁਹਾਡੇ ਮਨ ਨੂੰ ਰੱਬ ਦੀਆਂ ਵਡਿਆਈਆਂ ਹੋਰ ਵੀ ਉਹੀ ਕੰਮ ਕਰਦਾ ਪਿਆ। ਸਾਰੀ ਬਾਣੀ ਵਿੱਚ ਬਾਣੀ ਦੇ ਰਾਹੀਂ ਗੁਰੂ ਜਿਹੜਾ ਹੈ ਉਹ ਪਰਮਾਤਮਾ ਦੀ ਵਡਿਆਈ ਹੀ ਸਾਨੂੰ ਦ੍ਰਿੜ ਕਰਵਾਈ ਜਾਂਦਾ ਪਿਆ, ਕਿਉਂਕਿ ਇੱਕ ਹੋਰ ਕੰਸੈਪਟ ਵੀ ਸੁਣ ਨਾਮ ਤੁਮਹਾਰਾ ਪ੍ਰੀਤਮ ਪਰ ਪੇਖਣ ਕਾ ਚਾਓ, ਜਦੋਂ ਸਾਡਾ ਮਨ ਬਈ ਗੁਰੂ ਜਦੋਂ ਜਦ ਤੱਕ ਯੂ ਨੋਟ ਫੈਸੀਨੇਟਡ ਬਾਈ ਦਿਸ ਪ੍ਰੋਸੈਸ ਨਾ, ਅਸੀਂ ਉਸ ਵਾਲੇ ਪਾਸੇ ਟੁਰਾਂਗੇ ਨਹੀਂ। ਇਹ ਹੋਏਗਾ ਕਿਵੇਂ? ਸ਼ਬਦ ਦੀ ਵਿਚਾਰ ਦੇ ਰਾਹੀਂ ਹੀ ਹੋਏਗਾ। ਗੁਰੂ ਦੀ ਸੇਵਾ, ਰੱਬ ਦੀ ਸੇਵਾ ਜਿਹੜੀ ਹੈ ਨਾ, ਉਹ ਸ਼ਬਦ ਦੀ ਵਿਚਾਰ ਦੇ ਰਾਹੀਂ ਕੀਤੀ ਜਾ ਸਕਦੀ ਹੈ। ਕਹਿੰਦੇ ਸਭ ਕਿਚ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜਿਆ ਹੈ, ਜੋ ਕੁਝ ਵਰਤ ਰਿਹਾ ਉਹਦੇ ਹੁਕਮਾਂ ਦਾ ਜੋ ਤਰੀਕਾ ਉਹਨੇ ਸਿਸਟਮ ਜੋ ਉਹਨੇ ਬਣਾ ਕੇ ਰੱਖਿਆ ਹੋਇਆ ਉਹਦਾ ਆਪਣਾ ਬਣਾਇਆ ਹੋਇਆ। ਤੇ ਜਿਹੜਾ ਬੰਦਾ ਗੁਰੂ ਦੇ ਸਨਮੁਖ ਹੋ ਜਾਂਦਾ ਨਾ, ਤਨ ਮਨ ਤੋਂ ਪਾਓ ਅਸੀਂ ਕਹਿੰਦੇ ਵੀ ਮਨ ਜਿਹੜਾ ਵਿਚਾਰਾਂ ਦਾ ਸੰਗ੍ਰਹਿ, ਤਨ ਜਿਹੜਾ ਨਾ ਉਹ ਕਰਮ ਕਮਾਉਂਦਾ, ਤਨ ਮਨ ਤੋਂ ਪਾਓ ਵਿਚਾਰ ਤੇ ਵਿਵਹਾਰ ਦੋਨੋਂ, ਵਿੱਚੇ ਵਿਚਾਰ ਇੱਕ ਉਦੋਂ ਅੱਛੀ ਵਿਚਾਰਧਾਰਾ ਤੋਂ ਹੀ ਅੱਛੇ ਕਰਮ ਜਨਮ ਲੈਂਦੇ ਨੇ, ਲੇਕਿਨ ਜੇ ਉਹ ਕਰਮ ਨਹੀਂ ਬਣਦੇ ਪਏ ਕਿਉਂਕਿ ਉਹਨੇ ਅਲਟੀਮੇਟਲੀ ਕਰਮਾਂ ਉੱਪਰ ਨਹੀਂ ਬੜੇ ਪਏ। ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਇੰਗਮ ਸਾਧੇ, ਕਹਿੰਦੇ ਨੇ ਪੰਜ ਜਨਾ ਸੋ ਸੰਗ ਨਾ ਛੁਟਕਿਓ। ਜੇ ਤੂੰ ਇਹ ਗੱਲ ਸੁਣ ਲਿੱਤੀ ਪਤਰਿਆ ਰੂਪ ਨਾ ਪੇਖੇ ਨੇਤਰ, ਲੇਕਿਨ ਜੇ ਤੂੰ ਉਹਨੂੰ ਜੀਵਨ ਵਿੱਚ ਕਮਾਉਂਦਾ ਨਹੀਂ ਪਿਆ, ਕਹਿੰਦੇ ਕਰਮੀ ਆਪੋ ਆਪ ਨੀ ਕੇ ਨੇੜੇ ਕੇ ਦੂਰ। ਕਹਿੰਦੇ ਜਿਹੜਾ ਗੁਰਮੁਖ ਅੱਜ ਕੱਲ੍ਹ ਭਿੱਜ ਜਾਂਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਉਹਨੂੰ ਐਕਸੈਪਟ ਕਰ ਲੈਂਦੇ ਹਾਂ। ਇੱਕ ਹੁੰਦਾ ਵੀ ਇੱਕ ਕੱਪੜਾ ਪਲਾਸਟਿਕ ਨੂੰ ਪਾਣੀ 'ਚ ਪਾਓ ਕੱਢ ਲਓ, ਭਿੱਜਦਾ ਨਹੀਂ ਉਹਦੇ 'ਚ ਪਾਣੀ, ਉਹਦੇ ਅੰਦਰ ਜਾਂਦਾ ਨਹੀਂ, ਉਹਦੇ ਅੰਦਰ ਉਹ ਪਾਣੀ ਨੂੰ ਐਕਸੈਪਟ ਨਹੀਂ ਕਰਦਾ ਪਿਆ। ਤਨ ਮਨ ਦਾ ਭਿੱਜ ਜਾਣ ਤੋਂ ਪਾਓ ਇਹਨਾਂ ਹੁਕਮਾਂ ਦਾ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦੇ ਨੇ, ਜਿਹੜਾ ਵੀ ਉਹ ਸਭ ਕੁਝ ਆਪੇ ਆਪ ਵਰਤੇ ਗੁਰਮੁਖ ਤਨ ਮਨ ਭੀਜਿਆ ਹੈ। ਹਾਂਜੀ ਵੀਰ ਜੀ, ਜੀ ਸੁਖਵਿੰਦਰ ਵੀਰ ਜੀ। ਵੀਰ ਜੀ ਪਿਛਲੇ ਤਿੰਨ ਪਦਿਆਂ ਤੋਂ ਸਤਿਗੁਰੂ ਜੀ ਨਾ ਉਸ ਮਨ ਦੀ ਗੱਲ ਕਰ ਰਹੇ, ਤਿੰਨੋਂ ਪਦਿਆਂ ਵਿੱਚ ਮਨ ਭੀਜੇ ਵਾਲੀ ਅਵਸਥਾ ਹੀ ਸਤਿਗੁਰੂ ਜੀ ਐਕਸਪਲੇਨ ਕਰ ਰਹੇ ਹਨ। ਕਹਿੰਦਾ ਜਿਹੜਾ ਮਨ ਹੁਣ ਗੁਰੂ ਦੇ ਸ਼ਬਦ ਵਿੱਚ ਜਨ ਬਣ ਕੇ ਆ ਜਾਂਦਾ ਹੈ, ਕਹਿੰਦਾ ਜਿਸ ਜਿਹੜਾ ਮਨ ਹੁਣ ਨਾਮ ਰੂਪੀ ਰਸਾਇਣ ਪੀ ਰਿਹਾ ਹੈ, ਜਿਹੜਾ ਹੁਣ ਗੁਰੂ ਦੀ ਮੱਤ ਦੇ ਵਿੱਚ ਗੁਰੂ ਦੀ ਮੱਤ ਰੂਪੀ ਨਾਮ ਦੇ ਵਿੱਚ ਆਪਣੇ ਆਪ ਭਿੱਜਿਆ ਰਹਿੰਦਾ ਹੈ, ਉਹ ਰਸਾਇਣ ਪੀਂਦਾ ਰਹਿੰਦਾ ਹੈ, ਉਸਨੂੰ ਇੱਥੇ ਦੱਸ ਰਹੇ ਹਨ ਕਿ ਉਸਨੇ ਕੀ ਕੀਤਾ ਕਿ ਉਸਦਾ ਕੀ ਕਹਿੰਦੇ ਕਿਲਬਿਕ ਪਾਪ ਤੇ ਦੁੱਖ ਚਲੇ ਗਏ ਤੇ ਉਹਦਾ ਮਨ ਨਾਮ ਦੇ ਵਿੱਚ ਨਾਮ ਦਾ ਰਸਾਇਣ ਪੀਂਦਾ, ਜਿਸਨੂੰ ਪਿਛਲੇ ਤੁਕਾਂ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਭੀਜਿਆ ਹੈ, ਹਨਾ ਨਾ ਇਹ ਸੱਚ ਅੰਮ੍ਰਿਤ ਪੀਜਾ ਹੈ। ਉਹ ਕਹਿੰਦੇ ਕਹਿੰਦੇ ਕਿਸ ਤਰੀਕਾ ਕਿਸ ਤਰ੍ਹਾਂ ਹੈ ਵੀ ਮੇਰਾ ਮਨ ਨਾਮ ਰਸਾਇਣ ਕਿਵੇਂ ਪੀਵੇ, ਅੰਮ੍ਰਿਤ ਪੀਣਾ ਕਿ ਇਸ ਨੂੰ ਕਿਵੇਂ ਸਾਨੂੰ ਪ੍ਰਾਪਤ ਹੋਗਾ? ਅਸੀਂ ਵੀ ਅੰਮ੍ਰਿਤ ਪੀਣਾ ਚਾਹੁੰਦੇ ਹਾਂ, ਅਸੀਂ ਵੀ ਆਪਣੇ ਮਨ ਨੂੰ ਨਾਮ ਦੇ ਰਸਾਇਣ ਪਿਲਾਉਣਾ ਚਾਹੁੰਦੇ, ਸਾਨੂੰ ਤਰੀਕਾ ਦੱਸੋ। ਫਿਰ ਇੱਥੇ ਦੱਸ ਰਹੇ ਕਹਿੰਦੇ ਉਸ ਮਨ ਨੇ ਕੀ ਕੀਤਾ, ਜਿਹੜਾ ਮਨ ਹੁਣ ਜਿਸ ਤੇ ਮਨ ਨੇ ਗੁਰੂ ਵੱਲ ਆਪਣਾ ਮੁੱਖ ਕਰ ਲਿਆ, ਕਹਿੰਦੇ ਉਹਨੇ ਕੀ ਕੀਤਾ? ਕਹਿੰਦੇ ਉਹਨੇ ਸੇਵਿਆ ਕਿਵੇਂ ਕੀਤਾ? ਕਹਿੰਦੇ ਸ਼ਬਦ ਦੀ ਵਿਚਾਰ ਕੀਤੀ। ਕਹਿੰਦੇ ਹੁਣ ਦੁਨਿਆਵੀ ਅਨਮਤੀ ਵਿਚਾਰਾਂ ਤੋਂ ਆਪਣੇ ਮਨ ਨੂੰ ਵੇਰ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਇਆ। ਗੁਰ ਕੇ ਸ਼ਬਦ ਉਹ ਜਨ ਸੋਹੈ, ਗੁਰ ਕੇ ਸ਼ਬਦ ਜਦੋਂ ਜਨ ਆਇਆ ਤਾਂ ਉਸਨੇ ਕੀ ਕੀਤਾ? ਉਹਨੇ ਫਿਰ ਸ਼ਬਦ ਦੀ ਵਿਚਾਰ ਨੂੰ ਆਪਣੇ ਮਨ ਨੂੰ ਜੋੜ ਕੇ ਰੱਖਿਆ। ਉਹਦਾ ਫਾਇਦਾ ਕੀ ਹੋਇਆ ਕਿ ਜਿਹੜੇ ਹਰੇਕ ਦੇ ਅੰਦਰ ਜਿਹੜਾ ਉਹ ਨਾਮ ਰੂਪੀ ਸਤਿਗੁਰੂ, ਸਤਿਗੁਰੂ ਰੂਪੀ ਹੁਕਮ ਅੰਦਰ ਹਰੇਕ ਦੇ ਅੰਦਰ ਗੁਰੂ ਸਾਖੀ ਜੋਤ ਬਲ ਰਹੀ ਸੀ, ਉਹ ਉਹਦੇ ਅੰਦਰ ਪ੍ਰਗਟ ਹੋ ਗਈ। ਅਸੀਂ
अंदर जो साडे जोत बल रही है, अंदर जो साडे सारे अंदर नाम रूपी सतगुरु जी निवास कर रहे हैं, असी उन्होंने अपने अंदर प्रगट करना है। भाव साढ़े मन के जेड़ा पहला अंधेरा ही अंधेरा इस मन को जन्म जन्म की मल लगी हुई सी, इनू अंदर दिख वसदे हुए जोत नहीं दिख रही सी, इसने अपने अंदर की किया गुरु साखी जोत जगाए दीवा बल गया, ये अंदर गुरु की सिक्ख्या रूपी जोत प्रगट हो गई। उदे नाल फायदा कहिंदे की हो गया उन्हें इन्हों तो अगली कीलिया तो कह सब की चापे आप वरता है, हरेक दे अंदर वो आप वरत रहा है नाम रूप विच हुक्म रूप विच शब्द रूप विच। हुण जिस मन विच जोत प्रगट हो गई, हुण कहिंदे उहदा अगली तुकां विच सतगुरु जी इत्थे कि पिछले तीन पदियां तो इलावा इस पदे विच एक लफज होर ऐड हुण कर रहे ने तन गुरमुख। पहला कहिंदे ने मन रसाय शब्द दे विच शब्द दी शरण विच आया, मन ने शब्द दी विचार करके गुरु गुरु दी मत विच जुड़ के शब्द दी विचार करके सतगुरु तो विचार सिक्ख्या लैणी आरंभ कर दित्ती ते अपने मन नूं रोज उस सतगुरु दी सिक्ख्या रूपी नाम नूं नाम रूपी अमृत पिलाना शुरू कर दिया। उहदा कहिंदे फायदा की होया, कहिंदे हुण मन तां पहला भिज्जा सी, कहिंदे नाल तन वी भिज गया। मन दे जदों बुरे विचार आने हट गए, जदों मन सतगुरु दे विचारां दी शरण विच आ गया, मन हुण जदों गुरु दी सिक्ख्या विच भिज्जिया रहिंदा, कहिंदे हुण तन तन वी कहिंदे भिज गया। हुण अक्खां कहिंदी मन नूं भटका नहीं सकदियां, अक्खां देखदियां लेकिन देखदियां की है, इह विश संसार तुम देखदे हर का रूप है। हुण कन्न की सुनदे, कन्न हुण केवल शब्द दी विचार सुनदे, श्रवणो मेरियो साचा सुनने नूं पटाए, हुण कन्न भी साचा सुनने नूं सुनदे ने। रसना नाल की हुंदा, इह रसना तू अन्न रस राचनी, तेरी प्यास ना जाए प्यास ना जाए, होत कि जिचर हर रस पल्ले ना पाए, रसना ने भी हर रस पल्ले पा लिया। भाव उहदा सारा शरीर भी हुण मन दे विच विचार नहीं आ रहे, मन सतगुरु दे विचारां नाल जुड़ गया। तां हुण की होया उहदे विच अगली तुक, इह सतगुरु जी इन्हां तुकां भी दस रहे, तां उहदे विच की हो गया, कहिंदे मन पहलां भिज गया सी, ਕਹਿੰਦੇ ਹੁਣ ਤਨ ਵੀ ਭਿੱਜ ਗਿਆ। ਕਹਿੰਦੇ ਮਨ ਦੇ ਨਾਲ ਹੁਣ ਤਨ ਵੀ ਭਿੱਜ ਗਿਆ। ਪਹਿਲਾਂ ਮਨ ਜਦੋਂ ਸਤਿਗੁਰੂ ਦੇ ਵਿਚਾਰਾਂ ਦੇ ਵਿੱਚ ਭਿੱਜ ਗਿਆ, ਨਾਲ ਉਹਦਾ ਕੀ ਫਾਇਦਾ ਹੁੰਦਾ ਹੈ, ਸਾਡਾ ਸਰੀਰ ਸਾਡਾ ਤਨ ਵੀ ਸਤਿਗੁਰੂ ਦੇ ਵਿਚਾਰਾਂ ਦੇ ਵਿੱਚ ਭਿੱਜ ਜਾਂਦਾ ਹੈ। ਹਾਂਜੀ ਜੀ ਜੀ ਜੀ, ਮਨ ਬਚ ਕਰਮ ਕਰਕੇ ਜਿਹੜਾ ਹੈ ਹੁਣ ਸੱਚ ਦੀ ਰਾਹ ਤੇ ਤੁਰ ਪਿਆ। ਨਹੀਂ ਤੇ ਅਮੂਮਨ ਮਨ ਕੁਛ ਹੋਰ ਕਹਿ ਰਿਹਾ ਹੁੰਦਾ, ਬਚਨ ਕੁਛ ਹੋਰ ਕਹਿ ਰਹੇ ਹੁੰਦੇ ਤੇ ਕਰਮ ਕੁਛ ਹੋਰ ਹੁੰਦੇ, ਸਾਡੇ ਤਿੰਨੋ ਹੀ ਮੇਲ ਨਹੀਂ ਖਾਂਦੇ ਆਪਸ। ਬਹੁਤ ਵਧੀਆ फिर पाठ की समाप्ति होनी है, उपरंत फिर सवाल जवाब का सेशन आरंभ होना है। गुर कै शब्द सदा जन सो है, नाम रसायन ऐ मन मोहे, माया मोह मैल पतंग ना लागे, गुरमति हर नाम पीजे, सबना विच वरतै इक सोई, गुर प्रसादी प्रगट होई, हौ मैं मार सदा सुख पाया, नाए साचे अमृत पीजे, किल बिक दुख निवारण हारा, गुरमुख सेव्या शब्द विचारा, सब किच आपे आप वरतै, गुरमुख तन मन भीजे, सब किच आपे आप वरतै, गुरमुख तन मन भीजे। वाहिगुरु जी का खालसा, वाहिगुरु जी की फतेह। हुण तजिंदर जी सवाल जवाब दा सेशन आप आरंभ करो। वीर जी एक सेकंड, मैं ऑडियो ऑन कर लां, मैं सॉरी रिकॉर्डिंग रोकती है। वीर जी हुण इहदे विच भी रिकॉर्डिंग हो रही है, मैं कोशिश करांगा, साढ़े जूम ऐप विच भी रिकॉर्डिंग हो रही है आज तो ही, उत्ते देखो रिकॉर्डिंग तो आ रहा है, तो मैं पहले एक बार इनू रोक लां, या तौरे तो पूछना चाहता सब तो कि ये कंटिन्यू रखा सवाल जवाब या विचार अलग कर दा दो पार्ट। नहीं, विचार नू तजिंदर जी अलग करो और कोशिश करो सारे सवालों नू अलग कर दो। ठीक है, मैं इनू इत्थे रोक रहा जी, इस तरह रिकॉर्ड करो जिद छोटे छोटे आंसर जेडे ठीक होंगे ना दूर है। वीर जी तुहाडा फोन इक्को ही कमरे विच दो फोन हन, ओ कट रही है आवाज।
ਨਹੀਂ ਨਹੀਂ ਦੋ ਨਹੀਂ ਹੈਗੇ, ਇੱਕੋ ਹੀ ਫੋਨ ਹੈਗਾ ਵਿੱਚ। ਹੁਣ ਹੁਣ ਠੀਕ ਆ ਰਹੀ ਹੈ ਵੀਰ ਜੀ, ਹੁਣ ਠੀਕ ਆ ਰਹੀ ਹੈ। ਅੱਛਾ, ਮੇਰਾ ਇੱਕ ਕੁਐਸਚਨ ਸੀ, ਕੱਲ ਅਸੀਂ ਕੱਲ ਤੋਂ ਇਹ ਸੰਬੰਧਿਤ ਰਹੇ, ਸੁਖਿੰਦਰ ਵੀਰ ਜੀ ਨੇ ਕੱਲ ਇੱਕ ਉਦਾਹਰਣ ਦਿੱਤਾ ਸੀਗਾ, ਔਰ ਸੁਖਿੰਦਰ ਵੀਰ ਨੇ ਕਿਹਾ ਸੀਗਾ ਕਿ ਐਕਸ਼ਨ ਨਾਲ ਤੁਹਾਡੀ ਡੈਸਟੀਨੀ ਬਦਲੇਗੀ। ਮੈਂ ਬਿਲਕੁਲ ਸਹਿਮਤ ਹਾਂ, ਜਦੋਂ ਬਾਣੀ ਪੜ੍ਹਦੇ ਹਾਂ ਤੇ ਪੁਰਲੇ ਜਨਮ ਦਾ ਮੈਨੂੰ ਜਰਾ ਮਤਲਬ ਸਮਝ ਆ ਰਿਹਾ ਕਿ ਜਿਹੜਾ ਅਸੀਂ ਹੁਣ ਕਰਮ ਕਰ ਰਹੇ ਹਾਂ ਉਹ ਪੰਜ ਮਿੰਟ ਬਾਅਦ ਪੁਰਲਾ ਜਨਮ ਹੋ ਜਾਏਗਾ। ਤੇ ਗੁਰਬਾਣੀ ਦਾ ਪੁਰਲਾ ਜਨਮ ਨੀ ਮੰਨਦੇ, ਅਗਲਾ ਜਨਮ ਦਾ ਵੀ ਮਤਲਬ ਨੀ, ਇਹ ਲੇਖਾ ਵੇਖਾ ਵੀ ਚਲੋ ਮੰਨ ਕੇ। ਮੈਂ ਸੁਖਿੰਦਰ ਜੀ ਦੀ ਗੱਲ ਨੂੰ ਵੀ ਮੰਨ ਜਾਂਦਾ ਵਾਂ ਕਿ ਸਾਡਾ ਕੋਈ ਜਦੋਂ ਜੋ ਵੀ ਇੱਥੇ ਇੱਥੇ ਸੰਪੂਰਨ ਹੋ ਜਾਣਾ, ਆਤਮਾ ਪਰਮਾਤਮਾ ਕੋਲ ਚਲੀ ਜਾਏਗੀ, ਮਨ ਪੰਜ ਤੱਤਾਂ ਨਾਲ ਸਮਾਪਤੀ ਹੋ ਜਾਏਗੀ। ਕੱਲ ਵੀਰ ਜੀ ਨੇ ਇੱਕ ਉਦਾਹਰਣ ਦਿੱਤਾ ਸੀਗਾ ਕਿ ਮੋਦੀ ਆਪਣੇ ਐਕਸ਼ਨ ਨਾਲ ਬਣਿਆ ਪ੍ਰਾਈਮ ਮਿਨਿਸਟਰ, ਅਗਰ ਉਹਦੇ ਪੁਰਲੇ ਜਨਮ ਨੂੰ ਹੁੰਦਾ ਤੇ ਉਹ ਉੱਚਾ ਵਾਲੇ ਘਰ ਕਰਦਾ ਹੋ ਕੇ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦਾ ਸੀਗਾ। ਮੈਂ ਕਿਹਾ ਪੰਜ ਸਾਲ ਤੋਂ, ਲੇਕਿਨ ਮੈਂ ਸੁਖਿੰਦਰ ਜੀ ਕੋਲ ਪੁੱਛਣਾ ਚਾਹ ਰਿਹਾ ਹਾਂ ਸਾਰੀ ਸਿੱਖਿਆ ਲੈ ਕੇ ਅਸੀਂ ਆਪਣਾ ਕਿਰਦਾਰ ਹੀ ਬਣਾਉਂਦੇ ਰਹਿ ਜਾਂਦੇ ਹਾਂ, ਤੇ ਮੋਦੀ ਦੇ ਬੰਦੇ ਜਿਹੜੇ 2500 ਬੰਦਿਆਂ ਦੇ ਕਾਤਿਲ ਨੇ, ਔਰ ਜਿਹੜੇ ਐਕਸ਼ਨ ਨਾਲ ਆਪਣੇ ਚੌਲਾਕੀਆਂ ਨਾਲ ਆਪਣੀਆਂ ਦੁਨੀਆਂ ਮੈਂ ਮਿਊਟ ਕਰ ਦਾਂਗਾ ਵੀਰ ਜੀ, ਅਗਰ ਪੋਲੀਟੀਕਲ ਕਰਕੇ ਮੇਰੀ ਜ਼ੂਮ ਮੈਂ ਚਲੋ ਪੋਲੀਟੀਕਲ ਨਹੀਂ ਲੈ ਰਿਹਾ, ਮੈਂ ਪੋਲੀਟੀਕਲ ਨਹੀਂ ਲੈ ਰਿਹਾ, ਮੈਂ ਬੈਨ ਹੋ ਜਾਏਗੀ ਔਰ ਮੇਰੇ ਤੇ ਕੇਸ ਹੋ ਜਾਏਗਾ। ਹਾਂ ਕੋਈ ਗੱਲ ਨਹੀਂ, ਪੋਲੀਟੀਕਲ ਨਹੀਂ ਲੈ ਰਿਹਾ ਮੈਂ, ਪੋਲੀਟੀਕਲ ਡਿਸਕਸ਼ਨ ਹੋਈ ਤੇ ਮੈਂ ਸਬਮਿਟ ਕਰਦਾ ਆਪਣੀਆਂ ਚਲਾਕੀਆਂ ਨਾਲ ਆਪਣੇ ਕਿਰਦਾਰ ਨੂੰ ਗਿਰਾ ਕੇ ਦੁਨਿਆਵੀ ਸੁੱਖ ਸੱਚ ਸਾਰੇ ਹਾਸਿਲ ਕਰਦਾ, ਸਾਰਾ ਟਾਈਮ ਰਾਜ ਕਰਦਾ, ਸਭ ਕੁਛ ਕਰਦਾ ਸਾਰੀਆਂ, ਔਰ ਉਹ ਮਰਨ ਤੱਕ ਆਪਣੀ ਐਸ਼ ਕਰ ਰਿਹਾ ਹੁੰਦਾ। ਸਾਡੇ ਕੋਲ ਹੋਰ ਵੀ ਸਾਡੇ ਆਪਣੇ ਪੰਥ ਦੇ ਆਗੂ ਵੀ ਸਾਡੇ ਉਹਦੇ 'ਚ ਉਦਾਹਰਣ ਹੈਗੇ ਨੇ, ਲੇਕਿਨ ਜਿਹੜਾ ਬੰਦਾ ਕਿਰਦਾਰ ਬਣਾਉਣਾ ਰਹਿ ਜਾਂਦਾ ਉਹ ਕਿਰਦਾਰ ਹੀ ਬਣਾਉਂਦਾ ਰਹਿੰਦਾ, ਤੇ ਫਿਰ ਜਦੋਂ ਸਭ ਕੁਛ ਹੱਥੀ ਮੁੱਕ ਜਾਣਾ ਤੇ ਫਿਰ ਸਾਨੂੰ ਕੀ ਲੋੜ ਆਪਣੇ ਇੰਨੇ 'ਚ ਕਿਰਦਾਰ ਬਣਾਉਣ ਦੀ। ਮੈਂ ਰਿਕਾਰਡਿੰਗ ਵਿੱਚ ਬੇਨਤੀ ਕਰ ਰਿਹਾ ਕਿਉਂਕਿ ਇਹ ਰਿਕਾਰਡਿੰਗ ਆਨਲਾਈਨ ਜਾ ਚੁੱਕੀ ਹੈ, ਮੈਂ ਰਿਕਾਰਡਿੰਗ ਵਿੱਚ ਬੇਨਤੀ ਕਰ ਰਿਹਾ ਐਜ਼ ਅ ਹੋਸਟ, ਮੈਂ ਇਸ ਗੱਲ ਨੂੰ ਕੰਡੈਮ ਕਰਦਾ ਜਿਹੜੀ ਇਹ ਪਰਸਨਲੀ ਗੱਲ ਕੀਤੀ ਗਈ ਹੈ ਕਿਸੇ ਬਾਰੇ ਵੀ, ਕਿਸੇ ਬਾਰੇ ਵਿੱਚ ਅਗਰ ਇਸ ਵਿੱਚ ਰਿਕਾਰਡਿੰਗ ਵਿੱਚ ਗੱਲ ਕੀਤੀ ਗਈ, ਅਗਰ ਮੇਰੇ ਤੇ ਐਕਸ਼ਨ ਹੋਇਆ, ਕਿਉਂਕਿ ਅੱਜ ਕੱਲ੍ਹ ਐਕਸ਼ਨ ਹੋ ਰਹੇ ਨੇ ਪੰਜਾਬ ਵਿੱਚ, ਸਭ ਤੇ ਐਕਸ਼ਨ ਹੋ ਰਹੇ ਨੇ, ਉਹਨਾਂ ਨੂੰ ਅਟੈਂਪਟ ਤੋਂ ਧਾਰਾ ਲਗਾ ਕੇ ਅਰੈਸਟ ਕਰ ਲਿਆ ਗਿਆ। ਅਗਰ ਇਸ ਰਿਕਾਰਡਿੰਗ ਕਰਕੇ ਮੈਨੂੰ ਪ੍ਰੋਬਲਮ ਆਈ, ਮੈਂ ਕਿਸੇ ਦੇ ਪਰਸਨਲ ਉੱਪਰ ਨਹੀਂ ਜਾ ਰਿਹਾ, ਸੌਰੀ। ਹਾਂ ਵੀਰ ਜੀ, ਸੌਰੀ ਬੋਲ ਰਿਹਾ, ਹੁਣ ਤੁਸੀਂ ਤੇ ਰਿਕਾਰਡਿੰਗ ਵਿੱਚ ਉਹਨਾਂ ਨੂੰ ਵਾਪਸ ਲੈਣਾ ਵਾ, ਲੇਕਿਨ ਮੈਂ ਹੁਣ ਆਪਣੀ ਗੱਲ ਕਹਿਣਾ ਚਾਹ ਰਿਹਾ ਕਿ ਅਸੀਂ ਆਪਣਾ ਕਿਰਦਾਰ ਕਿਉਂ ਉੱਚਾ ਕਰੀਏ ਵੀਰ ਜੀ, ਜੇ ਸਾਡਾ ਸਭ ਕੁਛ ਅਤੀ ਮੁੱਕ ਜਾਣਾ ਹੈ ਤੇ ਅਸੀਂ ਆਪਣੇ ਕਿਰਦਾਰ ਨੂੰ ਉੱਚੇ ਕਰਦੇ ਕਰਦੇ ਅਸੀਂ ਮਤਲਬ ਦੁਨਿਆਵੀ ਤਰੱਕੀਆਂ ਤਾਂ ਨਹੀਂ ਕਰ ਸਕਦੇ। ਅੱਜ ਮੇਰੇ ਕੋਲ ਆਪਸ਼ਨ ਹੈਗਾ ਸੀਗਾ ਕਿ ਮੈਂ ਹਜ਼ਾਰਾਂ ਲੱਖਾਂ ਰੁਪਏ ਕਮਾ ਸਕਦਾ ਸੀਗਾ ਕੱਟਿਆ ਕੱਪੜੇ ਦੀਆਂ ਕਿੱਟਸ ਬਣਾ ਕੇ, ਲੇਕਿਨ ਗੁਰੂ ਦੇ ਸੋਝੀ ਨੇ, ਗੁਰੂ ਦੀ ਸਿੱਖਿਆ ਨੇ ਮੈਨੂੰ ਉਹ ਕੰਮ ਨਹੀਂ ਕਰਨ ਦਿੱਤਾ, ਕਿਉਂਕਿ ਮੇਰਾ ਗੁਰੂ ਮੈਨੂੰ ਕਹਿੰਦਾ ਕਿ ਤੇਰੇ ਜਦ ਤੱਕ ਧਰਮ ਤੇਰੇ ਕਰਮਾਂ 'ਚ ਧਰਮ ਨਹੀਂ ਆਏਗਾ ਤੇਰਾ ਧਰਮ ਤੂੰ ਧਰਮੀ ਨਹੀਂ ਬਣ ਸਕਦਾ। ਤੇ ਮੈਂ ਕਿਉਂਕਿ ਕੱਪੜਾ ਮੈਨੂੰ ਵਧੀਆ ਨਹੀਂ ਮਿਲ ਰਿਹਾ ਤੇ ਮੈਂ ਖਾਲੀ ਬੈਠਾ, ਔਰ ਹਲਕੇ ਕੱਪੜੇ ਬਣਾ ਕੇ ਲੋਕੀ ਲੱਖਾਂ ਰੁਪਏ ਕਮਾ ਰਹੇ ਨੇ, ਤੇ ਫਿਰ ਸਾਨੂੰ ਕਿਰਦਾਰ ਅਸੀਂ ਕਿਰਦਾਰ ਹੀ ਬਣਾਉਂਦੇ ਰਹੇ ਜੀ ਸਾਰੀ ਉਮਰ ਵੀਰ ਜੀ, ਜਦ ਸਭ ਕੁਛ ਹੱਥੀ ਮੁੱਕ ਜਾਣਾ। ਤੇ ਵੀਰ ਜੀ ਤੁਹਾਡੇ ਸਵਾਲ ਦਾ ਆਂਸਰ ਤੁਸੀਂ ਆਪ ਹੀ ਆਪਣੇ ਸਵਾਲ ਦੇ ਵਿੱਚ ਦੇ ਦਿੱਤਾ ਹੋਇਆ ਵੀਰ ਜੀ। ਸਾਹਮਣੇ ਸੀ, ਤੁਸੀਂ ਇੱਕ ਆਪਸ਼ਨ ਨੂੰ ਚੂਜ਼ ਕੀਤਾ ਹੈ। ਵੀਰ ਜੀ ਗੁਰਬਾਣੀ ਸਿਰਫ ਇਹ ਕਰੀ ਕਹਿੰਦੀ, ਗੁਰਬਾਣੀ ਦਾ ਇੱਕ ਸਿਧਾਂਤ ਹੈ ਕਿ ਸਾਡੇ ਮੱਥੇ ਤੇ ਲੇਖ ਕਿਵੇਂ ਲਿਖੇ ਜਾਂਦੇ ਨੇ, ਸਾਡੀ ਕਿਸਮਤ ਕਿਵੇਂ ਬਣਦੀ ਹੈ। ਗੁਰਬਾਣੀ ਸਤਿਗੁਰੂ ਜੀ ਸਿਰਫ ਸਿਧਾਂਤ ਦੱਸਦੇ ਨੇ, ਨਿਯਮ ਦੱਸਦੇ ਨੇ, ਹੁਕਮ ਦੱਸਦੇ ਨੇ, ਤਰੀਕਾ ਦੱਸਦੇ ਨੇ ਦੁਨੀਆਂ ਵਾਸਤੇ ਕਿ ਦੁਨੀਆਂ ਦੇ ਲੋਕੋ ਤੁਹਾਡੇ ਮੱਥੇ ਤੇ ਜੋ ਲੇਖ ਲਿਖਦੇ ਨੇ। ਸਤਿਗੁਰੂ ਜੀ ਪਤਾ ਕੀ ਕਹਿੰਦੇ ਨੇ ਕਿ ਗੁਰਬਾਣੀ ਕਹਿੰਦੀ ਕਿ ਗੁਰਬਾਣੀ ਵਿੱਚ ਮੱਥੇ ਤੇ ਲੇਖ ਲਿਖਣ ਦਾ ਤਰੀਕਾ ਹੈ ਕਿ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ।
कि ਇਹ ਬੰਦੇ ਤੂੰ ਸੁਰਤ ਕਰਕੇ ਤੇ ਮਨ ਕਰਕੇ ਦਿਨ ਰਾਤ ਜੋ ਕੁਝ ਸੋਚੇਗਾ ਤੇ ਉਸ ਤੇ ਜੋ ਅਮਲ ਕਰੇਗਾ ਉਹ ਤੇਰੇ ਮੱਥੇ ਤੇ ਲੇਖ ਲਿਖ ਜਾਣਗੇ। ਪਾਪ ਫਿਰ ਤੂੰ ਉਹਨਾਂ ਲੇਖਾਂ ਨੂੰ ਮਿਟਾ ਨਹੀਂ ਸਕੇਗਾ, ਪਾਪ ਕੇ ਤੈਨੂੰ ਉਹਨਾਂ ਲਿਖ ਜੋ ਲਿਖੇਗੇ ਤੇਰੇ ਲੇਖ ਉਹਦੇ ਵਿੱਚ ਹੀ ਤੇਰੀ ਅਗਲੀ ਜ਼ਿੰਦਗੀ ਬਤੀਤ ਹੋਵੇਗੀ। ਹੁਣ ਇਸ ਵਿਚਾਰਧਾਰਾ ਤੇ ਦੁਨਿਆਵੀ ਵਿਚਾਰਧਾਰਾ ਹਿੰਦੂਇਜ਼ਮ ਕਹਿੰਦੇ ਕਿ ਨਹੀਂ, ਕਹਿੰਦੇ ਜਿਹੜੇ ਮੱਥੇ ਸਾਡੇ ਲੇਖ ਨੇ ਨਾ ਇਹ ਸਾਡੀ ਸਰੀਰਕ ਤੌਰ ਤੇ ਪਿਛਲੇ ਜਨਮਾਂ ਦੇ ਵਿੱਚ ਅਸੀਂ ਜੋ ਕਰਦੇ ਹਾਂ ਉਹ ਉਸ ਤਰ੍ਹਾਂ ਜੋ ਪਿਛਲੇ ਜਨਮਾਂ ਵਿੱਚ ਅਸੀਂ ਕੀਤਾ ਉਸ ਤਰ੍ਹਾਂ ਲਿਖੇ ਜਾਂਦੇ, ਇਹ ਉਹਨਾਂ ਦੀ ਵਿਚਾਰਧਾਰਾ, ਇਹ ਬਿਲਕੁਲ ਇਹ ਉਹਨਾਂ ਦਾ ਇੱਕ ਆਪਸ਼ਨ ਹੈ। ਗੁਰਬਾਣੀ ਕਹਿੰਦੀ ਨਹੀਂ, ਦਿਨ ਰਾਤ ਕਮਾਇੜੋ ਸੁਆਇਓ ਮੱਥੇ, ਅਸੀਂ ਦੋਨਾਂ ਵਿੱਚੋਂ ਕਿਹੜੀ ਮੰਨੀ ਇਹ ਵੀ ਸਾਡੇ ਤੇ ਪੂਰੀ ਚੁਆਇਸ ਹੈ। ਉਹ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੇ ਦਿੱਤੀ ਹੈ, ਉਸ ਉਹਨਾਂ ਨੂੰ ਮੰਨਦੇ ਨੇ, ਬਹੁਤ ਵਧੀਆ। ਗੁਰਮਤਿ ਕਹਿੰਦੀ ਵੀ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਗੁਰਬਾਣੀ ਵਿੱਚ ਸਾਨੂੰ ਜੋ ਵਿਚਾਰਧਾਰਾ ਦਿੱਤੀ ਜਾ ਰਹੀ ਉਹਦੇ ਵਿੱਚ ਇਹ ਹੈ ਕਿ ਅਸੀਂ ਸੁਰਤ ਕਰਕੇ ਮਨ ਕਰਕੇ ਦਿਨ ਰਾਤ ਜੋ ਕਮਾਉਂਦੇ ਹਾਂ ਉਹ ਸਾਡੇ ਮੱਥੇ ਤੇ ਆਉਂਦਾ ਹੈ। ਤੁਸੀਂ ਵੀ ਜੋ ਜਿਹੜਾ ਆਪਸ਼ਨ ਨੂੰ ਕੀ ਕਹਿੰਦੇ ਆ ਤੁਸੀਂ ਮੰਨ ਕੇ ਤੁਸੀਂ ਕਮਾ ਰਹੇ ਹੋ ਉਸੀ ਤਰਕ ਵਿੱਚ ਹੀ ਤੁਹਾਡਾ ਜੀਵਨ ਬਤੀਤ ਹੋਏਗਾ। ਤੁਸੀਂ ਜੋ ਆਪਸ਼ਨ ਨੂੰ ਇੱਕ ਵਾਰ ਸਿਲੈਕਟ ਕਰ ਲਿਆ ਉਸੇ ਵਿੱਚ ਹੀ ਉਹੀ ਸਾਡੇ ਐਕਸ਼ਨ ਬਣਦੇ ਨੇ, ਉਹੀ ਸਾਡੇ ਆਉਣ ਵਾਲੀ ਜ਼ਿੰਦਗੀ ਬਣਦੀ ਹੈ। ਵੀ ਜੀ ਇਹ ਤੁਸੀਂ ਬਿਲਕੁਲ ਸਹੀ ਕੀ ਕਹਿੰਦੇ ਰੱਬ ਦੇ ਹੁਕਮ ਨੂੰ ਫੋਲੋ ਕੀਤਾ। ਜਿਹੜੇ ਦੁਨਿਆਵੀ ਲੋਕ ਅਸੀਂ ਕਹਿਣ ਚਾਹੁੰ ਦੇਖ ਰਹੇ ਹਾਂ ਨਾ ਵੀ ਜੋ ਬੜੇ ਵੱਡੇ ਵੱਡੇ ਜਿਹਨਾਂ ਕੋਲ ਬੜਾ ਪੈਸਾ ਵੈ ਬੜੀ ਕੀ ਕਹਿੰਦੇ ਆ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਨੇ, ਉਹਨਾਂ ਨੇ ਉਹ ਪਸੰਦ ਕੀਤੀ ਸੀ, ਉਹਨਾਂ ਨੇ ਉਹਦੇ ਅਕੋਰਡਿੰਗ ਐਕਟ ਕੀਤੇ ਤੇ ਗੁਰਬਾਣੀ। ਲੇਕਿਨ ਅੱਗੇ ਸਾਨੂੰ ਇੱਕ ਕਹਿੰਦੇ ਦੇਖੋ ਤੁਹਾਨੂੰ ਦਿਖ ਰਹੇ ਹੋਏਗੀ ਦੁਨੀਆਂ ਦੇ ਵੱਡੇ ਵੱਡੇ ਲੋਕ ਕਹਿੰਦੇ, ਲੇਕਿਨ ਮੈਂ ਤੁਹਾਨੂੰ ਸਮਝਾਵਾਂ ਵੱਡੇ ਵੱਡੇ ਜੋ ਦੇਸ ਹੈ ਲੋਕ ਇਨਕੋ ਵਿਆਪੈ ਚਿੰਤਾ ਰੋਗ ਉਹਦੇ ਅੰਦਰ। ਗੁਰਬਾਣੀ ਕਹਿੰਦੀ ਕਹਿੰਦੇ ਤੁਸੀਂ ਇਹ ਤਾਂ ਦੇਖ ਰਹੇ ਹੋ ਨਾ ਬਾਹਰੋਂ ਦੇਖ ਰਹੇ ਹੋ ਵੀ ਉਹਨਾਂ ਕੋਲ ਬਹੁਤ ਪੈਸਾ ਹੈ ਬੜੇ ਐਸ਼ੋ ਇਸ਼ਰਤ ਕਰ ਰਹੇ ਕਹਿੰਦੇ, ਲੇਕਿਨ ਤੁਹਾਨੂੰ ਮੈਂ ਦੱਸ ਰਹੀ ਗੁਰਬਾਣੀ ਸਾਨੂੰ ਇਹ ਸਮਝਾ ਰਹੇ ਹਨ ਸਤਿਗੁਰੂ ਜੀ ਕਹਿੰਦੇ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਤੁਸੀਂ ਗੱਲ ਮੇਰੀ ਗੱਲ ਤੇ ਵਿਸ਼ਵਾਸ ਕਰੋ। ਕਹਿੰਦੇ ਉਹਨਾਂ ਕੋਲ ਜਿਹੜੇ ਤੁਹਾਨੂੰ ਦਿਖ ਰਹੇ ਨਾ ਵੱਡੇ ਵੱਡੇ ਕਹਿੰਦੇ ਉਹਨਾਂ ਵਿੱਚ ਬਹੁਤ ਚਿੰਤਾਵਾਂ ਹੁੰਦੀਆਂ ਨੇ, ਉਹ ਚਿੰਤਾ ਦੇ ਵਿੱਚ ਇੰਨੇ ਗ੍ਰਸਤ ਰਹਿੰਦੇ ਨੇ ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਪਿਆਰ ਦਇਆ ਨਿਮਰਤਾ ਕਹਿੰਦੇ ਗਾਇਬ ਹੋ ਜਾਂਦੀ ਹੈ, ਉਹਨਾਂ ਨੂੰ ਨੀਂਦਰਾ ਵੀ ਨਹੀਂ ਆਉਂਦੀਆਂ। ਚਿੰਤਾ ਦੇ ਵਿੱਚ ਕੀ ਹੁੰਦਾ ਤੁਸੀਂ ਆਪ ਵੀ ਸੋਚ ਸਕਦੇ ਹੋ। ਕਹਿੰਦੇ ਉਹ ਚਿੰਤਾ ਹੁੰਦੀ ਉਹਨਾਂ ਦੇ ਵਿੱਚ ਬਹੁਤ ਬਹੁਤ, ਕਹਿੰਦੇ ਦਿਖਣ ਨੂੰ ਬਹੁਤ ਵੱਡੇ ਵੱਡੇ ਦਿਖਦੇ ਨੇ ਦੁਨਿਆਵੀ ਲੋਕ ਕਹਿੰਦੇ, ਪਰ ਤਿੰਨਕੋ ਵਿਆਪੈ ਚਿੰਤਾ ਰੋ, ਉਹਨਾਂ ਨੂੰ ਇਹ ਵੀ ਚਿੰਤਾ ਹੁੰਦੀ ਹੈ ਕਿ ਸਾਡਾ ਅੱਜ ਜੋ ਅਸੀਂ ਬਿਜ਼ਨਸ ਖੜਾ ਕੀਤਾ ਹੈ ਅੱਜ ਜੋ ਸਾਡੇ ਕੋਲ ਐਸ਼ੋ ਆਰਾਮ ਦੇ ਸਾਧਨ ਹੈ ਕਿਤੇ ਚਲੇ ਨਾ ਜਾਣ, ਇਹ ਜਾਣ ਦੀ ਵੀ ਬੜੀ ਵੱਡੀ ਚਿੰਤਾ ਹੁੰਦੀ ਹੈ ਉਹਨਾਂ ਨੂੰ ਵੀ ਕਿਤੇ ਚਲੇ ਨਾ ਜਾਣ, ਕੋਈ ਹੋਰ ਨਾ ਆ ਕੇ ਸਾਡੀ ਜਗ੍ਹਾ ਤੇ ਬਹਿ ਜੇ, ਸਾਡਾ ਬਿਜ਼ਨਸ ਤੋਂ ਅੱਗੇ ਕੋਈ ਹੋਰ ਨਾ ਨਿਕਲ ਜਾਵੇ, ਬੜੀਆਂ ਚਿੰਤਾਵਾਂ ਹੁੰਦੀਆਂ ਉਹਨਾਂ ਨੂੰ। ਵੀਰ ਜੀ ਇੱਕ ਨਾਲ ਰਿਲੇਟਡ ਛੋਟੀ ਜਿਹੀ ਗੱਲ ਹੋਰ ਪੁੱਛਣਾ ਆਪ ਜੀ ਕੋਲ, ਜਿਹੜੇ ਸਾਡੇ ਕੌਮ ਦੇ ਸਿਧਾਂਤ ਨੂੰ ਪਹਿਰਾ ਦਿੰਦੇ ਹੋਏ 84 ਤੋਂ ਲੈ ਕੇ ਹੁਣ ਤਾਂ ਜਿਹੜੇ ਸ਼ਹਾਦਤ ਹੋਈਆਂ ਨੇ ਜਿਹੜੇ ਸਾਡੇ ਵੱਡੇ ਵੱਡੇ ਵੀਰ ਸ਼ਹਾਦਤ ਪਾ ਗਏ, ਉਹਨਾਂ ਦੇ ਬੱਚੇ ਉਹਨਾਂ ਦੇ ਜਿਹੜੇ ਅੱਗੇ ਦੀ ਜਿਹੜੀ ਜਨਰੇਸ਼ਨ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਭਿੱਖਿਆ ਮੰਗਣ ਤੱਕ ਆ ਜਾਣਾ ਪਿਆ, ਸਿਧਾਂਤ ਨੂੰ ਬਚਾਉਂਦੇ ਰਹਿ ਗਏ ਔਰ ਆਪਣਾ ਜੋ ਦੁਨਿਆਵੀ ਜੀਵਨ ਸੀ ਉਹ ਇਤਨਾ ਉਹਦਾ ਸਤਰ ਨਿਮ ਹੋ ਗਿਆ ਕਿ ਦਵਾਈਆਂ ਚ ਪੈਸੇ ਨੀ, ਪੜ੍ਹਾਈ ਦੇ ਪੈਸੇ ਨੀ। ਔਰ ਇਹ ਸੱਚਾਈ ਤੁਸੀਂ ਵੀ ਜਾਣਦੇ ਹੋ ਕਿ ਉਹ ਜਿਹੜਾ ਉਹਨਾਂ ਦੇ ਅੱਗੇ ਦੀ ਜਨਰੇਸ਼ਨ ਦਾ ਕੀ ਹੋਇਆ, ਔਰ ਜਿਹਨਾਂ ਨੇ ਮੁੰਡੇ ਮਰਵਾਏ ਅੱਜ ਉਹ ਸਾਲ ਉਹ ਰਾਜ ਕਰਦੇ ਪਏ ਆ, ਤੁਸੀਂ ਕਹਿ ਰਹੇ ਉਹਨਾਂ ਨੂੰ ਕੋਈ ਸੰਤਾਪ ਨੀ, ਉਹਨਾਂ ਨੂੰ ਸ਼ਾਂਤੀ ਨੀ ਮਿਲਦੀ, ਤੇ ਉਹ ਮੈਂ ਨੀ ਕਹਿ ਰਿਹਾ ਵੀਰ ਜੀ, ਮੈਂ ਸਿਰਫ ਗੁਰਬਾਣੀ ਦੀ ਤੁਕਾਂ ਦੇ ਅਰਥ ਕਰ ਰਿਹਾ। ਗੁਰਬਾਣੀ ਕਹਿ ਰਹੀ ਹੈ ਕਿ ਵੱਡੇ ਵੱਡੇ ਜੋ ਦੀਸ ਹੈ ਲੋਕ ਵੀ ਸਾਨੂੰ ਜੋ ਵੱਡੇ ਵੱਡੇ ਦਿਖ ਰਹੇ ਹੈ ਨਾ ਦੁਨਿਆਵੀ ਦੇ ਲੋਕ, ਗੁਰਬਾਣੀ ਆਖ ਰਹੀ ਹੈ ਕਿ ਤਿੰਨ ਕੋ ਵਿਆਪੈ ਚਿੰਤਾ ਰੋਗ। ਮੈਂ ਇਸ ਗੱਲ ਤੇ ਵਿਸ਼ਵਾਸ ਕਰ ਰਿਹਾ ਵੀ ਹਾਂ ਗੁਰਬਾਣੀ ਜੋ ਆਖ ਰਹੀ ਉਹ ਸੱਚ ਆਖ ਰਹੀ ਹੈ। ਗੁਰਬਾਣੀ ਕਹਿ ਰਹੀ ਹੈ ਵੀਰ ਜੀ, ਮੈਂ ਥੋੜੀ ਵੱਡੇ ਵੱਡੇ ਬੰਦਿਆਂ ਦੇ ਵਿੱਚ ਜਾ ਕੇ 24 ਘੰਟੇ ਉਹਨਾਂ ਦੇ ਨਾਲ ਲੈ ਕੇ ਫਿਰ ਤੁਹਾਨੂੰ ਦੱਸ ਰਿਹਾ ਕਿ ਦੇਖੋ ਮੈਂ ਉਹਦੇ ਨਾਲ ਰਿਹਾ, ਮੈਂ ਉਹਦੇ ਨਾਲ ਲੜਿਆ, ਮੈਂ ਕੌਮ ਦੇ ਇਹਨਾਂ ਲੀਡਰਾਂ ਨਾਲ ਲਿਆ, ਦੇਖੋ ਉਹਨਾਂ 'ਚ ਚਿੰਤਾ ਹੁੰਦੀ। ਮੈਂ ਇਸ ਕਰਕੇ ਨਹੀਂ ਦੱਸ ਰਿਹਾ, ਗੁਰਬਾਣੀ ਮੈਨੂੰ ਕਹਿ ਰਹੀ ਹੈ ਕਿ ਉਹਨਾਂ ਵਿੱਚ ਚਿੰਤਾ ਰੋਗ ਹੁੰਦਾ ਹੈ, ਮੇਰੀ ਗੱਲ ਮੰਨ ਲਓ, ਮੈਂ ਉਹ ਗੱਲ ਮੰਨ ਚੁੱਕਾ। ਗੁਰਬਾਣੀ ਗੁਰਬਾਣੀ ਜੋ ਕਹਿੰਦੀ ਹੈ ਮੈਂ ਉਸ 'ਤੇ ਆਪਣਾ ਭਰੋਸਾ ਲੈ ਆਉਂਦਾ ਵਾਂ। ਦੇਖੋ ਗੁਰਬਾਣੀ ਜਿਸ ਤਰ੍ਹਾਂ ਸਾਨੂੰ ਸਮਝਾ ਰਹੀ ਹੈ ਨਾ, ਮੈਂ ਵੱਡੇ ਵੱਡੇ ਲੋਕਾਂ ਵਿੱਚ ਜਾ ਕੇ ਤਾਂ ਰਹਿ ਨਹੀਂ ਸਕਦਾ ਨਾ ਮੈਂ ਰਿਹਾ, ਗੁਰਬਾਣੀ ਕਹਿੰਦੀ ਦੇਖੋ ਮੈਂ ਤੁਹਾਨੂੰ ਕਹਿੰਦੀ ਸਮਝਾ ਸਕਦੀ ਹਾਂ, ਮੈਂ ਵੀ ਤੁਹਾਡੇ ਨਾਲ ਗੁਰਬਾਣੀ ਦੀ ਉਹ ਮਤ ਹੀ ਸ਼ੇਅਰ ਕਰ ਰਿਹਾ। ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਤੁਸੀਂ ਵਿਸ਼ਵਾਸ ਰੱਖਿਓ, ਭਰੋਸਾ ਰੱਖਿਓ, ਉਹਨਾਂ ਦੇ ਵਿੱਚ ਚਿੰਤਾ ਰੋਗ ਹੁੰਦੇ ਆ। ਲੇਕਿਨ ਕਹਿੰਦੇ ਮੈਂ ਤੁਹਾਨੂੰ ਇਹ ਵੀ ਦੱਸ ਰਹੀ ਹਾਂ, ਜਿਹੜੇ ਗੁਰਮੁਖ ਹੁੰਦੇ ਨੇ ਜਿਹੜਾ ਆਪਣਾ ਮਨ ਸ਼ਬਦ ਵਿੱਚ ਜੋੜ ਕੇ ਸ਼ਬਦ ਦੀ ਕਮਾਈ ਕਰਦੇ ਨੇ, ਕਹਿੰਦੇ ਅੱਜ ਵਾਲੇ ਸ਼ਬਦ ਦੇ ਮੁਤਾਬਕ ਹੀ ਕਹਿੰਦੇ ਉਹਨਾਂ ਦੇ ਵਿੱਚ ਮਾਇਆ ਮੋਹ ਮੈਲ ਪਤੰਗ ਕੁੱਝ ਨਹੀਂ ਹੁੰਦਾ। ਕਹਿੰਦੇ ਉਹ ਅੰਮ੍ਰਿਤ ਪੀਂਦੇ ਨੇ, ਉਹ 24 ਘੰਟੇ ਅੰਮ੍ਰਿਤ ਵਿੱਚ ਅੰਮ੍ਰਿਤ ਪੀ ਪੀ ਕੇ ਅੰਮ੍ਰਿਤ ਹੋ ਜਾਂਦੇ ਨੇ ਉਹਨਾਂ ਦਾ ਮਨ। ਹੁਣ ਬਾਰ ਬਾਰ ਆਤਮਕ ਮੌਤ ਉਹਨਾਂ ਦੀ ਨਹੀਂ ਆਉਂਦੀ, ਉਹਨਾਂ ਦੀ ਸੁਰਤ ਹੁਣ ਨਹੀਂ ਮਰਦੀ ਸਤਿਗੁਰੂ ਦੇ ਵਿਚਾਰਾਂ ਤੋਂ, ਉਹਨਾਂ ਨੂੰ ਸਬਰ ਸੰਤੋਖ ਵਿੱਚ ਹੀ ਜੀਵਨ ਉਹਨਾਂ ਦਾ ਬਤੀਤ ਹੁੰਦਾ ਔਰ ਉਹਨਾਂ ਦੀ ਅਵਸਥਾ ਸਦਾ ਵਿਗਾਸ ਵਾਲੀ ਹੁੰਦੀ ਹੈ। ਗੁਰਬਾਣੀ ਆਖਦੀ ਹੈ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਐਜ਼ ਅ ਹੋਸਟ, ਕੋਈ ਪੋਲੀਟੀਕਲ ਕਿਸੇ ਦਾ ਨਾਂ ਨਹੀਂ ਲਿੱਤਾ ਜਾਏਗਾ,
किसी भी बंदे का नाम नहीं लिता जाएगा क्योंकि असं रिकॉर्डिंग करिए या ना करिए ऑनलाइन है तो परचा एज अ होस्ट मेरे से दर्ज हो जाएगा। हूँ दूजा सवाल है वीर प्रतीत सिंह जी का, सब न बेनती है पोलिटिकल किसी का नाम नहीं लिता जाएगा कभी भी। जी वीर जी प्रतीत सिंह जी थोड़ा अगला सवाल। हाँ जी मेरा सवाल नहीं है, मेरा एक की कहते हैं सब कुछ आपे आप वरते गुरमुख तन मन पीजे है ते ऐसे जिसे तन दी भी गल आंदी है। हाँ जी सिर्फ मन करके नहीं जब तुहाडा तन भी उस चीज नूं फॉलो करना शुरू कर देंदा है। जी आवाज कट रही है जी, आवाज नहीं आ रही जी, थोड़ी वॉइस ही नहीं आ रही है। फोन ठीक है जी? जी आ रही है जी, बोल। हाँ जी गुरबाणी दी एक होर तुक है कर्मा ऊपर निबड़े जे लोचे सब कोए। अमूमन असी देखने के बंदे ए एक्सक्यूज देने ने कि असी मन तो सिखा, असी मन असी दिल तो सिखा, सानू ए करन दी की लोड़े, सानू ए चीज फॉलो करन दी की लोड़े, ते की गुरबाणी एथे उना उना दा भी जवाब दिंदी पई है कि जिथे सिर्फ तुहाडे मन करके नहीं तुहाडे तन करके भी तुहाडे एक्शंस करके भी तुसी सिख बनोगे तां ही तुहाडा निबेड़ा है, नहीं ते तुहाडा निबेड़ा नहीं है, तुसी इस नूं एज़ एक्सक्यूज ना लवो। बिल्कुल ठीक बोलिया तुसी भी जी, ते इही गुरबाणी सी इही समझा रही इत्थे कि कहिंदे कहिंदे जिहड़ा मन सतगुरु दे शरण विच आएगा जदों ओहदे मन विच सतगुरु दी सिख्या वज गई कहिंदे उस तों बाद की होएगा, कहिंदे ओहदे तन दे जिहड़े कर्म इंद्रिय ने ना जिन्हां ने कर्म करना है कहिंदे ओह वी हुण सतगुरु दी ओहदे कर्म वी बदल जाणगे, ओह सारे कर्म उहनां दे कर्म उस बंदे दे कर्मां दे विचों वी ओहदी मत प्रगट होएगी, भाव ओहदे तन वी सतगुरु दी मत दे विच भिज्जिया रहेगा, भाव के सतगुरु दी जो सतगुरु जी कहणगे जो सतगुरु जी दी सिख्या ओहदे ओहदे एक्शंस वी उस तरह दे होणगे, एक्शनां चों वी दिखेगा ਕਿ ਉਹ ਬੰਦਾ ਸਤਿਗੁਰੂ ਜੀ ਦੇ ਨਾਲ ਜੁੜਿਆ ਹੋਇਆ ਹੈ ਕਿ ਨਹੀਂ, ਸਾਡੇ ਐਕਸ਼ਨ ਵੀ ਠੀਕ ਹੋ ਜਾਣਗੇ, ਸਾਡੇ ਐਕਸ਼ਨ ਵੀ ਗੁਰੂ ਦੀ ਸਿੱਖਿਆ ਦੇ ਅਕੋਰਡਿੰਗ ਹੋ ਜਾਣਗੇ। ਇਸ ਨੂੰ ਗੁਰਬਾਣੀ ਆਖਦੀ ਹੈ ਮਨ ਵਚ ਕਰਮ, ਇਹ ਉਸੇ ਨੂੰ ਇੱਥੇ ਸਤਿਗੁਰੂ ਜੀ ਬੋਲ ਰਿਹਾ ਮਨ ਤੇ ਕਰਮ ਨੂੰ ਇੱਥੇ ਬੋਲ ਸਤਿਗੁਰੂ ਜੀ ਤਨ ਤੇ ਮਨ ਕਰਕੇ ਸੰਬੋਧਨ ਕਰ ਰਹੇ ਹਾਂ। ਹਾਂਜੀ ਹਾਂ ਮਤਲਬ ਉਹੀ ਹੋਇਆ ਨਾ ਕਿ ਵਿਜੇ ਹਾਂਜੀ ਹਾਂਜੀ ਜੋ ਸਹੀ ਬੋਲਦੇ ਆ ਅਸੀਂ ਤੇ ਮਨ ਤੋਂ ਸਿੱਖ ਹਾਂਜੀ ਸਾਨੂੰ ਇਹ ਚੀਜ਼ ਫੋਲੋ ਕਰਨ ਦੀ ਕੀ ਲੋੜ ਹੈ, ਸਾਨੂੰ ਇਹ ਚੀਜ਼ ਮੰਨਣ ਦੀ ਕੀ ਲੋੜ ਹੈ, ਇੱਥੇ ਗੁਰੂ ਸਾਹਿਬ ਇਹ ਚੀਜ਼ ਕਲੀਅਰ ਕਰਦੇ ਨੇ ਕਿ ਸਿਰਫ ਮਨ ਕਰਕੇ ਨਹੀਂ ਮਨ ਕਰਕੇ ਵੀ ਤੁਹਾਨੂੰ ਫੋਲੋ ਕਰਨਾ ਜ਼ਰੂਰੀ ਹੈ। ਸਾਡੇ ਐਕਸ਼ਨ ਵੀ ਆਪਣੀ ਗੱਲਾਂ ਵਿੱਚ ਕੁਐਸਚਨ ਵਿੱਚ ਬਹੁਤ ਬਾਖੂਬੀ ਆਨਸਰ ਖੁਦ ਹੀ ਦਿੱਤਾ ਸੀਗਾ। ਜੀ ਜੀ ਮੈਂ ਖਾਲੀ ਇਹ ਚੀਜ਼ ਮਤਲਬ ਮੇਰਾ ਜੋ ਇਹਦਾ ਅੰਡਰਸਟੈਂਡਿੰਗ ਹੈ ਉਹ ਸਹੀ ਹੈ ਕਿ ਗਲਤ ਹੈ ਉਹੀ ਵੀ ਸਹੀ ਸੋਚ ਰਹੇ ਹੋ ਜੀ। ਮਨ ਅਸੀਂ ਆਪਾਂ ਕੱਲ ਗੱਲ ਕੀਤੀ ਸੀ ਵੀ ਕਈ ਲੋਕ ਕਹਿੰਦੇ ਨੇ ਵੀ ਮਨ ਸਾਫ਼ ਹੋਣਾ ਚਾਹੀਦਾ ਹੈ ਸਤਿਗੁਰੂ ਜੀ ਦੇ ਕੋਲ ਆਉਣ ਦੀ ਕੀ ਲੋੜ, ਉਹ ਕੱਲ ਵੀ ਸ਼ਾਇਦ ਸ਼ਬਦ ਦੇ ਵਿੱਚ ਤੁੱਕ ਆਏ ਸੀ ਤਾਂ ਆਪਾਂ ਕੱਲ ਵੀ ਵਿਚਾਰ ਕੀਤੀ, ਸਤਿਗੁਰੂ ਜੀ ਕਹਿੰਦੇ ਨੇ ਤੇਰਾ ਅਗਰ ਤਨ ਐਕਸ਼ਨ ਤੇਰੇ ਠੀਕ ਹੋ ਜਾਣ ਫਿਰ ਤਾਂ ਕਹਿੰਦੇ ਤੈਨੂੰ ਸਤਿਗੁਰੂ ਜੀ ਦੇ ਕੋਲ ਆਉਣ ਦੀ ਲੋੜ ਹੀ ਨਹੀਂ, ਕਹਿੰਦੇ ਐਕਸ਼ਨ ਠੀਕ ਨਹੀਂ ਹੋਣਗੇ ਐਕਸ਼ਨ ਅੱਜ ਵਾਲੇ ਸ਼ਬਦ ਵਿੱਚ ਦੇਖੋ ਸਤਿਗੁਰੂ ਜੀ ਨੇ ਕਿੰਨੇ ਪਿਆਰ ਨਾਲ ਪਹਿਲਾਂ ਦੋ ਪਦਿਆਂ ਨੂੰ ਮਨ ਵਿੱਚ ਮਨ ਨੂੰ ਦੱਸਿਆ ਕਿ ਮਨ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ, ਮਨ ਨਾਮ ਰਸਾਇਣ ਪੀਂਦਾ, ਮਨ ਅੰਮ੍ਰਿਤ ਪੀਂਦਾ, ਮਨ ਗੁਰੂ ਦੀ ਮੱਤ ਵਿੱਚ ਭਿੱਜਿਆ ਰਹਿੰਦਾ, ਫਿਰ ਕਹਿੰਦਾ ਇਹ ਐਕਸ਼ਨ ਹੋਣ ਤੋਂ ਬਾਅਦ ਨਾ ਕਹਿੰਦਾ ਤਾਂ ਉਹਦੇ ਤਨ ਦੇ ਐਕਸ਼ਨ ਵੀ ਮਨ ਦੇ ਇਨ ਐਕਸ਼ਨ ਦੇ ਅਕੋਰਡਿੰਗ ਹੋ ਜਾਂਦੇ, ਤਾਂ ਤਨ ਵੀ ਤਨ ਦੇ ਜਿਹੜੇ ਐਕਸ਼ਨ ਹੈ ਤਨ ਦੇ ਕਰਮ ਵੀ ਕਹਿੰਦੇ ਤਾਂ ਠੀਕ ਹੁੰਦੇ ਨੇ ਕਿ ਜਦੋਂ ਸਾਡਾ ਮਨ ਜਦੋਂ ਸਤਿਗੁਰੂ ਦੀ ਸਿੱਖਿਆ ਵਿੱਚ ਪਤੀ ਜਾਂਦਾ ਭਿੱਜ ਜਾਂਦਾ, ਮਨ ਪਹਿਲਾਂ ਜੁੜੇਗਾ ਫਿਰ ਸਾਡਾ ਤਨ ਤਾਂ ਉਹਦੇ ਅਕੋਰਡਿੰਗ ਚੱਲਦਾ ਹੈ। ਹਾਂਜੀ ਜੀ ਵੀਰ ਜੀ ਅਗਲਾ ਹੈਗਾ ਸਰਨਜੀਤ ਸਿੰਘ ਵੀਰ ਜੀ ਦਾ, ਵੀਰ ਜੀ ਆਪਣੀ ਆਡੀਓ ਆਨ ਕਰਕੇ ਪੁੱਛੋ ਜੀ। ਹਾਂਜੀ ਵੀਰ ਜੀ ਵਾਹਿਗੁਰੂ, ਵੀਰ ਜੀ ਨੇ ਕੱਲ ਵੀ ਵਿਚਾਰ ਦਿੱਤੇ ਸਨ ਇਸ ਬਾਰੇ ਕਿ ਕਰਮਾਂ ਦਾ ਲੇਖਾ ਜੋਖਾ ਇੱਥੇ ਹੀ ਹੁੰਦਾ ਹੈ, ਅੱਗੇ ਮਨ ਕਿਉਂਕਿ ਮਰ ਜਾਂਦਾ ਹੈ ਤੇ ਹਿਸਾਬ ਕਿਤਾਬ ਨਹੀਂ ਹੁੰਦਾ, ਪਰ ਗੁਰਬਾਣੀ ਦੀ ਕੁਛ ਪੰਕਤੀਆਂ ਹੈਗੀ ਨੇ ਜਿਹਦੇ ਵਿੱਚ ਮੈਨੂੰ ਹੋਰ ਵਿਚਾਰਨ ਦੀ ਲੋੜ ਹੈ, ਮੈਨੂੰ ਸਮਝ ਨਹੀਂ ਆ ਰਹੀ ਹੈ, ਮੇਰੀ ਮਤ ਛੋਟੀ ਕਰਕੇ ਮੇਰੀ ਬੇਨਤੀ ਹੈ ਇਸ ਪੰਕਤੀ ਦੇ ਪ੍ਰਥਾ ਹੈ ਤੁਸੀਂ ਥੋੜਾ ਜਿਹਾ ਹੋਰ ਵਿਚਾਰ ਨੂੰ ਵਧਾਓ। ਆਸਾ ਦੀ ਵਾਰ ਜੀ ਤੀਜੀ ਪੌੜੀ ਵਿੱਚ ਅਸੀਂ ਪੜ੍ਹਨੇ ਆ, ਆਪ ਹੀ ਨੇ ਭੋਗ ਭੋਗ ਕੇ ਹੋਏ ਪਸਵੜ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕਤ ਚਲਾਇਆ। ਉਹਦੇ ਬਾਅਦ ਆਉਂਦੀ ਪੰਕਤੀ, ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ।
ਅੱਗੇ ਕਰਨੀ ਕਿਰਤ ਵਾਚੀਏ ਬੈ ਲੇਖਾ ਕਰ ਸਮਝਾਇਆ ਦਾ ਭਾਵ ਮੈਨੂੰ ਦੱਸਿਆ ਜੇ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ ਦੇਖੋ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਨੀ ਨੂੰ ਸਮਝਾਂਗੇ ਗੁਰਬਾਣੀ ਕਰਨੀ ਆਖਦੀ ਕੀ ਹੈ। ਕਰਨੀ ਗੁਰਬਾਣੀ ਕਰਨੀ ਸਾਡੀ ਜਿਹੜਾ ਮਨ ਜਦੋਂ ਚੰਗੀ ਕਰਨੀ ਨੂੰ ਆਪਣੀ ਵੋਟੀ ਬਣਾ ਲੈਂਦਾ ਨਾ ਉਹੀ ਸ਼ਬਦ ਆਪਾਂ ਦੁਆਰਾ ਪੜਾਂਗੇ। ਇੱਕ ਵਾਰ ਸਾਰਿਆਂ ਦਾ ਧਿਆਨ ਉੱਥੇ ਸ਼ਬਦ ਵੀ ਜਾਓ ਜੇ ਹੋ ਸਕਦਾ ਸਾਰੇ ਆਪਣੇ ਮੋਬਾਈਲ ਤੇ ਸ਼ਬਦ ਕੱਢੋ। ਜਿਹੜਾ ਸ਼ਬਦ ਸ਼ੁਰੂ ਹੁੰਦਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ। ਉਹਦੇ ਵਿੱਚੋਂ ਅਗਲੀਆਂ ਤੁਕਾਂ ਆਉਂਦੀ ਹੈ ਸ਼ਰਮ ਸੁਰਤ ਦੋਏ ਸਸੁਰ ਭਏ ਕਰਨੀ ਕਾਮਨ ਕਰ ਮੰਨ ਲੇ। ਜਦੋਂ ਸਾਡਾ ਮਨ ਚੰਗੀ ਜਿਵੇਂ ਅੱਜ ਵੱਲ ਇਹ ਅੱਜ ਵਾਲੇ ਮਨ ਦੀ ਗੱਲ ਕਰੇ ਜਿਸ ਮਨ ਨੇ ਗੁਰੂ ਦੀ ਮਤ ਰੂਪੀ ਮਾਂ ਕੀ ਕਹਿ ਮਾਂ ਦੀ ਸ਼ਰਨ ਵਿੱਚ ਆਇਆ ਜਿਵੇਂ ਅੱਜ ਵਾਲੇ ਸ਼ਬਦ ਕਹਿ ਰਹੇ ਨੇ ਗੁਰ ਕੈ ਸ਼ਬਦ ਜਨ ਸੋ ਹੈ। ਉਹ ਜਿਹੜਾ ਮਨ ਜਿਸਨੇ ਗੁਰੂ ਦੇ ਸ਼ਬਦ ਨੂੰ ਆਪਣੀ ਮਾਂ ਬਣਾ ਲਿਆ ਗੁਰੂ ਦੀ ਮਤ ਨੂੰ ਬਣਾ ਲਿਆ ਜਿਸਨੇ ਸੰਤੋਖ ਨੂੰ ਆਪਣਾ ਪਿਤਾ ਬਣਾ ਲਿਆ ਹੈ ਇਹ ਸ਼ਬਦ ਦੇ ਵਿੱਚ ਉਹਦੀ ਗੱਲ ਚੱਲ ਰਹੀ ਹੈ ਕਿ ਉਸਨੇ ਹੁਣ ਆਪਣੀ ਕਰਨੀ ਕਿਸ ਨੂੰ ਬਣਾਇਆ ਹੈ ਚੰਗੀ ਉੱਚੇ ਆਚਰਣ ਨੂੰ ਕਰਨੀ ਬਣਾਇਆ ਕਿਸ ਦੀ ਜਿਸ ਮਨ ਨੇ ਆਪਣੀ ਮਤ ਬਣਾਈ ਆਪਣੀ ਮਾਂ ਕਿਸ ਨੂੰ ਚੁਣਿਆ ਗੁਰੂ ਦੀ ਮਤ ਨੂੰ। ਜਦੋਂ ਅਸੀਂ ਗੁਰੂ ਦੀ ਮਤ ਨੂੰ ਆਪਣੀ ਮਾਂ ਤੇ ਸਤਿਗੁਰੂ ਸੰਤੋਖ ਵਿੱਚ ਆਪਣਾ ਪਿਤਾ ਬਣਾਉਂਦੇ ਹਾਂ ਤੇ ਇਹ ਉਸ ਮਨ ਦੀ ਅਵਸਥਾ ਵਿੱਚ ਦੱਸ ਰਹੇ ਹਨ। ਉਹ ਸ਼ਬਦ ਦੇ ਵਿੱਚ ਜਦੋਂ ਕਹਿ ਰਹੇ ਨੇ ਨਾ ਕਿ ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ ਸਮਝਾਇਆ ਉੱਥੇ ਮਨ ਨੂੰ ਸਮਝਾ ਰਹੇ ਹਨ ਮਨ ਅੰਧੇ ਜਨਮ ਗਵਾਏ। ਉਹ ਮਨ ਕਿਹੜਾ ਆਉਂਦਾ ਕਿਉਂਕਿ ਗੁਰੂ ਘਰ ਵਿੱਚ ਜਨਮ ਪਤਾ ਗੁਰਬਾਣੀ ਕਦੋਂ ਮੰਨਦੀ ਹੈ ਗੁਰੂ ਕਹਿੰਦੇ ਨੇ ਉਹ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਗੁਰ ਕੈ ਸ਼ਬਦ ਬਣਾਵੋ ਇਹ ਮਨ ਕਰਦੇ ਨੇ ਨਾ ਸਾਧ ਸੰਗ ਭਇਓ ਜਨਮ ਪ੍ਰਾਪਤ। ਜਦੋਂ ਸਾਡਾ ਮਨ ਗੁਰੂ ਦੇ ਸ਼ਬਦ ਦੀ ਸ਼ਰਨ ਵਿੱਚ ਆ ਕੇ ਜਦੋਂ ਮਨ ਬਣਦਾ ਹੈ ਨਾ ਮਾਤਾ ਰੂਪੀ ਮਤ ਗੁਰੂ ਰੂਪੀ ਮਤ ਰੂਪੀ ਮਾਂ ਤੇ ਸੰਤੋਖ ਰੂਪੀ ਪਿਤਾ ਤੋਂ ਜਦੋਂ ਇਹ ਸਾਡਾ ਮਨ ਬਣਦਾ ਹੈ ਉਸ ਮਨ ਦੇ ਬਾਰੇ ਤਾਂ ਆ ਰਿਹਾ ਕਿ ਉਹ ਤਾਂ ਆਪਣੀ ਚੰਗੀ ਕਰਨੀ ਨੂੰ ਆਪਣੀ ਵੋਟੀ ਬਣਾਉਂਦਾ। ਲੇਕਿਨ ਇਸ ਸ਼ਬਦ ਵਿੱਚ ਉਹ ਮਨ ਦੀ ਗੱਲ ਕਰ ਰਿਹਾ ਜਿਸ ਮਨ ਨੇ ਗੁਰੂ ਦੀ ਮਤ ਨੂੰ ਆਪਣੀ ਮਾਂ ਨਹੀਂ ਬਣਾਇਆ ਜਿਹੜਾ ਮਨ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਇਆ ਮਨ ਅੰਧੇ ਜਨਮ ਗਵਾਇਆ ਜਿਹੜਾ ਮਨ ਗੁਰੂ ਦੇ ਗਿਆਨ ਰੂਪੀ ਜੋਤ ਨੂੰ ਛੋੜ ਕੇ ਹਨੇਰੇ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਕਿਹੜਾ ਜੀਵਨ ਉਸਨੇ ਜਨਮ ਗਵਾ ਲਿਆ ਜਿਹੜਾ ਉਸਨੂੰ ਗੁਰੂ ਘਰ ਵਿੱਚ ਜਨਮ ਪ੍ਰਾਪਤ ਹੋਇਆ ਸੀ ਨਾ ਮਤ ਮਾਤਾ ਰੂਪੀ ਮਤ ਵਿੱਚ ਗੁਰ ਕੈ ਸ਼ਬਦ ਬਣਾਇਓ ਜਿਸਨੇ ਇਹ ਮਨ ਕਰਨਾ ਸੀ ਜਿਸਨੇ ਨਹੀਂ ਕੀਤਾ ਉਹ ਵਾਲੇ ਜਨਮ ਉਸਨੇ ਅੰਧੇਰੇ ਵਿੱਚ ਪਾਵ ਅਗਿਆਨਤਾ ਦੇ ਵਿੱਚ ਜਿਹੜਾ ਉਹ ਗਵਾ ਲਿਆ ਉਸ ਵਿੱਚ ਕਹਿ ਰਿਹਾ ਕਹਿੰਦੇ ਤੇਰੀ ਕਰਨੀ ਸੀ ਨਾ ਉਹ ਸੀ ਚੰਗੀ ਡੀਡ ਨਹੀਂ ਸੀ ਤੂੰ ਚੰਗੀ ਕਰਨੀ ਨੂੰ ਆਪਣੀ ਵੋਟੀ ਨਹੀਂ ਬਣਾਇਆ ਸੀ। ਉੱਥੇ ਫਿਰ ਉਸ ਮਨ ਨੂੰ ਸਮਝਾਇਆ ਜਾਂਦਾ ਹੈ ਅੱਗੇ ਕਰਨੀ ਕੀ ਤੋ ਜਿਹੜੀ ਤੂੰ ਚੰਗੀ ਡੀਡਾ ਨਹੀਂ ਕਰ ਰਿਹਾ ਨਾ ਕਹਿੰਦੇ ਤੇਰੇ ਆਉਣ ਵਾਲੇ ਜੀਵਨ ਦੇ ਵਿੱਚ ਤੈਨੂੰ ਉਹਦਾ 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 ਫਲ ਭੁਗਤਣਾ ਪਏਗਾ ਤੈਨੂੰ ਗੁਰਬਾਣੀ ਦੱਸੇਗੀ ਵੀ ਤੈਨੂੰ ਉਹਦਾ ਫਲ ਕੀ ਮਿਲਣਾ ਹੈ। ਜਿਵੇਂ ਮਨਮੁਖ ਦਾ ਆਚਰਨ ਗੁਰਬਾਣੀ ਬਾਰ ਬਾਰ ਦੱਸਦੀ ਹੈ ਉਹ ਸ਼ਬਦ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਤੂੰ ਚੰਗੀ ਆਚਰਨ ਰੂਪੀ ਆਪਣੀ ਇਸਤਰੀ ਨਹੀਂ ਬਣਾਈ ਹੋਈ ਸੀ ਨਾ ਮਨ ਤੋਰ ਇੱਕ ਤਾਂ ਤੂੰ ਆਪਣਾ ਜੀਵਨ ਵਿਅਰਥ ਗਵਾ ਲਿਆ ਮਨ ਅੰਧੇ ਜਨਮ ਗਵਾਇਆ ਕਿਹੜਾ ਜਨਮ ਸੀ ਜਿਹੜਾ ਤੂੰ ਗੁਰੂ ਘਰ ਚ ਆ ਕੇ ਬਣਾ ਲੈਣਾ ਸੀ ਪਰ ਤੂੰ ਨਹੀਂ ਲਿੱਤਾ ਤੂੰ ਮਨ ਮਤ ਵਿੱਚ ਜਿਹੜਾ ਜਨਮ ਲਿੱਤਾ ਸੀ ਨਾ ਤੇਰਾ ਉਹ ਜਨਮ ਤਾਂ ਗਿਆ ਹੁਣ ਤੈਨੂੰ ਉਹਦੇ ਸਜ਼ਾ ਵੀ ਮਿਲੇਗੀ ਕਿ ਤੈਨੂੰ ਜਿਹੜੀ ਤੂੰ ਭੈੜੀ ਮਤ ਦੇ ਕਾਰਨ ਤੇਰੇ ਜਿਹੜੇ ਹੁਣ ਆਚਰਣ ਨੇ ਤੇਰੇ ਹੁਣ ਭੈੜੀਆਂ ਕਰਨੀ ਵਾਲੀਆਂ ਕਰਨੀ ਭੈੜੇ ਆਚਰਣ ਵਰਗੇ ਭੈੜੇ ਕਰਮਾਂ ਰੂਪੀ ਕੀ ਕਹਿੰਦੇ ਆ ਵੋਟੀ ਸੀ ਉਹ ਤੇਰੇ ਹੁਣ ਜੀਵਨ ਦੇ ਨਾਲ ਚੱਲੇਗੀ ਤੇਰਾ ਹੁਣ ਤੈਨੂੰ ਉਹ ਲੇਖਾ ਦੇਣਾ ਪਵੇਗਾ ਕਿਉਂਕਿ ਤੂੰ ਗੁਰੂ ਦੇ ਸ਼ਰਨ ਵਿੱਚ ਆ ਕੇ ਆਪਣਾ ਜਨਮ ਪ੍ਰਾਪਤ ਨਹੀਂ ਕੀਤਾ ਤੂੰ ਆਪਣੇ ਮਤ ਦੇ ਮਤ ਵਿੱਚ ਜਿਹੜਾ ਜਨਮ ਸੀ ਉਹ ਤੇਰਾ ਵਿਅਰਥ ਜਾ ਰਿਹਾ ਵਿਅਰਥ ਚਲੇ ਗਿਆ। ਹਾਂਜੀ ਅੱਗੇ ਕਰਨੀ ਕਿਰਤ ਵਾਚੀਏ ਇਹਦਾ ਕੀ ਭਾਵ ਸਮਝੀਏ ਅਸੀਂ ਅੱਗੇ ਤੇ ਇੱਕ ਬਾਣੀ ਦੀ ਹੋਰ ਪੰਕਤੀਆਂ ਹੈਗੀਆਂ ਨੇ ਵੀਰ ਜੀ ਇੱਕ ਹੋਰ ਸੁਣ ਲਓ ਜਿਹੜਾ ਕਿ ਅਸੀਂ ਤੇਰਵੇਂ ਛੰਦ ਵਿੱਚ ਪੜ੍ਹਨੇ ਆ ਜਿਹਨਾਂ ਮਸਤਕ ਧੁਰ ਹਰ ਲਿਖਿਆ ਜਿੰਨਾ ਸਤਿਗੁਰ ਮਿਲਿਆ ਰਾਮ ਰਾਜ ਇਹ ਧੁਰ ਦਰਗਾਹ ਦੀ ਵੀ ਗੱਲ ਆ ਗਈ ਪਹਿਲਾਂ ਤੋਂ ਤੇ ਅਸੀਂ ਸੁਹੇਲੇ ਸਾਹਿਬ ਵਿੱਚ ਪੜ੍ਹਨੇ ਆ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਵਿੱਚ ਕੀ ਪੂਰਬ ਲਿਖਤ ਲਿਖੇ ਗੁਰ ਪਾਇਆ ਜਿਸ ਤਰ੍ਹਾਂ ਵਿਚਾਰ ਕੀਤਾ ਸੀ ਹਰਵਿੰਦਰ ਵੀਰ ਜੀ ਨੇ ਕਿ ਗੁਰਬਾਣੀ ਦੀ ਬੇਅੰਤ ਪੌੜੀਆਂ ਬੇਅੰਤ ਪੰਕਤੀਆਂ ਇਸ ਤਰ੍ਹਾਂ ਦੀ ਹੈਗੀਆਂ ਨੇ ਜੇ ਪੂਰਬ ਜਨਮ ਵਾਲੇ ਸਾਨੂੰ ਬੜਾ ਹੀ ਭੁਲੇਖਾ ਪਾਉਂਦੀਆਂ ਨੇ ਤੇ ਸਾਡੀ ਸਮਝਣ ਦੀ ਕਸੌਟੀ ਤੋਂ ਕੇਵਲ ਤੇ ਕੇਵਲ ਗੁਰਬਾਣੀ ਹੈਗੀ ਹੈ ਤੇ ਕਿਸ ਤਰ੍ਹਾਂ ਅਸੀਂ ਵਿਚਾਰੀਏ ਕੀ ਹੈ ਕਿਸ ਪ੍ਰਥਾ ਜਾਂਦੀ ਹੈ
ਜੀ ਗੁਰਬਾਣੀ ਨੇ ਨਾ ਲਫ਼ਜ਼ ਉਹੀ ਉਚਾਰਨ ਕੀਤੇ ਹੈ ਜੋ ਅਨਮਤੀ ਗ੍ਰੰਥਾਂ ਦੇ ਵਿੱਚ ਹੈ, ਜੋ ਦੁਨੀਆਂ ਅੱਜ ਤੱਕ ਜੋ ਲੈ ਸਮਝ ਰਹੀ ਹੈ ਵੀ ਧੁਰ ਤੋਂ ਕਰਮ ਲਿਖੇ ਹੁੰਦੇ ਨੇ, ਪੂਰਬ ਜਨਮ ਪੂਰਬ ਕਰਮ, ਗੁਰਬਾਣੀ ਨੇ ਲਫ਼ਜ਼ ਸੇਮ ਉਹੀ ਚੱਕੇ ਨੇ, ਲੇਕਿਨ ਉਹਨਾਂ ਦੇ ਅਰਥ ਵੀ ਦੱਸੇ ਨੇ। ਇਹ ਨਹੀਂ ਕਿ ਸਿਰਫ ਗੁਰਬਾਣੀ ਨੇ ਕੰਡੈਮ ਕੀਤਾ ਕਿ ਪਿਛਲਾ ਜਨਮ ਨਹੀਂ ਹੁੰਦਾ, ਫਿਰ ਗੁਰਬਾਣੀ ਨੇ ਸਮਝਾਇਆ ਵੀ ਸਾਨੂੰ ਕਿ ਪਿਛਲਾ ਜਨਮ ਹੁੰਦਾ ਕਿਵੇਂ ਹੈ। ਤੇ ਸਾਨੂੰ ਇੱਥੇ ਇਹ ਸਮਝਣ ਦੀ ਗੱਲ ਹੈ, ਦੇਖੋ ਹਰ ਜਗ੍ਹਾ ਦੇ ਵਿੱਚ ਜਿੱਥੇ ਆ ਰਿਹਾ ਨਾ ਅੱਗੇ ਕਰਨੀ ਕੀ ਤਵਾਚੀ, ਅੱਗੇ ਤੇਰਾ ਲੇਖਾ ਹੋਏਗਾ, ਅੱਗੇ ਲਫ਼ਜ਼ ਸਾਨੂੰ ਸਿਰਫ ਇਹ ਸਮਝਣਾ ਪਏ ਅੱਗੇ ਲਫ਼ਜ਼ ਹੈਗਾ ਸਾਡਾ ਇਸੀ ਜੀਵਨ ਵਿੱਚ ਆਉਣ ਵਾਲਾ ਸਮਾਂ। ਅੱਛਾ, ਉਹ ਦੋ ਤਰ੍ਹਾਂ ਹੋ ਸਕਦਾ। ਦੇਖੋ ਇੱਕ ਜਗ੍ਹਾ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਕਿ ਅੱਗੇ ਲੇਖਾ ਹੋਏਗਾ, ਅੱਗੇ ਕੀਰਤ ਵਾਚੀਏ ਬੈ ਲੇਖਾ ਕਰ ਸਮਝਾ, ਅੱਗੇ ਸਾਨੂੰ ਲੇਖਾ ਕਰਕੇ ਸਮਝਾਏਗਾ, ਲੇਕਿਨ ਗੁਰਬਾਣੀ ਇਹ ਵੀ ਕਹਿ ਰਹੀ ਹੈ ਕਿ ਅੱਗੇ ਸੁੱਖ ਮੇਰੇ ਮਿੱਤਾ, ਅੱਗੇ ਕਹਿੰਦੇ ਤੈਨੂੰ ਲੇਖਾ ਹੀ ਨਹੀਂ ਅੱਗੇ ਸੁੱਖ ਵੀ ਮਿਲਣਗੇ। ਜਦੋਂ ਸਾਡੀ ਬੋਡੀ ਇੱਥੇ ਖਤਮ ਹੋ ਜਾਂਦੀ ਹੈ ਵੀਰ ਜੀ, ਅਗਰ ਅਸੀਂ ਅੱਗੇ ਨੂੰ ਇਹ ਸਮਝਾਂਗੇ ਨਾ ਸਰੀਰਕ ਮੌਤ ਤੋਂ ਬਾਅਦ ਕੋਈ ਜਗ੍ਹਾ ਨੂੰ ਅੱਗੇ ਬੋਲ ਦਾਂਗੇ, ਫਿਰ ਅੱਗੇ ਸੁੱਖ ਕਿਸ ਨੂੰ ਮਿਲਣਾ? ਬੋਡੀ ਤਾਂ ਸਾਡੀ ਇੱਥੇ ਖਤਮ ਹੋ ਗਈ, ਅੱਗੇ ਸੁੱਖ ਕਿਸ ਨੇ ਲੈਣੇ ਸੀ? ਅੱਗੇ ਸੁੱਖ ਕਿਸ ਨੂੰ ਮਿਲਣਾ ਸੀ? ਉਸੇ ਸ਼ਬਦ ਵਿੱਚ ਦੱਸ ਰਹੇ ਨੇ ਅੱਗੇ ਸੁੱਖ ਮੇਰੇ ਮੀਤਾ, ਕਹਿੰਦੇ ਅੱਗੇ ਸੁੱਖ ਨਹੀਂ, ਕਹਿੰਦੇ ਉਹਦੇ ਨਾਲ ਫਰਕ ਕੀ ਹੋਏਗਾ, ਕਹਿੰਦੇ ਪਾਛੇ ਵੀ ਆਨੰਦ ਹੋਏਗਾ। ਜਦ ਸਾਡਾ ਸਰੀਰ ਨਾਸ਼ ਰਹਿ ਗਿਆ ਤਾਂ ਫਿਰ ਪਿਛਲਾ ਤਾਂ ਰਿਹਾ ਹੀ ਨਹੀਂ ਕੁਝ। ਜਦੋਂ ਸਾਨੂੰ ਅੱਗੇ ਸੁੱਖ ਹੋਏਗਾ ਉਹਦਾ ਰਿਜ਼ਲਟ ਇਹ ਹੋਣਾ ਵੀ ਪਿਛਲਾ ਵੀ ਤੇਰਾ ਆਨੰਦ ਵਿੱਚ ਆ ਜਾਏਗਾ। ਜਦ ਸਾਡਾ ਅੱਗੇ ਅਗਰ ਅਸੀਂ ਮੰਨਾਂਗੇ ਕਿ ਸਰੀਰ ਤੋਂ ਬਾਅਦ ਵਾਲੇ ਸਮੇਂ ਨੂੰ ਅੱਗੇ ਬੋਲਦੇ ਹੈ ਤਾਂ ਇਟ ਮੀਨਸ ਸਰੀਰ ਨਾਸ਼ ਹੋ ਕੇ ਅਸੀਂ ਅੱਗੇ ਜਾਂਦੇ ਹਾਂ ਤਾਂ ਫਿਰ ਪਾਛੇ ਆਨੰਦ ਕਿਵੇਂ ਹੋਏਗਾ? ਪਰਮੇਸ਼ਰ ਬਣਤ ਬਣਾਏ ਫਿਰ ਡੋਲਤ ਕਵਿਤ ਹੂ ਨਾਈ, ਉਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਅੱਗੇ ਜਦੋਂ ਕਹਿੰਦੇ ਨੇ ਅੱਜ ਵਾਲੇ ਸ਼ਬਦ ਦੇ ਮੁਤਾਬਕ, ਜਦੋਂ ਮਨ ਨੇ ਹੁਣ ਸਤਿਗੁਰੂ ਦੇ ਸ਼ਬਦ ਵਿੱਚ ਆ ਕੇ ਜਨ ਬਣ ਕੇ ਨਾਮ ਰਸਾਇਣ ਪੀਣਾ ਸ਼ੁਰੂ ਕੀਤਾ, ਹਾਂ ਹੁਣ ਇਹਦੀ ਜ਼ਿੰਦਗੀ ਵਿੱਚ ਅਗਲਾ ਸਾਰੇ ਸਮੇਂ ਤੈਨੂੰ ਸੁੱਖ ਮਿਲੇਗਾ। ਇਸ ਨੂੰ ਹੁਣ ਅੱਗੇ ਸੁੱਖ ਮਿਲੇਗਾ, ਹਾਂ ਅੱਗੇ ਦਾ ਪਾਛਾ ਮਤਲਬ ਐਟ ਪ੍ਰੈਜੈਂਟ ਹੁਣ ਇਹਨੂੰ ਆਨੰਦ ਵੀ ਮਿਲੇਗਾ। ਹੁਣ ਇਹ ਇਸੇ ਟਾਈਮ ਇਹਨੂੰ ਆਨੰਦ ਪ੍ਰਾਪਤ ਹੋ ਜਾਏਗਾ। ਕਿਉਂ? ਕਿਉਂਕਿ ਇਹਨੇ ਸਤਿਗੁਰੂ ਪਾ ਲਿਆ, ਆਨੰਦ ਭਇਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ। ਹੁਣ ਇਹਨੇ ਕੀ ਕੀਤਾ? ਹੁਣ ਇਹਨੇ ਸਤਿਗੁਰੂ ਗੁਰ ਕੈ ਸ਼ਬਦ ਦੇ ਵਿੱਚ ਜਨ ਆਇਆ ਤੇ ਸੋ ਰਿਹਾ, ਇਸਨੇ ਹੁਣ ਕੀ ਕਿਹਾ? ਹੁਣ ਇਸਨੂੰ ਆਨੰਦ ਪ੍ਰਾਪਤ ਹੋ ਗਿਆ ਤੇ ਹਾਂ ਅਗਲੇ ਵਾਲੇ ਪੂਰੀ ਜ਼ਿੰਦਗੀ ਵਾਲੇ ਇਹਦੇ ਅੱਗੇ ਵਾਲੇ ਸਮੇਂ ਵਿੱਚ ਇਸ ਨੂੰ ਸੁੱਖ ਮਿਲਿਆ ਰਹੇਗਾ, ਇਹ ਜਾਏਗਾ ਨਹੀਂ ਹੁਣ। ਕਿਉਂ? ਕਿਉਂਕਿ ਇਸਨੇ ਜਨਮ ਗਵਾਇਆ ਨੀ, ਮਨ ਅੰਧੇ ਜਨਮ ਗਵਾਇਆ ਨੀ, ਇਹਦਾ ਹੁਣ ਲੇਖਾ ਨੀ ਆਉਣਾ, ਇਹਨੂੰ ਤਾਂ ਹੁਣ ਸੁੱਖ ਮਿਲਣਾ। ਇਹ ਕਾਨੂੰਨ ਵੀ ਕਿਸ ਨੇ ਬਣਾਇਆ ਕਿ ਜੇ ਮਨ ਸਤਿਗੁਰੂ ਦੀ ਸ਼ਰਨ ਵਿੱਚ ਆਏਗਾ ਤੇ ਇਸਨੂੰ ਆਗਿਆ ਸੁੱਖ ਮਿਲੇਗਾ, ਜੇ ਸਤਿਗੁਰੂ ਦੀ ਸ਼ਰਨ ਚ ਅਸੀਂ ਨਹੀਂ ਜਾਵਾਂਗੇ ਤਾਂ ਜਮ ਰੂਪੀ ਜਿਹੜਾ ਜਮਕਾਲ, ਕੱਲ ਅਸੀਂ ਗੱਲ ਕੀਤੀ ਸੀ ਕਿ ਸਾਡੇ ਸਿਰ ਤੇ ਉੱਤੇ ਜਾਂ ਤਾਂ ਸਤਿਗੁਰੂ ਜੀ ਆਪ ਨਿਵਾਸ ਕਰਦੇ ਹਨ, ਜਿਸਕੇ ਸਿਰ ਉੱਪਰ ਤੂੰ ਸਵਾਮੀ ਹੋਏਗਾ ਜਾਂ ਸਿਰ ਉੱਪਰ ਜਮਕਾਲ ਹੋਏਗਾ, ਉਹਦਾ ਭਾਵ ਇਹ ਹੈ ਕਿ ਜਾਂ ਤਾਂ ਸਾਡੀ ਸੁਰਤ ਦੇ ਨਾਲ ਨਾਲ ਸਤਿਗੁਰੂ ਦੀ ਸਿੱਖਿਆ ਚੱਲੇਗੀ ਜਾਂ ਸਾਡੀ ਸੁਰਤ ਦੇ ਨਾਲ ਸਤਿਗੁਰੂ ਦੀ ਸਿੱਖਿਆ ਤੋਂ ਉਲਟ ਦੁਨਿਆਵੀ ਵਿਚਾਰ ਚੱਲਣਗੇ, ਉਸਨੂੰ ਜਮਕਾਲ ਕਹਿੰਦੇ ਨੇ। ਇਹ ਦੋਨਾਂ ਵਿੱਚੋਂ ਚੁਆਇਸ ਸਾਡੇ ਕਰਨੀ ਪਏਗੀ। ਅਗਰ ਅਸੀਂ ਸਤਿਗੁਰੂ ਦੇ ਸ਼ਬਦ ਦੀ ਸ਼ਰਨ ਵਿੱਚ ਆਵਾਂਗੇ ਤਾਂ ਸਾਨੂੰ ਅੱਗੇ ਲੇਖਾ ਨਹੀਂ ਹੋਣਾ, ਸਾਨੂੰ ਅੱਗੇ ਸੁੱਖ ਮਿਲੇਗਾ, ਜਿਸ ਨੂੰ ਕਹਿੰਦੇ ਹੈ ਅੱਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਦੂਸਰੇ ਪਾਸੇ ਉਸ ਮਨ ਨੂੰ ਕਹਿੰਦੇ ਹੈ ਮਨ, ਜੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏਗਾ ਤਾਂ ਤੂੰ ਜਿਹੜਾ ਜੀਵਨ ਜੀ ਰਿਹਾ ਨਾ, ਆ ਤੂੰ ਲਾਈਫ ਜਿਹੜੀ ਬਤੀਤ ਕਰੇ ਸਮਝ ਲੈ ਤੇਰੀ ਮਨ ਅੰਧੇ ਜਨਮ ਗਵਾ ਰਿਹਾ ਤੂੰ, ਔਰ ਤੈਨੂੰ ਅੱਗੇ ਲੇਖਾ ਦੇਣਾ ਪਏਗਾ ਆਉਣ ਵਾਲੇ ਟਾਈਮ ਚ ਪਾਪ ਜੋ ਤੂੰ ਜੋ ਕਰਮ ਕਰ ਰਿਹਾ ਨਾ ਇਸ ਟਾਈਮ, ਜੋ ਤੂੰ ਤੇਰੇ ਇਹ ਕਰਮ ਲੇਖੇ ਤੇਰਾ ਇਹ ਲੇਖ ਬਣ ਜਾਣੇ ਆ ਤੇਰੇ ਮਿੱਟਣੇ ਨਹੀਂ, ਫਿਰ ਇਹ ਤੂੰ ਜੋ ਡੀਡਸ ਕਰ ਰਿਹਾ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਫਿਰ ਇਹਨਾਂ ਡੀਡਸ ਦੇ ਦਾ ਰਿਜ਼ਲਟ ਕੀ ਨਿਕਲਿਆ? ਚਿੰਤਾਵਾਂ, ਫਿਕਰ, ਮਾਇਆ ਦਾ ਮੋਹ, ਹਉਮੈ, ਕਹਿੰਦੇ ਉਦੋਂ ਫਿਰ ਤੈਨੂੰ ਉਹ ਉਹਨਾਂ ਵਿੱਚੋਂ ਨਿਕਲਣਾ ਹੀ ਪਏਗਾ, ਤੈਨੂੰ ਦੁੱਖਾਂ ਵਿੱਚ ਜੀਵਨ ਬਤੀਤ ਕਰਨਾ ਹੀ ਪਵੇਗਾ। ਕੱਲ ਵਾਲੇ ਸ਼ਬਦ ਵਿੱਚ ਸੀ ਕੱਲ ਵਾਲੇ ਅੰਤਰ ਲੋਭ ਰੂਪੀ ਤੇਰੇ ਜਮਕਾਲ ਤੋਂ ਤੇਰਾ ਪਿੱਛਾ ਨਹੀਂ ਛੁੱਟੇਗਾ। ਹਾਂਜੀ ਵੀਰ ਜੀ, ਅਗਲਾ ਸਵਾਲ ਗਿਣਤੀ ਹੈਗੀ ਹੈ ਤਜਿੰਦਰ ਵੀਰ ਜੀ, ਗਿਣਤੀ ਹੈਗੀ ਹੈ ਇਸ ਵਿਸ਼ੇ ਬਾਬਤ ਨਾ ਬਹੁਤ ਖੁੱਲ ਕੇ ਵਿਚਾਰਾਂ, ਹਰਵਿੰਦਰ ਵੀਰ ਜੀ ਵੀ ਆਪਣਾ ਵਿਚਾਰ ਦੇ ਚੁੱਕੇ ਹਨ, ਸੁਖਵਿੰਦਰ ਵੀਰ ਜੀ ਵੀ ਆਪਣਾ ਵਿਚਾਰ ਦੇ ਚੁੱਕੇ ਹਨ, ਸਾਡੇ ਹੋਰ ਕਈ ਇੰਪੋਰਟੈਂਟ ਵਿਸ਼ੇ ਹੋਰ ਵੀ ਕਈ ਦੇ ਮਨ ਦੇ ਵਿੱਚ, ਸਾਰਿਆਂ ਦੇ ਮਨ ਦੇ ਵਿੱਚ ਸਵਾਲ ਲੱਗਿਆ। ਮਨਜੀਤ ਵੀਰ ਜੀ, ਅਗਲਾ ਤੁਹਾਡੀ ਵਾਰੀ ਹੈ, ਅਗਰ ਸੇਮ ਕੁਐਸਚਨ ਹੈ ਤੇ ਬੇਨਤੀ ਹੈ ਪਲੀਜ਼ ਇਹ ਕੁਐਸਚਨ ਨਾ ਕਰਿਓ, ਸਮਾਂ ਸਾਡੇ ਕੋਲ ਹੋਰ ਵੀਰਾਂ ਨੂੰ ਵੀ ਦਿੰਦਾ। ਨਹੀਂ ਜੀ, ਮੈਂ ਕਰਨਾ ਚਾਹ ਰਿਹਾ, ਇਹ ਮਨੂ ਦਾ ਇੱਕ ਦੱਸੋ ਕਿ ਜੇ ਇੱਕ ਬੱਚਾ ਪੈਦਾ ਹੁੰਦਾ ਹੈ। ਵੀਰ ਜੀ ਬਹੁਤ ਦਿਨਾਂ ਤੋਂ ਸੁਣ ਰਿਹਾ, ਸਾਡੀ ਆਪਸ ਵਿੱਚ ਡਿਸਕਸ਼ਨ ਹੋ ਕੇ ਰੋ ਲਿਖਿਆ ਹੋਇਆ
सॉरी वीर जी, कबीर वीर जी यू हैंडल। वीर जी मनजीत, मनजीत वीर जी एक गलों, एक गलों साढ़े सारियां नू क्लियर हो चुका है कि सानू गुरबाणी दे राही है जीवन सुधारना चाहिए था है। कुछ गलना परमात्मा बेअंत है गा, अगोचर है गा साढ़े ज्ञान इंद्रिया तो परे दी गल है गा, एनू एन समझ लईए, कुछ गलना जेड़ियां समझ आईयां असी उन्हू मान लईए, जेड़ी नहीं समझ आईयां वह भी गुरु के अगे अरदास करिए, सहजे सहजे वह गलां भी साढ़े समझ में आ जाएगियां। इन्नी बिनती प्लीज प्रवान करो। होर कई भी सवाल नाल आ रहे हैं, कई निके वे विषय कई होर भी है, उन्होंने होर भी डिस्कस कर लिए। जी तजिंदर वीर जी, अगला सवाल एक बार रविंदर अंकल ने भी कुछ बोले है वो करना चाहते ने, या प्रतीत सिंह वीर जी ने दोबारा हैंड रेस किया था, उस तो बाद मेरे को किसी तो और दा आया नहीं है बेनती। प्रतीत सिंह जम्मू वीर जी वीर जी, हरजीत सिंह जम्मू वीर जी ने ना दो तीन दिन तो सवाल पूछने की कोशिश कर रहे हैं, उन्होंने अपना सवाल नहीं ले पाए। जी हरदीप सिंह जम्मू वीर जी अपनी ऑडियो ऑन करके, हाँ दो तीन दिन तो वीर जी पूछने सी, अपन ले नहीं पाए उन्हों का सवाल। हाँ जी वीर जी, मेरा सवाल बाबा फरीद जी के श्लोकों के रिलेटिड है। अपन जिथे देखो गुरमत जैन माता खंडन करती है, हिंदू माता भी खंडन किया, उ इस्लाम माता भी गुरमत ने खंडा किया। अपन बचन पढ़ते हाँ अल्लाह एक मसीत वसत है अवर मुल्क केरा, जा बचन आंदे ने सुन्नत किए तुरक जे होएंगो औरत का क्या करिए। ते फिर जेकर फिर बाबा फरीद जी दे ही बचन आंदे ने, फरीदा बेनिवाजा कुत्ते आ ए ना पली रीत, कभी चलना आया पंचे वक्त मसीत। जा अगला श्लोक है उन्हां दा, उठ फरीदा उजू साज सुबह निवाज गुजार, जो सिर साई ना निवै सो सिर कप उतार। मेरा इत्थे मैनू जिथे तक ये समझ आ रही है कि जिथे गुरमत ने अनमतियां दा पशु पंछियां दी उदाहरण लिया, उथे ही कई कि जिवें भगत नामदेव जी दे आपां बचन पढ़ते हाँ, भगत नामदेव जी ने अपनी किरत दी उदाहरण दे के गुरमत समझाई है। उन्हां दे बचन है, मन मेरो गज जेवा मेरी काती, मप मप काटो जमकी फासी, कि मेरा मन जेड़ा है वह गज बन गया, मेरी जीव जी जीव है वह कैंची बन गई, हुण मैं मप मप के अपने कर्मां नूं कट रहा। इत्थे आपां फरीद जी दे श्लोकां दा की अर्थ लवांगे, फरीदा बेनिवाजा कुत्ते आ इहना भली रीत, कभी चलना आयो पंचे वक्त मसीत। हरविंदर वीर जी तुहानूं बेनती है प्लीज तुसीं स्टार्ट करियो। मेरे ख्याल नाल ते जिहड़ा असीं गल करने पिया ना, असीं एक ब्लैंकेट डिसीजन लैने पिए हां कि गुरमत जिहड़ी है वह अनमत नूं बिल्कुल रद्द करती है। मेरी सोच खलोती है ना कि ऐसी कोई गल नहीं है कि केवल 35 महापुरखां नूं ही यह ज्ञान प्रगट होया। हाँ सब दे डिसिप्लिन वखरे वखरे हो सकते हैं। हुण जे साडा कुछ अपना डिसिप्लिन है, जे गुरबाणी नूं असीं एक एजुकेशन मटीरियल समझ लईए, असीं कई बार कहने कि गुरबाणी रटन वास्ते नहीं है, लेकिन रटन का भी एक अपना एक स्टेज तक जिहड़ा है ना, जे बचपन अंदर रटिया ही नहीं तो अगे याद कितों हो जाएगा। मेमोराइज करना रटना टू दा पाड़ा अगे चलना भी है, तो कुछ डिसिप्लिन आर गिवन। हुण तो और वेदा में नाम उत्तम सो सुने ना ही, जे वेदा में नाम की गल की जा रही है और गुरमत की कसवटी से खरी उतरती है, नॉट इन दैट परफेक्ट फॉरमैट भी जो हो ना, उत्ते कहने भी उड फरीदा उजू सा छुवे नवाज गुजार, या जो सिर साई ना निवे सो सिर कप उतार, या दूजा भी वीर जी ने कोट किया उन्हें, जिहड़ी चीज ते गुरमत की कसवटी ते नहीं उतरती, बई सुन्नत की है तुरक जो होगा औरत क्या क्या करिए, इस गल नूं असीं बिल्कुल रद्द कर सकते हैं। लेकिन कुछ चीजा जिहड़ियां जिहना भई जिन्हां दे सिद्धांत मैच होंदे ने, फॉरमैट्स वखरे वखरे हो सकते हैं। जिहड़ा बंदा जिस बंदे नूं एनलाइटनमेंट इंडिया विच होई है, मतलब मेरा तो मनना यही है कि यह कोई रब सिखां दे प्यो दी जागीर नहीं है, He belongs to everybody. जे रब सिर्फ सिखा का होंगे तो सचान रब की सोच ही नहीं आ रही। जे एनलाइटनमेंट जिस बंद जिथे मर्जी हुई है तो उस बंद ने उल नहीं आए, उन्होंने वर्ड्स नहीं आए, उन्होंने बोल जो सिद्धांत उन्होंने समझ आई है, यह बोल उन्होंने उन्होंने समझ के अनुसार जो बेस्ट एक्सप्लेन कर सकते सन विद करंट सिचुएशन। हुण पंजाब दी जे किसान नाल गल करनी है तो वक्री भाषा है, बिजनेसमैन नाल गल करनी है तो गुरु साहब के वक्रे एग्जाम्पल्स ने, जे पंजाब दी धरती ते रहण वाले बंदे नाल गल करना है तो उहदे एग्जाम्पल्स नदियां दे तलाब दे खेती दे उहंजे होणगे। जे रेगिस्तान विच किसानी जिते होंदी ही नहीं, उत्थे जे कोई गल एक्सप्लेन करनी है
ਉੱਥੇ ਕਿਰਸਾਨੀ ਦੇ ਐਗਜ਼ਾਮਪਲ ਦੇ ਅੱਗੇ ਕੀ ਫਾਇਦਾ ਹੋਣਾ ਜੇ ਕੁਛ ਜੇ ਸਾਨੂੰ ਕਿਸੇ ਵੀ ਮਜ਼ਹਬ ਵਿੱਚੋਂ ਜਿਹੜਾ ਹੈ ਨਾ ਜੇ ਇੱਕ ਸਿਮਿਲਰ ਥੋਟ ਪ੍ਰੋਸੈਸ ਜੇ ਸਾਨੂੰ ਉੱਥੋਂ ਵੀ ਮਿਲਦਾ ਪਿਆ ਹੁਣ ਬੁੱਧੋ ਆਈ ਸੀ ਦੈਟ ਮੂਵੀ ਕੋ ਮੂਵੀ ਸੀ ਟੈਨ ਕਮਾਂਡਮੈਂਟ ਸੀ ਜੋ ਕਹਿੰਦਾ ਜੂਸ ਜਿਹੜੀ ਹੈ ਉਹਨਾਂ ਕਮਾਂਡਮੈਂਟਸ ਵਿੱਚੋਂ ਬੜਾ ਸਪਸ਼ਟ ਹੈ ਵੀ ਜਿਹੜਾ ਉਹ ਜਿਹੜਾ ਪੂਅਰ ਕਰੈਕਟਰ ਵੀ ਪਰਾਈ ਜਨਾਨੀ ਦੇ ਨਾਲ ਸੰਬੰਧ ਰੱਖਣਾ ਜਿਹੜਾ ਹੈ ਪਰਾਈ ਜਨਾਨੀ ਪਰਾਈ ਮਰਦ ਦੇ ਨਾਲ ਉਹਨਾਂ ਦੇ ਦਸ ਕਹਿੰਦੇ ਹੁਕਮ ਰਜ਼ਾਈ ਚੱਲਣਾ ਹੁਣ ਉਹਨਾਂ ਦੇ ਹੁਕਮਾਂ ਵਿੱਚੋਂ ਵੀ ਬੜਾ ਸਪਸ਼ਟ ਜੇ ਕਿਸੇ ਨੇ ਦੇਖਿਆ ਜਾਂ ਦੇਖਣਾ ਚਾਹੇ ਤਾਂ ਦੇਖ ਸਕਦਾ ਉਹਨੂੰ ਜਿਹੜੇ ਉਹਨਾਂ ਦੇ ਟੈਨ ਕਮਾਂਡਮੈਂਟਸ ਨੇ ਉਹਨਾਂ ਵਿੱਚੋਂ ਅਡਲਟਰੀ ਜਿਹੜਾ ਹੈ ਉਹ ਵੱਡਾ ਗੁਨਾਹ ਮੰਨਿਆ ਜਾਂਦਾ ਹੁਣ ਸਾਡੇ ਵਿੱਚੋਂ ਮੰਨਿਆ ਜਾ ਰਿਹਾ ਤੇ ਜਿੱਥੇ ਸਾਡੀ ਸਾਂਝ ਪੈਂਦੀ ਹੈ ਤੇ ਅਸੀਂ ਇਹ ਕਿਉਂ ਕਹਿੰਦੀ ਵੀ ਅਨੁਮਤ ਦੇ ਬਿਲਕੁਲ ਛੱਡ ਦੇਣਾ ਉਹਨਾਂ ਨੂੰ ਉਹਨੂੰ ਅਸੀਂ ਉਹਨੂੰ ਸਾਡੇ ਵਾਸਤੇ ਕੰਪਲੀਟ ਸਿਲਬ ਅਸੀਂ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਨਿਰੋਲ ਸੱਚ ਹੈ ਲੇਕਿਨ ਇਸ ਸੱਚ ਦਾ ਗਿਆਨ ਕਿਸੇ ਹੋਰ ਨੂੰ ਨਹੀਂ ਹੋਇਆ ਉਹਨਾਂ ਤੇ ਉਹਨੂੰ ਸਬਬ ਹੈ ਵੀ ਫਰੀਦ ਜੀ ਦੇ ਜਿਹੜਾ ਅਜੇ ਹਜ਼ਾਰ ਸਾਲ ਤੋਂ ਪਹਿਲੇ ਕੋਈ ਰੱਬ ਸੀ ਨਹੀਂ ਜਾਂ ਹਜ਼ਾਰ ਸਾਲ ਤੋਂ ਪਹਿਲੇ ਕਿਸੇ ਨੂੰ ਰੱਬ ਦੀ ਸੋਝ ਹੀ ਨਹੀਂ ਆਈ ਜੇ ਉਹਨੇ ਨਹੀਂ ਲਿਖਿਆ ਜੇ ਉਹ ਇਸ ਗਿਆਨ ਨੂੰ ਨਹੀਂ ਵੀ ਲਿਖ ਪਾਇਆ ਤਾਂ ਵੀ ਐਸੇ ਬੰਦੇ ਤੇ ਐਟਲੀਸਟ ਆਈ ਫੀਲ ਕਿ ਐਸਾ ਤਾਂ ਕੋਈ ਨਹੀਂ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਰੱਬ ਨੇ ਆਪਣੀ ਸੋਝੀ ਦਾ ਪ੍ਰਗਟਾਵਾ ਵੱਖ ਵੱਖ ਬੰਦਿਆਂ ਵਿੱਚ ਵੱਖ ਵੱਖ ਟਾਈਮ ਦੇ ਉੱਤੇ ਦਿੱਤਾ ਹੋਇਆ ਹੈ ਜਿਹੜੇ ਸਿਧਾਂਤ ਸਾਨੂੰ ਗੁਰਮਤਿ ਦੀ ਕਸਵੱਟੀ ਉੱਤੇ ਖਰੇ ਲੱਗਦੇ ਨੇ ਉਹਨਾਂ ਨੂੰ ਐਕਸੈਪਟ ਕਰਨ ਵਿੱਚ ਸਾਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਹਰੇਕ ਦਾ ਡਿਸਿਪਲਿਨ ਵੱਖਰਾ ਹੋ ਸਕਦਾ ਲੇਕਿਨ ਕੋਈ ਬੰਦਾ ਬੋਲੇ ਕਿ ਹਜੇ ਤੇ ਪੂਨੇ ਬਿਸ਼ਪ ਸਕੂਲ ਹੈ ਉਹਨਾਂ ਦਾ ਵਾਈਟ ਯੂਨੀਫਾਰਮ ਹੈ ਤੇ ਦੂਜਾ ਸਕੂਲ ਅਸੀਂ ਗੁਰੂ ਨਾਨਕ ਸਕੂਲ ਦੇ ਪੜ੍ਹੇ ਹੋਏ ਹਾਂ ਸਾਡਾ ਯੂਨੀਫਾਰਮ ਦੂਜਾ ਹੁੰਦਾ ਸੀ ਕੋਈ ਬੰਦਾ ਬੋਲੇ ਕਿ ਇਹ ਯੂਨੀਫਾਰਮ ਪਾਉਣ ਤੋਂ ਬਿਨਾਂ ਤੈਨੂੰ ਗਿਆਨ ਹੀ ਨਹੀਂ ਹੋ ਸਕਦਾ ਦਿਸ ਇਜ਼ ਨੋਟ ਸਮਥਿੰਗ ਦਿਸ ਇਜ਼ ਨੋਟ ਵਾਟ ਆਈ ਬਲੀਵ ਜਿਹੜੀਆਂ ਅੱਛੀਆਂ ਚੀਜ਼ਾਂ ਨੇ ਜਿਹੜੀ ਅੱਛੀ ਮਤ ਅੱਛੇ ਬੰਦੇ ਨੂੰ ਜਿਸ ਜਿਸ ਥਾਂ ਤੋਂ ਰੱਬ ਨੇ ਦਿੱਤੀ ਹੋਈ ਹੈ ਔਰ ਅਸੀਂ ਕੋਈ ਇੱਕ ਸ਼ਬਦ ਵੀ ਆਉਂਦਾ ਕਹਿੰਦੇ ਆਪਣ ਬਾਪੇ ਨਾ ਹੀ ਕਿਸੇ ਕੋ ਰੱਬ ਕਿਤੇ ਪਿਓ ਦੀ ਜਗੀਰ ਨਹੀਂ ਹੈ ਸਿਰਫ ਸਿੱਖਣ ਨੂੰ ਹੀ ਮਿਲੇਗੀ ਜਾਂ ਸਿਧਾਂਤਾਂ ਦੀ ਸੋਝੀ ਵੱਖ ਵੱਖ ਬੰਦਿਆਂ ਨੂੰ ਵੱਖ ਵੱਖ ਥਾਵਾਂ ਦੇ ਉੱਤੇ ਮਿਲ ਸਕਦੀ ਹੈ ਉਹਨਾਂ ਨੂੰ ਮਿਲੀ ਹੋਈ ਹੈ ਤੇ ਉਹਨਾਂ ਦੇ ਸਿਧਾਂਤ ਜੇ ਸਾਡੀ ਜੇ ਮੈਂ ਐਲੋਪੈਥੀ ਫੋਲੋ ਕਰਨਾ ਪਿਆ ਤੇ ਮੈਂ ਅੰਦਰ ਕੋਈ ਆਯੁਰਵੈਦਿਕ ਦਾ ਡਿਸਿਪਲਿਨ ਨਹੀਂ ਲੈ ਕੇ ਪਾ ਸਕਦਾ ਉਹਨਾਂ ਦਾ ਆਪਣਾ ਡਿਸਿਪਲਿਨ ਹੈ ਮੇਰਾ ਇੱਕ ਆਪਣਾ ਡਿਸਿਪਲਿਨ ਹੈ ਲੇਕਿਨ ਜਿਹੜੇ ਕਸਵੱਟੀ ਦੇ ਖਰੇ ਉਤਰਦੇ ਨੇ ਆਈ ਡੋਂਟ ਹੈਵ ਐਨੀ ਓਬਜੈਕਸ਼ਨ ਇਨ ਮੈਂ ਉਹਨਾਂ ਨੂੰ ਮਾੜਾ ਕਵਾਂ ਜਾਂ ਕਵਾਂ ਕਿ ਮੈਂ ਉਹਦੇ ਪੁੱਠੇ ਚੱਲਾਂਗਾ ਤਾਂ ਹੀ ਸਹੀ ਹੋ ਜਾਏਗਾ ਮੇਰੇ ਹਿਸਾਬ ਨਾਲ ਉਹ ਸਹੀ ਨਹੀਂ ਹੈ ਹਾਂਜੀ ਬਿਲਕੁਲ ਜੀ ਸੁਖਵਿੰਦਰ ਵੀਰ ਜੀ ਕੁਛ ਵਿਚਾਰ ਦਿਓ ਇਸ ਤੋਂ ਪਹਿਲੇ ਮੈਂ ਇੱਕ ਵਾਰੀ ਹਰਦੀਪ ਸਿੰਘ ਜੰਮੂ ਵੀਰ ਜੀ ਨੂੰ ਦੁਬਾਰਾ ਬੇਨਤੀ ਕਰਾਂਗਾ ਤੁਹਾਡਾ ਕੋਈ ਕੁਐਸਚਨ ਕਰਨ ਦਾ ਮੇਨ ਕਾਰਨ ਸੀਗਾ ਉਹ ਦੁਬਾਰਾ ਪੁੱਛ ਲਓ ਨਹੀਂ ਸੀਗਾ ਤੇ ਹਰਵਿੰਦਰ ਅੰਕਲ ਨੇ ਪਰਫੈਕਟਲੀ ਤੁਹਾਨੂੰ ਡਿਸਕ੍ਰਾਈਬ ਕਰਤਾ ਹੈ ਜੀ ਵੀਰ ਜੀ ਨਹੀਂ ਵੀਰ ਜੀ ਮੇਰਾ ਤਾਂ ਇਹੀ ਸੀ ਕਿ ਜਿਵੇਂ ਹੁਣ ਫਰੀਦ ਜੀ ਦੇ ਕਹਿ ਰਹੇ ਨੇ ਉੱਜੂ ਸਾਜ ਹੁਣ ਆਪਾਂ ਕਿ ਨਿਵਾਜ਼ ਪੜ੍ਹੀਏ ਜਾਂ ਫਰੀਦ ਜੀ ਉਸ ਪਰਮਾਤਮਾ ਨੂੰ ਮੰਨਦੇ ਸਨ ਜੇ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਫਿੱਟ ਕੀਤਾ ਜਾਂ ਜਿਹੜੇ 35 ਮਹਾਂਪੁਰਖ ਨੇ ਉਹ ਕਿਹੜੇ ਪਰਮਾਤਮਾ ਨੂੰ ਮੰਨਦੇ ਸਨ ਬਾਬਾ ਫਰੀਦ ਜੀ ਇਸਲਾਮ ਵੀਰ ਜੀ ਗੁਰਬਾਣੀ ਹੀ ਸਿਰਫ ਇਹ ਮੰਨਦੀ ਹੈ ਕਿ ਦੁਨੀਆਂ ਦੇ ਹਰ ਮਨੁੱਖ ਨੂੰ ਗਿਆਨ ਹੋ ਸਕਦਾ ਹੈ ਗੁਰਬਾਣੀ ਹੀ ਸਭ ਤੋਂ ਵੱਡੀ ਇਹ ਇਸ ਗੱਲ ਦੀ ਹਮਾਇਤੀ ਹੈ ਇਸ ਤੋਂ ਵੱਡਾ ਪ੍ਰਮਾਣ ਕਿਤੇ ਕਿਸੇ ਗ੍ਰੰਥ ਦੇ ਵਿੱਚ ਉਹਨਾਂ ਦੇ ਆਪਣੇ ਆਪਣੇ ਮਹਾਂਪੁਰਸ਼ਾਂ ਤੋਂ ਇਲਾਵਾ ਉਹਨਾਂ ਦੇ ਗ੍ਰੰਥਾਂ 'ਚ ਕਿਸੇ ਦੇ ਵਿਚਾਰ ਦਰਜ ਹੀ ਨਹੀਂ ਹਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਦੁਨੀਆਂ ਦੇ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜੇ ਸਿਰਫ ਇਹ ਵਿਚਾਰ ਮੰਨਦੇ ਹਨ ਕਿ ਦੁਨੀਆਂ ਦੇ ਕਿਸੇ ਵੀ ਧਰਮ ਦੇ ਕਿਸੇ ਵੀ ਦੇਸ਼ ਦੇ ਕਿਤੇ ਵੀ ਵਸਦੇ ਬੰਦੇ ਦੇ ਅੰਦਰ ਰੱਬ ਦੀ ਗੱਲ ਪ੍ਰਗਟ ਹੋ ਸਕਦੀ ਹੈ ਰੱਬ ਉਹਨੂੰ ਰੱਬ ਦੀ ਸਮਝ ਉਸਨੂੰ ਹੋ ਸਕਦੀ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਮੰਨਦੇ ਇਹ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੈ ਇਸੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੇ ਵਿੱਚ ਸਿਰਫ ਜਿਸ ਨੂੰ ਆਪਾਂ ਸਮਝਦੇ ਹਾਂ ਕਿ 10 ਗੁਰੂ ਸਿੱਖਾਂ ਦੇ ਸੀ ਬਾਕੀ ਅਨੁਮਤੀਆਂ ਦੇ ਭਗਤ ਸਨ ਨਹੀਂ ਗੁਰਬਾਣੀ ਦੇ ਇਸੇ ਕਰਕੇ ਨਹੀਂ ਮੰਨਿਆ ਗੁਰਬਾਣੀ ਨੇ ਕਹਿੰਦੇ ਅੱਛਾ ਫਰੀਦ ਹਿੰਦੂ ਫਰੀਦ ਮੁਸਲਮਾਨ ਸੀ ਉਹਦੇ ਲੇਕਿਨ ਇੱਕ ਸਾਰਿਆਂ ਵਿੱਚ ਸਾਂਝੀ ਤੌਰ ਤੇ ਗੱਲ ਕੀ ਹੈ ਗੁਰਬਾਣੀ ਹੀ ਸਿਰਫ ਇਹ ਕਹਿੰਦੀ ਹੈ ਕਿ ਦੁਨੀਆਂ ਦੇ ਕਿਸੇ ਵੀ ਧਰਮ ਦੇ ਵਿੱਚ ਰਹਿੰਦੇ ਬੰਦੇ ਨੂੰ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਬੰਦੇ ਨੂੰ ਸੱਚ ਦੀ ਸੋਝੀ ਹੋ ਸਕਦੀ ਲੇਕਿਨ ਉਹਨਾਂ ਸਾਰਿਆਂ ਵਿੱਚ ਇੱਕ ਕਾਮਨ ਸਿਧਾਂਤ ਗੱਲ ਕੀ ਹੋਏਗੀ ਕਿ ਸਾਰਿਆਂ ਦੀ ਗੱਲ ਸੇਮ ਹੋਏਗੀ ਸਾਰੇ ਇੱਕੋ ਹੀ ਗੱਲ ਤੇ ਗੱਲ ਕਰਨਗੇ ਸਾਰਿਆਂ ਦਾ ਸਿਧਾਂਤ ਸੇਮ ਹੋਏਗਾ ਸਾਰਿਆਂ ਦਾ ਗਿਆਨ ਵੀ ਸੇਮ ਹੋਏਗਾ ਸਾਰੇ ਇੱਕੋ ਲਫ਼ਜ਼ਾਂ ਦੇ ਵਿੱਚ ਸਾਰੇ ਗੱਲ ਕਰਨਗੇ ਸਾਰਿਆਂ ਦੀ ਵਿਚਾਰਧਾਰਾ ਅਲੱਗ ਅਲੱਗ ਨਹੀਂ ਹੋਏਗੀ ਇਹ ਲੇਕਿਨ ਉਹਨਾਂ ਸਾਰਿਆਂ ਦੇ ਵਿੱਚ ਕੋਮਨ ਗੱਲ ਸੀ ਜੋ ਗੁਰਬਾਣੀ ਵਿੱਚ ਉਹਨਾਂ ਨੇ ਕਿਹਾ ਫਰੀਦ ਜੀ ਨੇ ਵੀ ਜੋ ਬੋਲਿਆ ਕਬੀਰ ਜੀ ਨੇ ਵੀ ਜੋ ਬੋਲਿਆ ਹੋਰ ਵੀ ਜਿਸ ਜਿਨ ਅਨੁਮਤੀ ਆਪਾਂ ਸਮਝ ਰਿਹਾ ਕਿ ਉਹ ਅਨੁਮਤੀਆਂ ਦੇ ਭਗਤ ਸਨ ਲੇਕਿਨ ਅਨੁਮਤੀ ਨਹੀਂ ਉਹ ਸਾਰੇ ਸੱਚ ਰੂਪ ਇੱਕੋ ਧਰਮ ਦੇ ਸਾਰੇ ਕੀ ਕਹਿੰਦੇ ਭਗਤ ਸਨ ਸਾਰੇ ਇੱਕੋ ਧਰਮ ਜਿਸਨੂੰ ਗੁਰਬਾਣੀ ਕਹਿੰਦੀ ਹੈ ਸੱਚ ਧਰਮ ਉਹ ਸੱਚ ਧਰਮ ਦੇ ਹੀ ਸਾਰੇ ਇੱਕੋ ਹੀ ਧਰਮ ਦੇ ਸਾਰੇ ਮੰਨਣ ਵਾਲੇ ਸਨ ਇਹਨਾਂ ਸਾਰਿਆਂ ਦੀ
विचारधारा विच रत्ती मासा भी फर्क नहीं है, साडी समझण दे विच फर्क है, केवल गुरबाणी ही एक एक मनदी है कि दुनिया के किसी भी धर्म के किसी भी इंसान नू रब की सोझी हो सकती है, लेकिन ओदी विचार सेम होणगे। हुण इत्थे इन्हां तुकां विच जो वीर जी गल कर रहे कि फरीद जी एक जगह तां फरीद जी कह रहे ने कि तू उठ के सवेरे नमाज क्यों नहीं पढ़ता, गुरबाणी ने अगर नमाज पढ़न नू कंडेम कीता, लेकिन इन्हां तुकां विच सानू गुरु ग्रंथ साहिब जी ये कहिंदे ने हर सिख नू भी रोज नमाज पढ़नी चाहीदी है, सानू नमाज खत्म करन वास्ते नमाज पढ़न वास्ते भी बोलदे आ सतगुरु जी। फरीद जी दे मूंह दे विचों सतगुरु जी ही बोल रहे हैं, वह सानू जे कह रहे ने उठ के नमाज पढ़िया कर, असीं नमाज पढ़नी है, लेकिन असीं एक शब्द पढ़ लैने लेकिन दूसरा शब्द असीं गुरु ग्रंथ साहिब विचों ये नहीं पढ़ते, अच्छा सतगुरु जी असीं नमाज पढ़ते हैं, मैं भी पढ़ांगा, तुसीं कह रहे हो उठ के नमाज पढ़िया कर, मैं पढ़ांगा, मैनू दसो तो असी नमाज। वो कहें लै हूँ तू मेरी दूजी गल सुन, तू मेरी अद्धी गल ना सुनया कर, मैं तेनों ये जरूर कह रहा नमाज पढ़। नमाज कहड़ी फरीद जी मुसलमानी वाली नमाज नहीं सी पढ़ रहे, फरीद जी कहते मैं भी रोज नमाज पढ़ता, कहते मेरी नमाज कहड़ी है, मेरी नमाज है कहती पहला हक हलाल दोए तीजी नीयत रा। गुरु ग्रंथ साहब जी की जी नमाज का एक्सप्लेन असी गुरु ग्रंथ साहिब एक लफज पढ़ ले पकड़ के उस शब्द नी समझ लें भी नहीं, एक फरीद जी सानू फरीद मुसलमानी वाली नमाज पढ़न ही बोले तो असी मुसलमानी नमाज न पढ़न के अगेंस्ट हाँ, नहीं फरीद जी अगर जिथे बोल रहे हैं कि नमाज पढ़नी है, फरीद जी मुसलमानी वाले कर्म धर्म पखंड छोड़ के सच धर्म की जी नमाज है वह नमाज है साड़ी, जो असी हक हलाल की कमाई कर लग जावे साड़ी नमाज होगी, पहला हक हलाल दोए यह साड़िया दो नमाजा हो गई, जो सा तीजी नीयत रास जो साड़ी नीयत सतगुरु जी रास कर देंगे, जो असी सतगुरु की विचारधारा च अपनी विचारधारा शामिल करके सबर संतोखी जीवन जी रहे हैं, पूरी साड़ी लाइफ ही यह तीजी नमाज कर रही होगी, इसनों नीयत रात को तीजी नमाज कहते हैं। मैं अगली तुक याद नहीं आ रही, कोई बोल के दसे तो अगली अगली तुक कि इस तो बाद भी तीजी नीयत रास हो तो बाद पहला सच हलाल दोए तीजा खैर खुदाए नीयत रास कर खजबी सिफत सनाए करनी कलमा आख के हां मुसलमान सदाए। ए वाली की कहने सानू फरीद जी जेडी उन्हां शब्दां विच बोल रहे ना, उठ फरीदा उजू साह सुबह नमाज गुजारिया कर, वह साडे मन नू कह रहे ने मन तू सुत्ता पिया है तू जाग जा तू उठ जा, सतगुरु की शरण विच आके सतगुरु के शब्द विच आके तू सुत्ता पिया तू उठ जा, अपू जाग के गुरमुख जाग रहे बोले गुरबाणी राम कहते तू जाग के आ नमाजा पढ़, साने भी ये नमाज पढ़नी है। सतगुरु जी जे किसी की नमाज नू कहते ने वह नमाज असी नहीं करनी, जो जो उन्होंने कर्म के धर्म बना के वह पेश कर रहे वह नमाज नहीं। गुरबाणी दे विच जितने भी महापुरुष ने उन्होंने सच का ज्ञान होया किसी नू भी हो सकता है, लेकिन उन्होंने विचारधारा सब की सेम होएगी, इतों पता लगेगा कि उन्होंने सच का ज्ञान होया। ये वाली की कहने नमाज सतगुरु फरीद जी वो दस रहे कि यह दुनिया के लोगों आप वाली नमाज पढ़नी, अच्छा ए वाली नमाज पढ़न के नाल असी मुसलमान नहीं हो जावेंगे, ए वाली नमाज पढ़न के नाल ही असी सच दे सच धर्म के फॉलोअर्स ही रहेंगे, लेकिन असं समझ रहे भी कितने नमाज सानू वाली मुसलमानी धर्म वाली नमाज पढ़ने आख रहे नहीं। फरीद जी मुसलमान के घर जरूर जन्म हुए सन, लेकिन फरीद जी ने अपने आप को मुसलमान धर्म तो हटा के सच धर्म का पैरोकार उन्होंने मनिया, उन्होंने खुद भी मनिया कि मेरा मन सच विच मन गया, मैं हूँ सच में ही अपना गुरु मनदा, सच ही मेरे वास्ते परमात्मा है, और आ वाली नमाज ये नमाज असी समझनी है, साड़ी नमाज की है ये चंगे गुणा रूपी नमाज असी अपने पूरे जिंदगी नू जिंदगी विच बतीत करके अपनी असी सिर्फ एक दिन तो जागण तो रात नू सो के सवेरे जागण नू सतगुरु जी नहीं आख रहे जा कहिंदे तू जिहड़ा मन तू माया दे विस्वाद विच सुत्ता पियाना उस तो हमेशा लई जागला, तेरी पूरी जिंदगी रूपी तेरी एक गुणा दे विच तेरी नमाज हुंदी रवे। हां जी अगला सवाल हैगा वीर जी रविंदर सिंह जी दा पुणे तो। वीर जी सवाल नहीं है, मैं ऐसी पंक्ति बारे चलते विचार में कुछ ऐड करना चाहना हाँ। गुरु नानक देव जी कबीर जी और बाकी सब जिन्होंने असि समझने कि मुसलमानों को कंडेम किया या होर किसी धर्म उन्होंने उन्होंने जो चल रहे रीति रिवाज सन या उन्होंने जो कर्म कांड सन उन्होंने कंडेम किया है। हाँ जी बिल्कुल गुरबाणी में सानू भी तो गुरु साहब कह रहे ने हर हर नित करे रसना कहा कछु ना जानी चित जिन का हिर लया माया बोलन पे रवानी। असी भी ते एक घंटा दो घंटा किसी एक वर्ड का रटन करन नु भी साडी
पूजा या साड़ी बना लेता है। बहुत गुरु साहब ते हर गलत रीति रिवाज नु कंडेम कर रहे हैं। ਉਹ ਸਾਡੇ ਅਸੀਂ ਅਗਰ ਆਪਣੇ ਤੇ ਢੁਕਾ ਕੇ ਦੇਖੀਏ ਤੇ ਸਾਡੇ ਵੀ ਗੁਰਦੁਆਰਿਆਂ ਵਿੱਚ ਸਾਡੇ ਵੀ ਧਰਮ ਸਥਾਨਾਂ ਵਿੱਚ ਜੋ ਚੱਲ ਰਹੇ ਹਨ ਬਹੁਤ ਸਾਰੇ ਕਰਮ ਕਾਂਡਾਂ ਨੂੰ ਗੁਰੂ ਸਾਹਿਬ ਨੇ ਆਲਰੇਡੀ ਕੰਡੈਮ ਕੀਤਾ ਹੋਇਆ ਹੈ ਵੀ ਅਖੰਡ ਪਾਠ ਪੈਸਾ ਦੇ ਕੇ ਠੇਕੇ ਦੇ ਉੱਤੇ ਕੰਟਰੈਕਟ ਦੇ ਕੇ ਵੀ ਅੱਜ 5,000 ਰੁਪਏ ਦਿੱਤੇ ਔਰ ਅਖੰਡ ਪਾਠ ਦੀ ਭੇਟਾ ਖਰੀਦ ਅਖੰਡ ਪਾਠ ਦਾ ਪੁੰਨ ਖਰੀਦ ਲਿੱਤਾ। ਐਸੇ ਬਹੁਤ ਸਾਰੇ ਜਿਹੜੇ ਕਰਮ ਕਾਂਡ ਸਾਡੇ ਵਿੱਚ ਹੋ ਰਹੇ ਹਨ ਗੁਰੂ ਸਾਹਿਬ ਉਹਨਾਂ ਨੂੰ ਵੀ ਕੰਡੈਮ ਕਰਦੇ ਪਏ ਸਨ। ਸਾਨੂੰ ਸਮਝਣਾ ਚਾਹੀਦਾ ਕਿ ਉਹ ਕਿਸੇ ਧਰਮ ਦੇ ਵਿਰੁੱਧ ਨਹੀਂ ਕਹਿ ਰਹੇ, ਉਹਦੇ ਵਿੱਚ ਚੱਲਦੇ ਹੋਏ ਗਲਤ ਰੀਤੀ ਰਿਵਾਜ ਨੂੰ ਬੁਰਾ ਕਹਿ ਰਹੇ ਹਨ। ਹਾਂਜੀ ਵੀਰ ਜੀ, ਇਹ ਦੂਜੇ ਸ਼ਬਦਾਂ ਸਤਿਗੁਰੂ ਜੀ ਆਖਦੇ ਹੁਣ ਉਹ ਸ਼ਬਦ ਆਉਂਦਾ ਨਾ, ਗੁਰੂ ਸਤਿਗੁਰੂ ਜੀ ਕਹਿੰਦੇ ਨੇ ਕਰਮ ਧਰਮ ਪਾਖੰਡ, ਅਸੀਂ ਜਿਹੜੇ ਧਰਮਾਂ ਦੇ ਨਾਂ ਤੇ ਕਰਮ ਬਣਾ ਲਏ ਨੇ, ਕਰਮ ਕਾਂਡ ਜਿਹਨੂੰ ਆਖਦੇ ਨੇ, ਕਹਿੰਦੇ ਉਹ ਪਾਖੰਡ ਹੈ, ਉਸ ਤੋਂ ਸਾਨੂੰ ਬਚਣ ਲਈ ਆਖਦੇ ਨੇ। ਕਹਿੰਦੇ ਦੁਨੀਆਂ ਦਾ ਤਾਂ ਧਰਮ ਹੀ ਇੱਕ ਹੈ ਸੱਚ ਧਰਮ, ਔਰ ਉਸ ਦੇ ਵਿੱਚ ਇਹ ਪਾਖੰਡਬਾਜ਼ੀ ਨਹੀਂ ਹੁੰਦੀ। ਹਾਂਜੀ ਬਿਲਕੁਲ ਸਹੀ ਬੋਲਿਆ ਵੀਰ ਜੀ ਰਵਿੰਦਰ ਵੀਰ। ਹਾਂਜੀ ਗੀਤਾ ਦੀ ਇਸ ਗੱਲ ਨੂੰ ਐਕਸੈਪਟ ਕਰਨ ਸਾਨੂੰ ਕੋਈ ਹਰਕਤ ਨਹੀਂ ਹੈ ਵੀ ਗੁਰਮਤ ਰਾਮ ਨਾਮ ਲਿਹੋ ਮੀਤਾ ਪ੍ਰਣਵੈ ਨਾਮਾ, ਨਾਮ ਦੇਵ ਜੀ ਕਹਿ ਰਹੇ ਨੇ ਕਹਿੰਦੇ ਇਉਂ ਕਹਿ ਗੀਤਾ। ਨਿਮਾਜ ਗੁਜਾ ਹੈ, ਦੋਨੋ ਦੋਨੋ ਰੱਬ ਦੇ ਪ੍ਰਥਾਏ, ਰੱਬ ਦੇ ਗੁਣਾਂ ਦੀ ਪ੍ਰਥਾ ਜਿਹੜੀਆਂ ਨਾ ਬਈ ਉਹ ਤੂੰ ਸਵੇਰੇ ਸਵੇਰੇ ਉੱਠ ਕੇ ਉਹ ਉਚੇਚ ਤੌਰ ਤੇ ਬਈ ਗੁਰਸਤ ਗੁਰ ਕਾਗਜ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤੇ ਆਏ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਨਿਤਾ ਪ੍ਰਤੀ ਉੱਠ ਕੇ ਨਾ ਉਹ ਕੀਤਾ ਗਾ। ਹਾਂਜੀ ਬਾਈ ਸਗਲ ਧਰਮ ਨਿਰਮਲ ਕਰਮ ਸ਼ਬਦ ਹੈ ਵੀ ਆਉਂਦਾ ਨਾ ਵੀਰ ਜੀ ਨੇ ਇੱਕ ਹੁਣੇ ਰਵਿੰਦਰ ਵੀਰ ਜੀ ਨੇ ਕੱਲ ਅਖੰਡ ਪਾਠ ਸਾਹਿਬ ਦੀ ਕੀਤੀ ਹੈਗੀ ਹੈ ਅਖੰਡ ਪਾਠ ਰਖਵਾਣੇ ਮੇਰੇ ਖਿਆਲ ਨਾਲ ਇੱਕ ਵਿਚਾਰ ਸਤਬੀਰ ਜੀ ਇੱਕ ਸੈਕਿੰਡ ਰਿਕਾਰਡਿੰਗ ਵਿਦ ਡਿਸਟਰਬੈਂਸ ਆ ਰਹੀ ਹੈ ਸੋਰੀ ਇੱਕ ਸੁਖਵਿੰਦਰ ਵੀਰ ਜੀ ਹੋਰ ਜੁਆਇਨ ਹੋਏ ਨੇ ਉਹਨਾਂ ਨੂੰ ਬੇਨਤੀ ਆਪਣੀ ਆਡੀਓ ਪਲੀਜ਼ ਆਫ ਕਰ ਦਿਓ ਕਿਉਂਕਿ ਰਿਕਾਰਡਿੰਗ ਨਹੀਂ ਹੋ ਪਾ ਰਹੀ ਪਲੀਜ਼ ਜੀ। ਮੈਂ ਕਿਹਾ ਅਖੰਡ ਪਾਠ ਬਾਰੇ ਵੀ ਥੋੜੀ ਜਿਹੀ ਵਿਚਾਰ ਸਾਂਝ ਕਰ ਲਿੱਤੀ ਜਾਏ ਕਿਉਂਕਿ ਗੁਰਬਾਣੀ ਵਿੱਚ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਤੇ ਰਾਹੋ ਦਾ ਪਦਾ ਆਉਂਦਾ ਹੈ। ਰਾਹੋ ਦਾ ਅਰਥ ਹੀ ਹੈਗਾ ਕਿ ਠਹਿਰੋ ਠਹਿਰੋ ਕਿਉਂ ਠਹਿਰੋ ਠਹਿਰ ਕੇ ਵਿਚਾਰ ਕਰੋ ਤੇ ਮੇਰੇ ਖਿਆਲ ਨਾਲ ਤੇ ਅਖੰਡ ਪਾਠ ਸਾਹਿਬ ਹੋ ਵੀ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਆਪ ਕਹਿ ਰਹੇ ਨੇ ਰਾਹੋ ਰੁਕੋ ਤੇ ਵਿਚਾਰੋ ਤੇ ਰੁਕ ਕੇ ਵਿਚਾਰ ਕਰੀਏ ਤੇ ਫਿਰ ਉਹ ਤੇ ਖੰਡ ਉੱਥੇ ਹੀ ਟੁੱਟ ਗਿਆ ਉੱਥੇ ਤੇ ਲੈ ਟੁੱਟ ਗਈ ਤੇ ਅਖੰਡ ਪਾਠ ਤੇ ਮੇਰੇ ਹਿਸਾਬ ਨਾਲ ਹੋ ਨਹੀਂ ਸਕਦਾ। ਇਸ ਬਾਰੇ ਵੀ ਥੋੜਾ ਜਿਹਾ ਵਿਚਾਰ ਦੇ ਦਿਓ ਤੇ ਫਿਰ ਅੱਗੇ ਅਗਲੇ ਸਵਾਲ ਤੇ ਚੱਲੀਏ। ਅਰਵਿੰਦਰ ਵੀਰ ਜੀ ਇਸ ਬਾਰੇ ਤੁਸੀਂ ਆਰੰਭ ਕਰੋ। ਗੁਰਬਾਣੀ ਅੰਦਰ ਕਿੰਨੀਆਂ ਮੰਗਦੀਆਂ ਨੇ ਵੀ ਪੜੀਏ ਨਾ ਹੀ ਭੇ ਪੂਜੇ ਬੂਝੇ ਪਾਵਨਾ ਪੜਪੜ ਗੱਡੀ ਲਦੀਏ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ। ਗੁਰਬਾਣੀ ਵਿੱਚ ਐਸੇ ਐਸੇ ਬਹੁਤ ਸਾਰੇ ਸ਼ਬਦ ਮਿਲ ਜਾਵਾਂਗੇ ਕਿ ਸਾਨੂੰ ਉਹ ਜਿਹੜਾ ਪੜ੍ਹਨ ਵਾਲੀ ਕਿਰਿਆ ਜਿਹੜੀ ਹੈ ਨਾ ਸਾਨੂੰ ਪੜ੍ਹਨਾ ਕਈ ਅਸੀਂ ਨੋਰਮਲੀ ਜਦੋਂ ਇੱਕ ਨਾ ਜਵਾਬ ਦਿੰਦੇ ਹਾਂ ਉਹਨਾਂ ਦੇ ਅੱਗੋਂ ਆ ਜਾਂਦਾ ਫਿਰ ਤੁਸੀਂ ਦੇ ਬੋਲੋ ਤੁਸੀਂ ਫਿਰ ਇਹ ਵੀ ਕਰਨ ਤੋਂ ਮਨਾ ਕਰ ਦਿੰਦੇ ਹੋ। ਗੁਰਬਾਣੀ ਇਜ਼ ਐਨ ਐਜੂਕੇਸ਼ਨ, ਇਟ ਇਜ਼ ਅ ਕੰਪਲੀਟ ਐਜੂਕੇਸ਼ਨ ਸਿਸਟਮ, ਉਹਨਾਂ ਬੱਚੇ ਦੀ ਪੜ੍ਹਾਈ ਤੋਂ ਲੈ ਕੇ ਪੜ੍ਹਨਾ ਵੀ ਪਏਗਾ। ਜੇ ਪੜ੍ਹੇਗਾ ਹੀ ਨਹੀਂ ਤਾਂ ਅੱਗੇ ਵਿਚਾਰੇਗਾ ਕਿਵੇਂ? ਲੇਕਿਨ ਪੜ੍ਹਨ ਦੀ ਕਿਰਿਆ ਹੈ ਨਾ ਉਸ ਤੱਕ ਰੁਕਣਾ ਨਹੀਂ ਹੈ, ਪੜ੍ਹਨ ਦੀ ਕਿਰਿਆ ਤੋਂ ਅੱਗੇ ਜਾ ਕੇ ਪੜ੍ਹਨ ਦੀ ਕਿਰਿਆ ਨੂੰ ਵਿਚਾਰ ਦੀ ਕਿਰਿਆ ਵਿਚਾਰ ਦੀ ਕਿਰਿਆ ਨੂੰ ਅੱਗੇ ਜਾ ਕੇ ਉਹਨੂੰ ਆਪਣੇ ਜੀਵਨ ਵਿੱਚ ਮੰਨਣਾ। ਕਹਿੰਦਾ ਮੰਨਣਾ ਕੀ ਗੱਤ ਕਹੀ ਨਾ ਜਾਏ, ਜਿਹਨਾਂ ਨੇ ਮੰਨ ਲਿੱਤਾ ਨਾ ਉਹਨਾਂ ਦੀ ਆਤਮਕ ਅਵਸਥਾ ਦੀ ਜਿਹੜੀ ਉਹ ਵਿਖਿਆ ਨਹੀਂ ਕੀਤੀ ਜਾ ਸਕਦੀ। ਬਾਕੀ ਪੜ੍ਹਨਾ ਪੜ੍ਹਨਾ ਆਪਣੇ ਆਪ ਅੰਦਰ ਅੱਛਾ ਹੈ, ਮਾੜਾ ਨਹੀਂ ਹੈ, ਲੇਕਿਨ ਕੇਵਲ ਪੜ੍ਹਨਾ 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 ਹੀ ਜਿਹੜਾ ਹੈ ਨਾ ਉਹ ਇੱਕ ਤੀਜੇ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ ਪੜਿਆ ਮੂਰਖ ਆਖੀ ਉਹ ਵੀ ਆਉਂਦਾ ਇੱਕ ਹੋਰ ਸ਼ਬਦ ਹੈ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨਾ ਸਿਰ ਸੰਗ ਨਾ ਛੁਟਕੇ ਅਧਿਕ ਅਹੰਗ ਬੁਧਵਾਦੇ ਬੁਝੀਏ ਪਾਈਏ। ਲਾਈਨ ਨਹੀਂ ਯਾਦ ਆ ਰਹੀ, ਜੇ ਮੈਨੂੰ ਵਿਸ਼ਕਾਰ ਯਾਦ ਆਈ ਤੇ ਮੈਂ ਤੁਹਾਨੂੰ ਵਿਸ਼ਕਾਰ ਇੱਕ ਵਾਰ ਫਿਰ ਕਹਿ ਦੇਵਾਂਗਾ। ਮੈਂ ਪੜ੍ਹਨ ਦੇ ਕੇਵਲ ਨਿਰੋਲ ਪੜ੍ਹਨ ਦੇ ਪ੍ਰਥਾਈ ਜਿਹੜੇ ਨੇ ਨਾ ਬਈ ਉਹ ਬਹੁਤ ਸਾਰੇ ਸ਼ਬਦ ਆ ਜਾਣਗੇ ਜੇ ਉਹ ਜੋ ਇਸ ਚੀਜ਼ ਦਾ ਖੰਡਨ ਕਰਦੇ ਪਏ ਨੇ। ਪੜ੍ਹਨਾ ਪੜ੍ਹਨ ਦਾ ਪਰਪਸ ਹੋਣਾ ਚਾਹੀਦਾ। ਜੇ ਅਸੀਂ ਬੱਚੇ ਨੂੰ ਕਹੀਏ ਤੂੰ ਇਹ ਟੇਬਲ ਪੜ੍ਹ ਲੈ ਇਹ ਪੜ੍ਹ ਲੈ, ਉਸ ਵਿੱਚ ਸਵਾਲ ਪੁੱਛਣ ਸਵਾਲ ਦਾ ਜਵਾਬ ਹੀ ਨਾ ਆਉਂਦਾ ਹੋਵੇ
दो का पहाड़ा पढ़ा दिए रख लिता उन्हें उस बाद जाके चॉकलेट लेके आ जा पांच रुपए की चॉकलेट दस चॉकलेटा लेके आने ने उन्होंने पता ही ना हो कितने चॉकलेटा मिलदियां ने की मिलता है अच्छे कहने पागल है पढ़ाई करके किया तू ने सा भी हालत जी है ना वो कुछ करने की है सा केवल गुरुद्वारियां विच करम कांडा दा असीं लैके चलीए जिस तरह दुध नाल धो देना चरण धूड़ कुल्ले परना इस तरह क्योंकि असीं सारे ही फिर जोर भी लगांदे आ दुध दुध नाल थले धोना सीढ़ियां धोना साबुन चुके घर ले जाने साबुन नाल पौड़ियां धोतियां घर ले जाने उन्नू दवाई की तरह समझना या दरबार साहब तो बेरी नू बड़ा पवित्र मान लेना इस तरह की कई गल्लां साडे विच आ चुकी हैं उस बाबत दो मिनट तुसी भी विचार दिओ सुखिंदर वीर जी भी विचार देन जिहड़ी लाइन मैं तुहानूं कह रही सी मैनूं याद नहीं आ रही सी इक तीजे पातशाह दा शब्द आंदा कहिंदा ने पाठ पढ़े ना बूझाई कहिंदा भेगी भरम भुलाए जे तू पाठ पढ़ी जाना पै और तेन समझ नहीं आ रही कहते पाठ पढ़े ना बुझाई तुम बुझदा नहीं तू करना की पै कहते भेख करना पै तू भरमा में भुलिया हो पाठ पढ़े ना बूझे कहते वर्त नेम नित्ता प्रद पूजा पर जी असि भी सा नितनेम जो नित्ता प्रद पूजा हो चुका होया है बोले तो पाँह साल तक असू करी जाना कहते वर्त नेम नित्ता प्रद पूजा कहते बिन बूझे सब भाव है दूजा सब दूजे भाव होंगे गुरु इन्हों खड़ा कर देगा बहुत सारे असि कह लो भी गुरु साहब का स्वरूप लेके जाना है तभी तो पानी तुरकना मार्बल देने और तो एवरीवन मस्ट हैव सीन बंदियां नू पाओ मार्बल तो स्लिप होके गिरदे तुरक पानी तो फिर नॉर्मली जो नगर कीर्तन आते हैं बहुत संगत होंगी बड़ा चिकड़ जहा होया होंगे फिर जो गुरु साहब का स्वरूप लेके जाना है बंदे नंगे पैर टुरते होंगे ने अगे अगे पानी तुरकते होंगे हालांकि फर्श ही बड़ी वधिया साफ होंगी फिर उस तो कोई बंदा स्लिप होके गिर जाता है उत्तों की जो बेसिक बनाया गया कि भाई मिट्टी कट्टा उड़ता है तो उन्होंने शांत करने वास्ते पानी तुरकिया जाए हुण मार्बल के गुरुद्वारे ने उत्थे भी असीं जिहड़ा ना अजे भी पानी तुरकी जाने पए आ ठीक है रविंद्र वीर जी ने कहा भी कई बार तो अच्छा मैं एक बार हेठां खलोता हुआ गुरुद्वारे दे देग उत्तों वरत के फिर हेठां आई है तो वीर नाल साडी गल्लां पास चलते पास जिकन देग आई उन्होंने अपने जोड़े उतार दिते जोड़े उतार के फिर उन्होंने देग लिती तो वो तो धर्म वाली कड़ी क्रिया होगी आम तौर देखो शमशान से भी जाओ ना तो तीन किस्म के बंदे मिल जाएंगे जिहड़े जो ज्ञानी जी अरदास करते हैं शमशान से जाओ तो एक जो जोड़े पा के खलोते हुए जोड़े ला के खलोते हुए ने एक तीजी गड्डी भी मिलेगी जिन्होंने जोड़े अपने पैर तो ला दिते ने लेकिन लथे हुए जोड़िया के उ नंगे पैर ही खलोते हुए बी जी एक चीज और ऐड कर देना ये जो शमशान जाने तो बाद अगर थोड़े हाथ मैले हो गए ने तो हाथ धोने मुंह से छिट्टा मारनिया ठीक ने बाकी जो हाथ धोते हैं छिट्टा मारते हैं उसके बारे विचार दे दो जी प्लीज माड़ी गल नहीं है अब कोई क्रिया बना लेने की इस तरीके जाना अच्छे जाते नॉर्मली घर जाके देखो ना अच्छा सिर सिर इतो नहीं लेके जाना पैर इस पास सिर होते पूरी शरीर फिराते हैं हालांकि सब तो ईवन जी रहत मर्यादा है भावे सहमत हाँ या नहीं है पूर्ण तौर लेकिन इन्हों का खंडन तो उत्थे भी काफी ज्यादा स्पष्ट शब्द अंदर उन्होंने किया होया इन्हों का सिक्के फेंक देने मैं साझ करना चाहवांगा
कि एक सोसाइटी बनी है देहरादून 10 साल हो गए, तो उन्होंने 500,000 रुपया महीना देंदे एम्पलॉय देंदे, पंजाब सिंध बैंक दे रिटायर हुए मेरे ते, वह हूँ वापस आते 10 साल हो गए वापस आने लग पे, जो वो बच्चे की नौकरी लग गई है तो हूँ 5-6 लाख रुपया वापस आता हर महीने, वो फिर अगों दे ही जाते हैं चलाने वाला रेस कोर्स देहरादून से गुरुद्वारे जब उन्होंने जगह मिली हुई है बना दो लाइफ बहुत आती है उस तो कई बच्चे अज तकरीबन अमूमन सारे बंदे क्रिश्चियन जो रन स्कूल ने कॉन्वेंट्स ने अभी जाके थले करने साडे बच्चे नूं ले लो और उन्होंने अब देखो इतने पुणे गुरुद्वारा साहब के नाल जी स्कूल है भावे असं नहीं कहते वी डोंट वांट टू कन्वर्ट फोर्सफुली लेकिन बच्चे जो सिद्धांत जरूर पै जाते हैं बंदा जिस संस्था में जाके जुड़ेगा ना उसके संस्कार जरूर पै जाते हैं सब तो हाईएस्ट रेट ऑफ रिटर्न जो है ना मेरे ख्याल से जो एजुकेशन के हिसाब से ही है बंदे एक बार अगेन अच्छे भाई गुरदास जी जो करते हैं कहते जैसे सत मंदिर कंचन के उसार दी ने इतने सत का मत 7 नहीं है अपनी एजुकेशन इतनी गौर की बहुत कुट खाधी सेकंड वर्ल्ड वॉर के टाइम से लेकिन उस तो बाद जो उन्होंने मिलके जो फैसले किए ने ना दे आर ओ आज कह लो भी जो वर्ल्ड जो नोबल प्राइजेस मिलते हैं या कह लो टेक्नोलॉजिकली दे आर सो एडवांस्ड हालांकि उन्होंने जो हालात ने बिल्कुल रेगिस्तान में ने लोग लेकिन उन्होंने एजुकेशन से इतना फोकस किया होया है एंड साढ़े साढ़े तो बहुत कम्युनिटी मतलब साढ़े दोनों पक्ष ने साढ़े जो पैसे की घाट नहीं है गुरुद्वारों गुरुद्वारे को पैसा बहुत आ रहा है जे इन एजुकेशन प्रोसैस से लाया जाए ना तो ये रिटर्न बहुत अच्छे सानू जो मिल सकते हैं जी। प्रदीप जी तुसी विचार दे लियो उस तो बाद रवनीत पैन जी ने कुछ विचार करनी है। हाँ जी हरविंदर भी जी मैं शेयर तुहानू कर रहा सी कि 4-5 साल पहले दी घटना हैगी है पटना साहब में गया सी गुरु गोबिंद सिंह जी का प्रकाश गुरपुरब हैगा सी ते जदों उत्थे नगर कीर्तन निकलिया ना सर्दियां च आंदा गुरु गोबिंद सिंह का प्रकाश गुरपुरब ते जिहड़े पंज प्यारे सिंह बने सी ना उन्होंने ना जोड़े पाए हुए सी नगर कीर्तन के दौरान ते तुसी मनोगे नहीं उस चीज का इन्ना वड्डा इशू बनाया संगत ने मतलब अगले दिन अखबारों च आ गया सी कि ए देखो जी पंज प्यारे ने जोड़े पा के नगर कीर्तन च गए ने ते हुण सर्दियों का दिन है गे ने जो जोड़े पा लिए उन्होंने तो उस की दिक्कत सी मैं तो समझ नहीं आई लोगों इधर धर्म वाली कड़ी क्रिया है या तुसी रोज ना पाओ जे जोड़े पाने विच कोई अधर्म है तो तुसी रोज ना पाओ जिहड़ा बड़ी बाणी कहिंदी पगो पताना अपना किया कमाना ओहदा प्रचार करन वाले ओहदे जिहड़े मोढ़ी जिहड़े पो हैन ओह कहन के तुसी जोड़े नहीं पाते इन्हें धर्म वाली कड़ी क्रिया हाँ जिथे विछाई की जोड़े पा के नहीं जाओगे बंदा अपने घर भी बिस्तरे जोड़े पा के नहीं चढ़ता घर जोड़े पा के आने बेड पहला जोड़े हेटा लाने फिर बिस्तर से चढ़ने दिस इज एब्सोल्युटली लॉजिकल लेकिन कुछ मतलब ना कुछ साढ़े संस्कार बन चुके हुए इतने साल तो बंदे बंदे कहते भी सो सतगुरु वाह वाह जिन्हें सो सतगुरु धन धन जिन्हें भरम गढ़ तोड़िया मानो एक किला बन चुका है इन्होंने दीवारा इतनिया मजबूत हो गई ने ना कि इन्होंने प्रथाई गल करनी भी जी और नॉर्मल बंदा की कहता यार मैं भिड़ना नहीं चाहता बी लाइक जो पांच प्यारे ने दे मस्ट बी अमंग दी फाइव यू नो लाइक जिन्होंने कोई अच्छी सोच हो सवाल कर देंगे जे कोई कह रहा उन्होंने कोई जोड़े लाओ या पाओ तो कहते क्यों उतारी है तू सू गुरबाणी की पंक्ति कोट करके दिखा देना गुरमत के फैसले केवल के केवल गुरबाणी के राही ही सोल्व किए जा सकते हैं जे बाणी की कोई पंक्ति ऐसा कहती हो जोड़े उतारने धार्मिक क्रिया है हालांकि थन ना तो पाए तनूर जो बालन हड ना बाल सिर पैरी क्या फेड़िया अंदर पिरी ने हाल बड़ा स्पष्ट है कि थन ने तो इतने कुछ तो इवन सुबह के टाइम कहते 4 बजे रोड थप्पया पे होंगे इतने हाँ जी हाँ जी नंगे पैरी जाना और फिर आगे पानी त्रुकते हैं फिर उन्होंने झाड़ू मार देने फुल छटते हैं उसे मलिदा हो जाता है वह तो क्रिया का कि मतलब ना एक चली आ रही बस साडे मर्यादा विच भी लिखिया होया चाहे तुसी मनिए ना मनिए कुछ पॉइंट्स इस तरह दे हैगे ने उन्होंने कहा अगर तुसी सिर विच बाबा जी रूप चुक के जा रहे हो
ਕਿੱਥੇ ਗੋਇਆ ਆ ਜਾਏ ਕੋਈ ਗਲਤ ਚੀਜ਼ ਆ ਜਾਏ ਇਸ ਤੋਂ ਬੈਟਰ ਹੈਗਾ ਅਗਰ ਤੁਸੀਂ ਜੋੜੇ ਪਾ ਲਓ ਲੋੜ ਪੈਂਦੇ ਪਾ ਲਓ ਅੰਦਰ ਕੋਈ ਹਾਂ ਬਿਲਕੁਲ ਕੋਈ ਮਨਾ ਹੀ ਨਹੀਂ ਜੀ ਹੁਣ ਇੱਕ ਗੁਰਪ੍ਰੀਤ ਵੀਰ ਜੀ ਨੇ ਹੈਂਡ ਰੇਸ ਕੀਤਾ ਸੀ ਔਰ ਇੱਕ ਰਵਿੰਦਰ ਵੀਰ ਜੀ ਨੇ ਔਰ ਇੱਕ झाड़ू ਤਾਂ ਦੇ ਜੋੜਾ ਪਕੜਾ ਦੋਗੇ ਠੰਡ ਦਾ ਮਹੀਨਾ ਪੰਜ ਜਨਵਰੀ ਦਾ ਦਿਨ ਔਰ ਜਦ ਤੱਕ ਬੰਦਾ ਜੋੜਾ ਨੀ ਆਪਣਾ ਬਣਾਉਂਦਾ ਤਾਂ ਤੱਕ ਉਹਨੂੰ ਝਾੜੂ ਨੀ ਦੇਣਗੇ ਉਹਨਾਂ ਨੂੰ ਕੰਡਾ ਪੂਰਾ ਕੰਪੈਲ ਕਰਨਗੇ ਕਿ ਤੁਸੀਂ ਨੰਗੇ ਪੈਰ ਧੋਣਾ ਹੈ ਮੈਂ ਉਹਦੇ ਆਗੂ ਨੂੰ ਪੜਿਆ ਮੈਂ ਕਿਹਾ ਵੀ ਇਹਦਾ ਕੀ ਕਾਰਨ ਹੈ ਮੈਨੂੰ ਸਮਝਾ ਦੇਣਾ ਇੱਕ ਵਾਰ ਉਹਨਾਂ ਨਾਲ ਦੋ ਮਿੰਟ ਅਰਗੂਮੈਂਟ ਕੀਤੀ ਤਾਂ ਉਹਨੇ ਚੁੱਕ ਕੇ ਮੈਨੂੰ ਬਾਹਰ ਕਰਤਾ ਜੀ ਨਗਰ ਕੀਰਤਨ ਦੇ ਉਠਾ ਕੇ ਮਤਲਬ ਕੀ ਕਰੂਗੇ ਵੀਰ ਜੀ ਲੇਕਿਨ ਹੁਣ ਸਾਡੇ ਦਿੱਲੀ ਨਗਰ ਕੀਰਤਨ ਵਿੱਚ ਜਿਹੜੇ ਪੰਜ ਪੈਰੇ ਬਣਦੇ ਨੇ ਉਹ ਜੋੜੇ ਪਾ ਕੇ ਤੁਰਦੇ ਨੇ ਹੁਣ ਪਰ ਤੁਸੀਂ ਨਾ ਪਿੱਛੇ ਦੇਖਣਾ ਸੇਵਾ ਕੀਤੀ ਹੈ ਵੀਰ ਜੀ ਜੋੜੇ ਘਰ ਵਿੱਚ ਮੈਂ ਆਪ ਸੇਵਾ ਕੀਤੀ ਹੈ ਮੇਰੇ ਤੋਂ ਪਹਿਲੇ ਜੋੜੇ ਉਤਰਵਾਏ ਨੇ ਔਰ ਉਹ ਜੋੜੇ ਮੇਰੇ ਚੋਰੀ ਵੀ ਹੋ ਗਏ ਸਰ ਪੈਸੇ ਲੈ ਕੇ ਪੰਜ ਪਿਆਰੇ ਬਣੇ ਹੈਗੇ ਇੱਕ ਕਈਆਂ ਨੂੰ ਸੋਝੀ ਮੈਂ ਕਵਾਂਗਾ ਸ਼ਾਇਦ ਬਾਣੀ ਦੀ ਇੰਨੀ ਜ਼ਿਆਦਾ ਨਹੀਂ ਹੁੰਦੀ ਔਰ ਸੋਝੀ ਹੋਏ ਵੀ ਉਸਦੇ ਬਾਵਜੂਦ ਉਹਨਾਂ ਨੂੰ ਆਪਣੀ ਨੌਕਰੀ ਦੀ ਪਈ ਹੁੰਦੀ ਹੈ ਕਿ ਮੈਂ ਕਿਧਰੇ ਨੌਕਰੀ ਨਾ ਚੱਲੀ ਜਾਏ ਮੇਰੀ ਕਿਧਰੇ ਇਹ ਨਾ ਹੋਏ ਕਿ ਅਗਲੀ ਵਾਰ ਤੋਂ ਮੈਨੂੰ ਬੁਲਾਉਣਾ ਬੰਦ ਨਾ ਕਰ ਦੇਣ ਇਸ ਲਈ ਉਹ ਜਿਹੜੇ ਚੁੱਪ ਕਰਕੇ ਮਨਮਤ ਨੂੰ ਵੀ ਮੰਨੀ ਜਾਂਦੇ ਹੈਗੇ ਸਾਡੇ ਗੁਰਦੁਆਰਿਆਂ ਨੂੰ ਸਾਡਾ ਚਾਨਣ ਮੁਨਾਰਾ ਸਮਝ ਸਕਦੇ ਹਾਂ ਕਿ ਅਸੀਂ ਐਸੇ ਬੰਦਿਆਂ ਕੋਲ ਆਪਣੇ ਜੀਵਨ ਦੀ ਅਗਵਾਈ ਲਈਏ ਕਿ ਅਸੀਂ ਜੋ ਜਦੋਂ ਸਾਡੇ ਮਨ ਦੀ ਬਿਰਥਾ ਹੋਵੇ ਤੇ ਇਹਨਾਂ ਦੇ ਅੱਗੇ ਜਾ ਕੇ ਸਵਾਲ ਕਰੀਏ ਜਿਹਨਾਂ ਤੋਂ ਕਹਿੰਦੇ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹੀ ਥਾਂ ਜੀ ਜੀ ਇਹ ਸਵਾਲ ਚੁੱਕਣ ਦਾ ਪਰਪਸ ਇਹੀ ਸੀਗਾ ਕਿ ਸੰਗਤ ਜਿੰਨੀ ਜੁੜੀ ਹੋਈ ਹੈਗੀ ਹੈ ਸਾਡੇ ਵਿੱਚੋਂ ਵੀ ਅਸੀਂ ਵੀ ਕਈ ਵਾਰੀ ਕਿਧਰੇ ਨਾ ਕਿਧਰੇ ਮਨਮਤ ਵਿੱਚ ਜੁੜ ਜਾਂਦੇ ਹੈਗੇ ਹਾਂ ਤੇ ਆਪਣੇ ਗੁਰਦੁਆਰਿਆਂ ਵਿੱਚ ਇਹ ਸਾਰੀ ਚੀਜ਼ਾਂ ਲਾਗੂ ਕਰਵਾਉਂਦੇ ਹਾਂ ਐਟਲੀਸਟ ਜਾਗ੍ਰਿਤੀ ਸਾਰਿਆਂ ਨੂੰ ਇਹ ਗੁਰੂ ਦੀ ਸ਼ਬਦ ਦੀ ਅਗਵਾਈ ਵਿੱਚ ਤੇ ਐਟਲੀਸਟ ਅਸੀਂ ਉਹਨਾਂ ਦੇ ਨਾਲ ਨਾਲ ਖੜੇ ਹੋਈਏ ਜਿਹੜੀ ਮਨਮਤ ਗੁਰਦੁਆਰਿਆਂ ਵਿੱਚ ਲੈ ਕੇ ਆਉਂਦੇ ਹਾਂ ਜੀ ਇਹੀ ਭਗਤੀ ਹੈ ਗੁਰਮਤ ਦੀ ਭਗਤੀ ਹੀ ਹੈ ਵੇ ਇੱਕੋ ਸ਼ਬਦ ਆਉਂਦਾ ਕਹਿੰਦੇ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ ਪਾਪੀ ਬੰਦੇ ਨੂੰ ਭਗਤੀ ਚੰਗੀ ਨਹੀਂ ਲੱਗਦੀ ਕਹਿੰਦੇ ਕਿਹੜੀ ਭਗਤੀ ਚੰਗੀ ਨਹੀਂ ਲੱਗਦੀ ਜੇ ਤੁਸੀਂ ਕਿੱਥੇ ਬੈਠ ਕੇ ਪਾਠ ਕਰਦੇ ਪਏ ਹੋ ਵਾਹਿਗੁਰੂ ਕਰਦੇ ਪਏ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਆਵਾਜ਼ ਚੁੱਕਦੇ ਹੋ ਨਾ ਬੰਦੇ ਨੂੰ ਉਹ ਬਰਦਾਸ਼ਤ ਨਹੀਂ ਹੁੰਦਾ ਤੇ ਇਹ ਵਾਲੀ ਭਗਤੀ ਹੈ ਆਪਣੀ ਆਵਾਜ਼ ਚੁੱਕਣੀ ਇਹ ਜਾਣਦਿਆਂ ਹੋਇਆਂ ਵੀ ਕਿ ਮੇਰੀ ਗੱਲ ਨਹੀਂ ਸੁਣੀ ਜਾਏਗੀ ਮੈਂ ਮੇਰੀ ਗੱਲ ਨਹੀਂ ਮੰਨੀ ਜਾਏਗੀ ਮੈਨੂੰ ਧੁਤਕਾਰਾਂ ਮਿਲਣਗੀਆਂ ਇਹ ਹੀ ਗੁਰਮਤ ਦੀ ਭਗਤੀ ਹੈ ਨਾ ਉਹ ਭਾਗਾਂ ਵਾਲੇ ਨੇ ਪਰਮਜੀਤ ਸਿੰਘ ਜੀ ਤੁਸੀਂ ਆਡੀਓ ਆਨ ਕਰਕੇ ਪੁੱਛ ਲਓ ਫਿਰ ਬਲਜੀਤ ਭੈਣ ਜੀ ਹਾਂਜੀ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਇਹ ਜਿਹੜੀ ਹੁਣੇ ਵਿਚਾਰ ਚੱਲ ਰਹੀ ਸੀ ਕਿਉਂਕਿ ਗੁਰਦੁਆਰਿਆਂ ਸਾਹਿਬ ਵਿੱਚ ਵੀ ਮਨਮਤ ਚੱਲ ਰਹੀ ਹੈ ਕਾਫੀ ਚਿਰਾਂ ਤੋਂ ਤੇ ਮੈਂ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਵਾਂ ਅੱਜ ਤੋਂ ਕਰੀਬ 3-4 ਸਾਲ ਪਹਿਲੇ ਬੈਂਕੋਕ ਗੁਰਦੁਆਰਾ ਸਾਹਿਬ ਵਿੱਚ ਤੇ ਮੈਂ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਨਿਭਾਉਣ ਜਾਂਦਾ ਸੀ ਤੇ ਇੱਕ ਭੈਣ ਜੀ ਨੇ ਉੱਥੇ ਰੋਜ਼ ਰੱਖਦੇ ਸੀ ਬੋਤਲ ਪਾਣੀ ਦੀ ਤੇ ਉਹਨਾਂ ਨੇ ਕੀ ਕੀਤਾ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ 4-5 ਭੈਣਾਂ ਤੇ ਮਤਲਬ ਮਾਤਾਵਾਂ ਆਉਂਦੀਆਂ ਸਨ ਤੇ ਉਹਨਾਂ ਨੇ ਨਾ ਉਹ ਪਾਣੀ ਲੈ ਕੇ ਵਰਤਾਉਣਾ ਸ਼ੁਰੂ ਕਰਤਾ ਤੇ ਸਮਾਪਤੀ ਤੋਂ ਬਾਅਦ ਫਿਰ ਮੈਂ ਅਰਦਾਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭੈਣ ਜੀ ਤੁਸੀਂ ਕੀ ਕਰਦੇ ਪਿਓ ਕਹਿੰਦੇ ਨੇ ਕਿ ਇਹ ਮਤਲਬ ਜਿਹੜਾ ਪਾਣੀ ਹੈਗਾ ਨਾ ਤੇ ਇਹ ਅੰਮ੍ਰਿਤ ਬਣ ਗਿਆ ਤੇ ਮੈਂ ਕਿਹਾ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਅੰਮ੍ਰਿਤ ਬਣ ਗਿਆ ਤੇ ਕਹਿੰਦੇ ਨੇ ਕਿ ਮਤਲਬ ਕਿ ਇਹ ਅੰਮ੍ਰਿਤ ਇਸ ਤਰ੍ਹਾਂ ਬਣ ਗਿਆ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਸੀਂ ਮਿਲ ਕੇ ਪਾਠ ਕੀਤਾ ਤੇ ਉਹ ਬਾਣੀ ਜਿਹੜੀ ਹੈਗੀ ਪਾਣੀ ਚਲੀ ਗਈ ਤੇ ਪਾਣੀ ਅੰਮ੍ਰਿਤ ਬਣ ਗਿਆ ਮੈਂ ਕਿਹਾ ਤੁਹਾਡੀ ਤੁਸੀਂ ਹੁਣੇ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਪਏ ਹੋ ਤੇ ਉਹਦੇ ਵਿੱਚ ਪੜ੍ਹਦੇ ਪਏ ਹੋ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਤੇ ਫਿਰ ਤੁਸੀਂ ਇਹ ਕਾਰਜ ਕਰੀ ਜਾ ਰਹੇ ਮੈਂ ਕਿੰਨੇ ਸਾਲ ਹੋ ਗਏ ਤੁਹਾਨੂੰ ਪਾਠ ਕਰਦੇ ਹੋਇਆ ਕਹਿੰਦੇ ਨੇ ਸਾਨੂੰ ਸਾਲਾਂ ਵਧੀ ਹੋ ਗਏ ਨੇ ਤੇ ਮੈਂ ਕਿਹਾ ਭੈਣ ਜੀ ਇੱਕ ਗੱਲ ਦੱਸੋ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਡੇ ਵਿੱਚ ਬੜੇ ਪੁਰਾਣੇ ਜ਼ਮਾਨੇ ਤੋਂ ਚੱਲਦੀਆਂ ਆ ਰਹੀਆਂ ਹਨ ਤੇ ਇਹਨਾਂ ਨੂੰ ਖਤਮ ਕਰਨਾ ਸਾਡਾ ਆਪਣਾ ਫਰਜ਼ ਹੈਗਾ ਹੈ ਤੇ ਉਹ ਕਹਿੰਦੇ ਨਹੀਂ ਜੀ ਇਹ ਮਤਲਬ ਕਿ ਕਿਸੇ ਨੂੰ ਮਤਲਬ ਇਸ ਤਰ੍ਹਾਂ ਕਹੋ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ ਤੇ ਮੈਂ ਕਿਹਾ ਇੱਕ ਇਹ ਮਨੁੱਖੀ ਚੀਜ਼ ਦਾ ਸਵਾਲ ਦਾ ਜਵਾਬ ਤੁਸੀਂ ਦੇ ਦਿਓ ਕਹਿੰਦੇ ਪੁੱਛੋ
मैं क्या जे तुहानू पता लगे कि तुहानू कैंसर की बीमारी है और 10 साल बाद पता लगे कि तुहानू कैंसर की बीमारी हैगी है ते तुसी उहदा इलाज कराओगे या उहनू कहोगे जी बड़ी पुरानी बीमारी हैगी उहनू चलन दो मतलब कोई गल नहीं ते कहिंदे असीं इलाज कराओगे ते मैं क्या ए साडे अंदर एक कैंसर की बीमारी आकन चीजा हैगीआं ने बोतलां रखणीआं गुरखड़ी बंधनी जिहड़ी पीड़ा पीड़े साहिब नूं पीड़े नूं ते दीवे बालने ते ऐ सब कैंसर दी बीमारियां हैगीआं ने इहनां नूं सब नूं आप करना पेगा कहिंदे नहीं जी तुसीं ते मतलब अपने आप नूं बड़े सियाणे समझदे ये है वो है उस टाइम मैं मतलब कि गुरद्वारा साहिब दी परमात्मा दी कृपा नाल सेवा निभांदा पिया सी ते मैनूं कईआं ने मतलब कि बड़ा बड़ा बुरा भला आख्या क्योंकि मैं रखड़ियां मेरे नाल इक आनंद वीर भी हैगे नाल जुड़े होने इत्थे ग्रुप विच हैगे ने ते उहनां ने ते मैं मिल के ते होर एक दो वीरां ने मिल के ते उत्थे रखड़ियां भी मतलब कि बंद करवाईआं दिवाली ते दीवे बालदे सी ओह बंद कराए ते दिवाली ते दीवे बालियन ओह शब्द मते उचारदे सी मैं ओह भी बंद कराया ते इहनां दे बाद उस तों बाद काफ़ी संगत मेरे खिलाफ हो गई ते फिर मैं कहा चलो नहीं समझदे तो कोई गल नहीं फिर मैं उस तों बाद गुरद्वारा साहब तों मतलब कि रिजाइन करता ते यह मैं अपना तुहानूं एक्सपीरियंस दस रहा कि मतलब कि तुसीं जिन्ना मर्जी तुसीं समझा लो जिहड़ी चीज़ां साडे अंदर वर चुकियां हन उहनूं कढ़ना इस टाइम बहुत ही मुश्किल हो चुका है नगर कीर्तन इज अ गुड आइडिया फिर कहिंदा दरबार साहिब दा जिहड़ा जल हैगा ओह डिसीज़ ठीक करदा ते कोरोना वायरस क्यों नहीं ठीक कर रहा बिजनेस आइडिया ते नहीं हैगा मैं क्या ओपनली विचार कर लो ओह कहिंदा नो नो ते वीर जी इस बाबत भी विचार दे देना आपने जी हाँ जी वीर जी मैं जिहड़े भी दे रहे हैं सतबीर वीर जी हरविंदर सॉरी हाँ जी वीर जी कंटिन्यू वीर जी सतविंदर वीर जी या हरविंदर वीर जी कोई भी कर लो जी जिहड़ा इहदे श्रद्धा वाली गल है जिहड़ी है ना भी ओह इहदे कि भी ओह जो करना कर लोगे तुहानूं उहदा फल मिलना ही मिलना चाहिए गुरबाणी दीआं दो पंक्तियां आउंदीआं ने कहिंदा भी ओह कहिंदा पतित पावन हर बिरध सदाए तिल नहीं भन्ने काले परमात्मा जिहड़ा ना उहदा सुभाउ उहदा बिरध की है ओह पतित पावन है कहिंदे ने पतित पावन हर बिरध सदाए एक तिल नहीं भन्ने काले तुहाडी कीती होई घालना दा ओह एक तिल भी अपने कोल नहीं रखदा उहने तुहानूं दे देना हुण असीं नॉर्मली जिहड़े बंदे श्रद्धा ते प्योर श्रद्धा ते काम करदे पैना देयर इज वन मोर शब्द कहिंदे भी जो पाथर की पाई पाए तिनकी काल जाई जाए वर्ड दोनों पासे काल ही है ओह जे गुरु कोलों पुछ के काम नहीं कीते ने कहिंदे भी कहिंदे मनमुख भगत करे बिन सतगुर मनमुख बंदा भी अपने वालों भगती जो पानी रखते हैं सेम मतलब हर शहर में प्रॉब्लम है भी साढ़े इतने भी कोई भैन जी सन भी उन्होंने रख देनी गड़ गड़वा रख देना और समाप्ति हुई सुखमनी साहब की अमृत ले लो जी अमृत ले लो भी वो श्रद्धा वो कहते भी धन्ने मिल गया भी जो जम्मू वाले वीडियो के बेटे ने जो एक बड़ा वधिया उन्होंने कहा भी जे सिद्धांत दिते ने भी जे भगत धना जी तो शब्द के प्रथा ही सामने बिल्कुल खुल के नजर नहीं आ रहा प्रगट हो गया जी बानी कहते जो पाथर की पाई पाए दिन की काल अजाई जाए जो पाथर को कबीर पाहन परमेश्वर किया पूजे सब संसार वड्डी गिनती लोग गणेश वाला बहुत मनिंदा है कबीर पाहन परमेश्वर किया पूजे सब संसार अगे कहते इस परवासे जो रहे बुढ़े काली तार समुद्र कहते हैं जिथे जितना ज्यादा गहरा हो उथे उतना ही रंग उतना गाढ़ा गाढ़ा दिखता उतना ब्लैक नजर आता है समुद्र उतो की बचना उतना होर मुश्किल है इस परवासे जो रहे कहते बूढ़े काली तारिया कन ना ही सोगा हन लागे भी काहे कमंड काहे बिलो वो पानी भी सारे जो शब्द इस प्रथाई ने कि यह काम छड़ने ना सारे फोकट कर्म नेफल है से इन्हों का बाकी यह भी दरबार साहब वाला भी जोड़ा है वो जरा जल ਉਹ ਬੇਸਿਕ ਪਰਪਸ ਜਿੱਥੇ ਤੱਕ ਮੈਨੂੰ ਸਮਝ ਆ ਰਿਹਾ ਹੈ ਵਾਸ ਕਿ ਬਈ ਇਹਦੇ ਅੰਦਰ ਇਕੁਆਲਿਟੀ ਦਾ ਜਿਹੜਾ ਕਨਸੈਪਟ ਸੀ ਨਾ ਕਿ ਤੂੰ ਉਹਦਾ ਪੂਰਾ ਪਰਛਾਵਾ ਤੱਕ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਕਹਿੰਦਾ ਮੇਰੇ ਕੋਲ ਆਉਣਾ ਹੀ ਨਾ ਕਹਿੰਦਾ ਸਾਰੇ ਇੱਕੋ ਪਾਣੀ ਨਾ ਕੇ ਆ ਜਾਓ ਵੀ ਕੋਈ ਫਿਰ ਕਿੱਦਾਂ ਮਾਨ ਕਰੇਗਾ ਕਿ ਬਈ ਮੈਂ ਉਹ ਉਹਦਾ ਹੱਥ ਖਾਂਦਾ ਨਹੀਂ ਜਾਂ ਛੂੰਦਾ ਨਹੀਂ ਜਿੱਥੇ ਸਾਰੇ ਬੰਦੇ ਨਹਾਉਂਦੇ ਇੱਕੋ ਪਾਣੀ ਵਿੱਚ ਪਏ ਨੇ ਤੇ ਦੈਟ ਵਾਜ਼ ਮੋਰ ਪੰਗਤ ਦਾ ਕਨਸੈਪਟ ਜਾਂ ਸਰੋਵਰ ਦਾ ਕਨਸੈਪਟ ਵਾਜ਼ ਮੋਰ ਟੂ ਗਿਵ ਇਕੁਆਲਿਟੀ ਕਿ ਹਰ ਬੰਦਾ ਉਹ ਕਹਿੰਦੇ ਕੋਈ ਜਾਤ ਪਾਤ ਦਾ ਕੋਈ ਵਿਤਕਰ ਲੜਾਇ ਉਹ ਨਹੀਂ ਨਹੀਂ ਰਹਿ ਸਕਦਾ ਇੱਥੇ ਜੀ ਬਲਜੀਤ ਭੈਣ ਜੀ ਪਲੀਜ਼ ਆਪਣੀ ਆਡੀਓ ਆਨ ਕਰਕੇ ਸੁਖਵਿੰਦਰ ਸੁਖਵਿੰਦਰ ਵੀਰ ਜੀ ਕੋਲੋਂ ਵਿਚਾਰ ਲੈ ਲਓ ਚਲੋ ਬਲਜੀਤ ਭੈਣ ਜੀ ਆਪਣਾ ਦੇ ਦੇਣ ਫਿਰ ਉਹਦੇ ਬਾਅਦ ਸੁਖਵਿੰਦਰ ਵੀਰ ਜੀ ਮੇਰਾ ਵਿਚਾਰ ਹੈ ਬਈ ਕਿ ਆਵਾਜ਼ ਆ ਰਹੀ ਹੈ
हां जी असी बहुत टाइम तो आजकल इस संगत नाल जुड़े हां ओदे विच कई गुरपुरब आए असी शायद गुरु दी विचार नाल अच्छे मनाए ते गुरपुरब दा मतलब की है गुरु और पुरब दोनों गुरपुरब दा मतलब की है पहले भी कट होंदे सी उसे गुरमत दी विचार आउंदियां सी और अज दे कॉन्सेप्ट नाल थोड़ा जा ਗੁਰਪੁਰਬ ਮਨਾਉਣਾ ਕੀ ਹੈ ਗੁਰਪੁਰਬ ਦਾ ਮਤਲਬ ਸੁਖਵਿੰਦਰ ਸੁਖਵਿੰਦਰ ਵੀਰ ਜੀ ਤੁਸੀਂ ਉਹ ਕਰਮ ਕਾਂਡ ਜੋ ਪਹਿਲੇ ਚੱਲ ਰਹੇ ਸੀ ਔਰ ਇਹ ਗੁਰਪੁਰਬ ਜਿਹੜੀ ਗੱਲ ਹੈ ਦੋਨੋਂ ਨੂੰ ਇਕੱਠੇ ਹੀ ਲੈ ਲਓ ਵੀਰ ਜੀ ਨਗਰ ਕੀਰਤਨ ਦੀ ਗੱਲ ਪਹਿਲਾਂ ਹੋਣੀ ਚਾਹੀਦੀ ਕਿ ਗੁਰਪੁਰਬ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਸਮਝਣਾ ਪਏਗਾ ਕਿ ਗੁਰੂ ਕੌਣ ਹੈ ਪੂਰਕ ਤਾਂ ਸਾਇੰਸ ਬਣਾਵਾਂਗੇ ਨਾ ਉਸ ਗੁਰੂ ਦਾ ਜੇ ਸਾਨੂੰ ਇਹ ਸਮਝ ਆਏਗੀ ਗੁਰੂ ਕੌਣ ਹੈ ਅਸੀਂ ਜੇ ਗੁਰੂ ਕਿਹਨੂੰ ਸਮਝ ਰਹੇ ਹਾਂ ਉਹਦੇ ਫਿਰ ਪੁਰਬ ਬਣਾਵਾਂਗੇ ਤਾਂ ਹੀ ਬਣਾਵਾਂਗੇ ਨਾ ਸਾਨੂੰ ਪਤਾ ਹੈਗਾ ਸਾਡਾ ਗੁਰੂ ਕੌਣ ਹੈ ਗੁਰੂ ਅਸੀਂ ਸਮਝ ਕੇ ਬੈਠੇ ਹੋਏ ਹਾਂ ਦਸ ਗੁਰੂ ਮਹਿਲਾਂ ਨੂੰ ਗੁਰੂ ਸਮਝ ਰਿਹਾ ਤੇ ਫਿਰ ਉਹਨਾਂ ਦੇ ਜਿਹੜੇ ਫਿਜ਼ੀਕਲ ਉਹਨਾਂ ਦੀ ਜਿਹੜੇ ਕੀ ਕਹਿੰਦੇ ਹੈ ਬਰਥ ਹੋਇਆ ਜਾਂ ਫਿਜ਼ੀਕਲ ਡੈਥ ਹੋਈ ਉਸ ਨੂੰ ਉਸ ਦਿਨ ਨੂੰ ਮਨਾਉਣ ਨੂੰ ਅਸੀਂ ਗੁਰਪੁਰਬ ਸਮਝ ਰਹੇ ਹਾਂ ਗੁਰਬਾਣੀ ਦੇ ਸਿਧਾਂਤ ਹੈ ਇਸ ਸਮੇਂ ਗੁਰਬਾਣੀ ਗੁਰੂ ਆਖਦੀ ਹੈ ਬਾਣੀ ਨੂੰ ਬਾਣੀ ਸ਼ਬਦ ਨੂੰ ਸ਼ਬਦ ਹਮੇਸ਼ਾ ਸਦਾ ਤੋਂ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਔਰ ਉਹ ਸਦਾ ਤੋਂ ਹੈ ਅੱਜ ਤੋਂ ਤਾਂ ਹੈ ਨੀ ਸਤਿਗੁਰ ਮੇਰਾ ਸਦਾ ਸਦਾ ਉਹਦਾ ਨਾ ਜਨਮ ਹੁੰਦਾ ਨਾ ਮਰਨ ਹੁੰਦਾ ਉਹਦਾ ਕਿਹੜਾ ਪੁਰਬ ਅਸੀਂ ਮਨਾ ਸਕਦੇ ਹਾਂ ਗੁਰਪੁਰਬ ਦਾ ਕੋਈ ਮਨਾਉਣਾ ਅੱਛਾ ਮਨਾਉਣਾ ਵੀ ਕਿਸ ਨੇ ਹੈ ਮਨ ਨੇ ਗੁਰੂ ਨੂੰ ਮਨਾਉਣਾ ਨਾ ਮਨ ਨੇ ਗੁਰੂ ਨੂੰ ਮਨਾਉਣਾ ਹੈ ਉਸਨੂੰ ਕਿਹਾ ਵੀ ਮਨ ਮਨ ਤੋਂ ਮਨ ਨਹੀਂ ਮੰਨਿਆ ਹੋਇਆ ਨਾ ਮਨ ਨੇ ਮਨਾਉਣਾ ਸੀ ਗੁਰੂ ਨੂੰ ਮਨ ਨੇ ਮਨ ਦਾ ਮਤ ਮਨ ਤਾਂ ਕਿਤੇ ਹੋਰ ਮੰਨਿਆ ਹੋਇਆ ਉਸਨੇ ਗੁਰੂ ਨੂੰ ਕੀ ਮਨਾਉਣਾ ਮਨ ਗੁਰੂ ਨੂੰ ਨਹੀਂ ਮਨਾ ਰਿਹਾ ਮਨ ਕਿਤੇ ਹੋਰ ਰੰਗਿਆ ਹੋਇਆ ਅਸੀਂ ਗੁਰੂ ਨੂੰ ਨਹੀਂ ਸਮਝ ਪਾਏ ਅੱਜ ਤੱਕ ਅਸੀਂ ਦਸ ਜਿਨ੍ਹਾਂ ਨੂੰ ਸਾਡੇ ਦਸ ਪਾਤਸ਼ਾਹੀ ਹੈ ਕਹਿੰਦੇ ਨੇ ਅਸੀਂ ਉਹਨਾਂ ਨੂੰ ਗੁਰੂ ਸਮਝਿਆ ਹੋਇਆ ਤੇ ਸਾਰੇ ਫਿਰ ਕਰਮ ਕਾਂਡ ਸਾਡੇ ਵਿੱਚ ਦੇਖਣ ਨੂੰ ਮਿਲ ਰਹੇ ਹਾਂ ਔਰ ਨਗਰ ਕੀਰਤਨ ਦੇ ਵਿੱਚ ਸਾਨੂੰ ਨਗਰ ਕੀਰਤਨ ਸਮਝਣ ਤੋਂ ਪਹਿਲਾਂ ਅਸੀਂ ਸਿਰਫ ਇਹ ਡਿਸਕਸ ਕਰ ਰਹੇ ਹਾਂ ਕਿ ਨਗਰ ਕੀਰਤਨ ਜੋੜੇ ਪਾ ਕੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਜੋੜੇ ਪਾ ਕੇ ਜਾਈਏ ਜਾਂ ਨਾ ਜਾਈਏ ਪਾਣੀ ਦੀ ਸੇਵਾ ਕਰਨੀ ਹੈ ਜਾਂ ਨਾ ਕਰਨੀ ਹੈ ਅਸੀਂ ਇਹ ਤਾਂ ਡਿਸਕਸ ਕਰ ਰਹੇ ਲੇਕਿਨ ਇਹ ਨਹੀਂ ਕਰ ਰਹੇ ਕਿ ਗੁਰਬਾਣੀ ਨਗਰ ਕੀਰਤਨ ਕਿਸ ਨੂੰ ਆਖਦੀ ਗੁਰਬਾਣੀ ਨਗਰ ਕਿਸ ਨੂੰ ਆਖਦੀ ਕਿ ਇਹ ਦੁਨਿਆਵੀ ਸ਼ਹਿਰਾਂ ਨੂੰ ਦੁਨਿਆਵੀ ਪਿੰਡਾਂ ਨੂੰ ਨਗਰ ਆਖਦੀ ਹੈ ਗੁਰਬਾਣੀ ਨਹੀਂ ਗੁਰਬਾਣੀ ਇਸ ਦੇਹੀ ਨੂੰ ਨਗਰ ਆਖਦੀ ਹੈ ਗੁਰਬਾਣੀ ਇਸ ਦੇਹੀ ਨੂੰ ਪਿੰਡ ਨਗਰ ਪਿੰਡ ਆਖਦੀ ਹੈ ਇਸ ਕਾਇਆ ਨੂੰ ਗੁਰਬਾਣੀ ਨਗਰ ਆਖਦੀ ਹੈ ਔਰ ਇਸ ਕਾਇਆ ਦੇ ਅੰਦਰ ਜਦੋਂ ਅਸੀਂ ਪੂਰੇ ਇਸ ਕਾਇਆ ਦੇ ਵਿੱਚ ਜਦੋਂ ਸਾਡੇ ਹਰੇਕ ਇੰਦਰੇ ਤੇ ਗਿਆਨ ਇੰਦਰੇ ਕਰਮ ਇੰਦਰੇ ਸਾਰੇ ਜਦੋਂ ਰੱਬ ਦੀ ਕੀਰਤੀ ਦੇ ਵਿੱਚ ਜੀਵਨ ਬਤੀਤ ਕਰਨਗੇ ਭਾਵ ਆਪਣੀ ਜਿਸਨੂੰ ਅੱਜ ਦੇ ਸ਼ਬਦ ਵਿੱਚ ਆਖਿਆ ਗਿਆ ਵੀ ਤਨ ਮਨ ਭਿੱਜਣਾ ਉਸਨੂੰ ਨਗਰ ਕੀਰਤਨ ਆਖਿਆ ਗਿਆ ਗੁਰਬਾਣੀ ਦੀ ਇਹਨਾਂ ਨੇ ਸਾਡੇ ਇਤਿਹਾਸ ਨੇ ਸਾਡੇ ਨਾਲ ਕੀ ਕੀਤਾ ਗੁਰਬਾਣੀ ਦੇ ਲਫ਼ਜ਼ ਚੱਕਿਆ ਗੁਰਬਾਣੀ ਵਿੱਚ ਆਉਂਦਾ ਹੈ ਨਗਰ ਇਹਨਾਂ ਨੇ ਉਸ ਨਗਰ ਨੂੰ ਦੁਨਿਆਵੀ ਸ਼ਹਿਰਾਂ ਤੇ ਦੁਨਿਆਵੀ ਨਗਰਾਂ ਦੇ ਨਾਲ ਸੰਬੋਧਨ ਕਰਕੇ ਉਹ ਸਾਖੀ ਦੇ ਦੀ ਤੇ ਅਸੀਂ ਉਹਨੂੰ ਮੰਨ ਕੇ ਸੱਚ ਮੰਨ ਕੇ ਗੁਰਮਤ ਮੰਨ ਕੇ ਚੱਲ ਰਹੇ ਹਾਂ ਨਗਰ ਕੀਰਤਨ ਨਿਕਾਲਣਾ ਹੀ ਗੁਰਮਤ ਤੋਂ ਉਲਟ ਚੱਲਣਾ ਹੈ ਨਗਰ ਸਾਡੀ ਬੋਡੀ ਨੂੰ ਆਖਦੇ ਹਨ ਸਾਡੀ ਕਾਇਆ ਨੂੰ ਆਖਦੇ ਹਨ ਸਾਡੇ ਤਨ ਨੂੰ ਆਖਦੇ ਹਨ ਤੇ ਜਦੋਂ ਸਾਡਾ ਪੂਰਾ ਤਨ ਅੱਜ ਵਾਲੇ ਸ਼ਬਦ ਦੇ ਅਨੁਸਾਰ ਤਨ ਮਨ ਭਿੱਜਿਆ ਜਦੋਂ ਸਾਡਾ ਪੂਰਾ ਤਨ ਤੇ ਪੂਰਾ ਮਨ ਸਤਿਗੁਰੂ ਦੇ ਸ਼ਬਦ ਦੇ ਵਿੱਚ ਭਿੱਜ ਜਾਏਗਾ ਸਾਡੇ ਪੂਰੀ ਬੋਡੀ ਨਗਰ ਕੀਰਤਨ ਕਰ ਰਹੀ ਹੋਏਗੀ ਔਰ ਅਸੀਂ ਰੋਜ਼ ਕਰਨਾ ਇੱਕ ਦਿਨ ਨਹੀਂ ਨਗਰ ਕੀਰਤਨ ਕਰਨਾ ਅਸੀਂ ਰੋਜ਼ ਦੇ ਰੋਜ਼ ਨਗਰ ਕੀਰਤਨ ਕਰਨਾ ਕਿਉਂਕਿ ਸਾਡੀ ਬੋਡੀ ਦੇ ਅੰਦਰ ਸਾਡੀ ਬੋਡੀ ਨੂੰ ਨਗਰ ਕਹਿੰਦੇ ਤੇ ਅਸੀਂ ਸਾਡੀ ਇਹ ਨਹੀਂ ਵੀ ਸਾਡੀ ਪੂਰੀ ਬੋਡੀ ਤਨ ਇੱਕ ਦਿਨ ਪੂਰੇ ਨਗਰ ਚ ਕੀਰਤਨ ਹੋਵੇ ਅਗਲੇ ਦਿਨ ਕੀਰਤਨ ਨਾ ਹੋਵੇ ਨਹੀਂ ਸਾਡੀ ਪੂਰੀ ਲਾਈਫ ਵਿੱਚ ਇੱਕ ਆਇਆ ਨਗਰ ਮੈਂ ਰਾਮ ਰਸ ਉੱਤਮ ਵਾਲਾ ਕੀਰਤਨ ਅਸੀਂ ਰੋਜ਼ ਕਰਨਾ ਹੈ ਲੇਕਿਨ ਕੀਰਤਨ ਨਹੀਂ ਕਰ ਰਹੇ ਉਹਦੀ ਨਿਸ਼ਾਨੀ ਕੀ ਹੈ ਉਹਦੀ ਨਿਸ਼ਾਨੀ ਇਹ ਹੈ ਕਾਮ ਕ੍ਰੋਧ ਨਗਰ ਬਹੁਤ ਭਰਿਆ ਸਾਡੀ ਕਾਇਆ ਰੂਪੀ ਨਗਰੀ ਵਿੱਚ ਨਗਰ ਕੀਰਤਨ ਨਹੀਂ ਹੋ ਰਿਹਾ ਉਹਦਾ ਉਹਦੀ ਨਿਸ਼ਾਨੀ ਹੈ ਕਿ ਸਾਡੇ ਅੰਦਰ ਕਾਮ ਕ੍ਰੋਧ ਨਗਰ ਬਹੁਤ ਭਰਿਆ ਹੋਇਆ ਇੱਥੋਂ ਅਸੀਂ ਨਿਕਾਲ ਕੇ ਕੀ ਕਰਨਾ ਹੈ ਕਾਇਆ ਨਗਰ ਮੈਂ ਰਾਮ ਰਸ ਉੱਤਮ ਪਾਉਣਾ ਜਦੋਂ ਸਤਿਗੁਰੂ ਦਾ ਨਾਮ ਇਸ ਨਗਰੀ ਵਿੱਚ ਲੈ ਕੇ ਆਵਾਂਗੇ ਤਾਂ ਉਸਨੂੰ ਗੁਰਬਾਣੀ ਨਗਰ ਕੀਰਤਨ ਆਖਦੀ ਹੈ ਹਾਂਜੀ ਜੀ ਇੱਕ ਆਪਣਾ ਸੋਰੀ ਮਨਜੀਤ ਵੀਰ ਜੀ ਦਾ ਕੁਐਸਚਨ ਹੈਗਾ ਤੇ ਸਮਾਂ ਵੀ ਹੋ ਗਿਆ ਸ਼ਾਇਦ ਫਿਰ ਆਖਰੀ ਕਿਸੇ ਹੋਰ ਦੀ ਬੇਨਤੀ ਨਹੀਂ ਆਈ ਵੀ ਤੇ ਲਾਸਟ ਹੀ ਹੈਗਾ ਜੀ ਮਨਜੀਤ ਜੀ ਮੈਂ ਜਰਾ ਦੋ ਵਾਰ ਹੈਂਡ ਰੇਜ਼ ਕੀਤਾ ਸੀ ਹਾਂਜੀ ਹੈਲੋ ਸੂਰਜ ਗ੍ਰਹਿਣ ਹੁੰਦਾ ਤੇ ਉਸ ਟਾਈਮ ਘਰ ਦੇ ਜਿਹੜੇ ਜੀ ਹਨ ਉਹ ਕਹਿੰਦੇ ਨੇ ਕਿ ਬਈ ਹੁਣ ਗ੍ਰਹਿਣ ਖਤਮ ਹੋ ਗਿਆ ਤੇ ਪਾਣੀ ਸੁੱਟ ਦੋ ਇਹ ਪਾਣੀ ਹੁਣ ਪੀਣ ਲਾਇਕ ਨਹੀਂ ਰਿਹਾ
ਤੇ ਉਸ ਦੇ ਨਾਲ ਘਿਓ ਤੇ ਦੁੱਧ ਤੇ ਤੇਲ ਵੀ ਕਿਉਂ ਨੀ ਸੁੱਟ ਦਿੰਦੇ, ਉਹਨੂੰ ਵੀ ਤੇ ਗ੍ਰਹਿਣ ਲੱਗਿਆ ਹੋਏਗਾ। ਜਾਂ ਫਿਰ ਜਿਹੜਾ ਅਸੀਂ ਜਿਹੜਾ ਪਾਣੀ ਫਿਰ ਤੋਂ ਭਰਨਾ ਹੈ ਉਹ ਭਰਨਾ ਤੇ ਡੈਮ ਤੋਂ ਹੀ ਹੈ, ਉੱਥੇ ਗ੍ਰਹਿਣ ਨੀ ਲੱਗਿਆ ਹੋਏਗਾ। ਇਸ ਤੇ ਜਰਾ ਵਿਚਾਰ ਦਿਓ ਥੋੜੀ। ਵੀਰ ਜੀ ਇਸ ਦੇ ਪਿੱਛੇ ਕੋਈ ਸਾਇੰਟਿਫਿਕ ਰੀਜ਼ਨ, ਜਿਹੜੇ ਪਹਿਲੇ ਜਿਹੜੀ ਸਟੋਰੇਜ ਦੀ ਪ੍ਰੋਪਰ ਉਹ ਨਹੀਂ ਹੁੰਦੀਆਂ ਸੀਗੀਆਂ, ਤੇ ਸਾਇੰਟਿਫਿਕਲੀ ਕਿਸੇ ਹੱਦ ਤੱਕ ਠੀਕ ਉਸ ਸਮੇਂ ਉਸ ਜ਼ਮਾਨੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਸਰੀਰ ਉੱਤੇ ਕੋਈ ਕੋਈ ਇਨ ਗ੍ਰਹਿਣ ਦਾ ਕੋਈ ਨੈਗੇਟਿਵ ਇਫੈਕਟ ਨਾ ਹੋਏ, ਇਸ ਲਈ ਪਾਣੀ ਵਗੈਰਾ ਵੀਟ ਦੇ, ਉਹ ਗੱਲ ਠੀਕ ਹੈ ਆਪ ਜੀ ਦੀ। ਹੁਣ ਜਿਹੜੀ ਹੈਗੀ ਕਈ ਚੀਜ਼ਾਂ ਹੈਗੀਆਂ ਨਾ ਜਿਹੜੀ ਉਹ ਨੈਸੈਸਿਟੀ ਕਿਸੇ ਜ਼ਮਾਨੇ ਵਿੱਚ ਹੁੰਦੀ ਹੈ, ਜ਼ਰੂਰਤ ਹੁੰਦੀ ਹੈ, ਉਹ ਰੀਤ ਬਣ ਕੇ ਰਹਿ ਜਾਂਦੀ ਹੈ। ਉਹ ਹੁਣ ਜਿਹੜੀ ਉਹ ਰੀਤ ਬਣ ਕੇ ਰਹਿ ਗਈ ਹੈ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਅਦਰਵਾਈਜ਼ ਹੁਣ ਲੌਜੀਕਲੀ ਇਸਦਾ ਕੋਈ ਰੀਜ਼ਨ ਨਜ਼ਰ ਨਹੀਂ ਆਉਂਦਾ। ਉਹ ਗੱਲ ਆਪ ਜੀ ਦੀ ਠੀਕ ਹੈ ਕਿ ਬੰਦਾ ਆਪਣੀ ਕੋਸਟ ਇਫੈਕਟ ਦੇਖ ਕੇ ਜਿਹੜਾ ਹੈਗਾ ਡਿਸੀਜਨ ਲੈਂਦਾ ਹੈ, ਪਾਣੀ ਨੂੰ ਸੁੱਟ ਦਿਓ ਤੇ ਦੁੱਧ ਨੂੰ ਨਾ ਸੁੱਟੋ ਕਿ ਦੁੱਧ ਉੱਤੇ ਪਾਣੀ ਪਾਣੀ ਸ਼ਾਇਦ ਫ੍ਰੀ ਆਉਂਦਾ ਤਾਂ ਕਰਕੇ ਸੁੱਟ ਦੋ, ਦੁੱਧ ਦੇ ਪੈਸੇ ਲੱਗਦੇ ਨੇ ਤਾਂ ਕਰਕੇ। ਬਿਲਕੁਲ ਉਹ ਗੱਲ ਠੀਕ ਹੈਗੀ, ਅਸੀਂ ਆਪਣੇ ਜ਼ਰੂਰਤ ਦੇ ਮੁਤਾਬਿਕ ਆਪਣੀ ਕੋਸਟ ਦੇ ਮੁਤਾਬਿਕ ਅਸੀਂ ਜਿਹੜਾ ਤੋੜ ਮਰੋੜ ਕਰ ਲੈਂਦੇ ਹੈਗੇ ਆ। ਬਾਕੀ ਅੱਜ ਕੱਲ ਇਸ ਦੇ ਵਿੱਚ ਕੋਈ ਲੌਜਿਕ ਨਜ਼ਰ ਨਹੀਂ ਆਉਂਦਾ ਇਸ ਦੇ ਕਿ ਕੋਈ ਸਾਇੰਟਿਫਿਕ ਰੀਜ਼ਨ ਵੀ ਹੋਏ ਜਾਂ ਕੋਈ ਲੌਜੀਕਲ ਰੀਜ਼ਨ ਹੋਏ, ਕਈ ਚੀਜ਼ਾਂ ਮਨਮਤ ਦੇ ਵਿੱਚੋਂ ਪੈਦਾ ਹੁੰਦੀਆਂ ਤੇ ਅੱਗੇ ਹੀ ਵੱਧਦੀ ਜਾਂਦੀ ਹੈ। ਅੰਧੇਰੇ ਵਿੱਚ ਹੀ ਇਹ ਗੱਲਾਂ ਜਿਹੜੀਆਂ ਹੈਗੀਆਂ ਯਾਦਾਂ ਉੱਠੀਆਂ ਹੋਈਆਂ, ਅਗਿਆਨਤਾ ਕਹਿ ਲਓ ਇਹਨੂੰ। ਜੀ ਹਰਵਿੰਦਰ ਵੀਰ ਜੀ ਕੁਛ ਆਪ ਜੀ ਇਸ ਬਾਬਤ ਵਿਚਾਰ ਦੇਣਾ ਚਾਹੋਗੇ? ਸਿੱਧ ਗੋਸ਼ਟ ਵਿੱਚ ਨਾ ਇੱਕ ਜਦੋਂ ਸਿੱਧ ਇੱਕ ਸਵਾਲ ਪੁੱਛਦੇ ਪੈਂਦੇ ਗੁਰੂ ਨਾਨਕ ਸਾਹਿਬ ਨੂੰ ਨਾ, ਤੇ ਅੱਗੋ ਜਵਾਬ ਦਿੰਦੇ ਨੇ, ਕਹਿੰਦੇ ਨੇ ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀ ਜਾਏ, ਸਾਚ ਕਹੋ ਤੂੰ ਪਾਰ ਗ੍ਰਾਮੀ ਤੁਝ ਕਿਆ ਪੈ ਸਮਝੀ। ਮੈਂ ਵੀਰ ਜੀ ਆਪ ਵੀਰ ਜੀ ਜਦੋਂ ਆਪ ਕਨਵਿੰਸਡ ਹੀ ਨਾ ਕਿ ਇਹ ਚੀਜ਼ ਗਲਤ ਹੈ, ਉਹਦੇ ਸਿਰਫ ਸਾਨੂੰ ਸਮਝਾਉਣ ਵਾਸਤੇ ਗੱਲ ਕਰਦੇ ਪਏ, ਉਹਨਾਂ ਨੂੰ ਹੋਰ ਬੋਲੋ, ਆਪ ਕਨਵਿੰਸ ਤੇ ਹੈ ਹੀ ਨੇ ਹੋ, ਜਿਹੜਾ ਕਹਿੰਦੇ ਪਏ ਨੇ ਕਿ ਬਈ ਦੁੱਧ ਸੱਟਣ ਦੀ ਲੋੜ ਨਹੀਂ ਹੈ, ਤੇ ਉਹਨਾਂ ਨੂੰ ਹੋਰ ਕਨਵਿਕਸ਼ਨ ਕੀ ਦੇਣੀ ਹੈ, ਆਪ ਕਨਵਿੰਸਡ ਹੀ ਨੇ ਇਸ ਗੱਲੋਂ ਤੇ। ਸਿਰਫ ਗੱਲ ਹੀ ਕਰ ਰਿਹਾ, ਠੀਕ ਹੈ ਉਹਦੇ ਨਾਲ ਫਿਰ ਦੁੱਧ ਘਿਓ ਬਾਕੀ ਸਾਰਾ ਵੀ ਸੁੱਟੋ, ਫਿਰ ਜੇ ਖਾਲੀ ਪਾਣੀ ਸੁੱਟਣਾ ਤੇ ਫਿਰ ਉਹਦੇ ਉਹਨੂੰ ਵੀ ਕੁਝ ਨਾ ਕੁਝ ਲੱਗਿਆ ਹੀ ਹੋਏਗਾ। ਜੀ ਸੁਖਵਿੰਦਰ ਵੀਰ ਜੀ, ਸੁਖਵਿੰਦਰ ਵੀਰ ਜੀ ਆਪ ਥੋੜਾ ਜਿਹਾ ਵਿਚਾਰ ਦਿਓ ਇਸ ਬਾਰੇ। ਵੀਰ ਜੀ ਇਹ ਸਾਰੀਆਂ ਕੁਐਸਚਨ ਨਾ ਸਾਨੂੰ ਤਾਂ ਹੀ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਨਾ ਸਿੱਖ ਬੋਡੀ ਨੂੰ ਮੰਨ ਲੈਂਦੇ ਹਾਂ, ਕਿਉਂਕਿ ਜਦੋਂ ਬੋਡੀ ਨੂੰ ਸਿੱਖ ਮੰਨ ਲੈਂਦੇ ਹਾਂ ਨਾ ਅਸੀਂ, ਤੇ ਬੋਡੀ ਨੂੰ ਹਿੰਦੂ ਮੁਸਲਮਾਨ ਮੰਨ ਲਓ, ਬੋਡੀ ਦੇ ਹੀ ਨਗਰ ਕੀਰਤਨ ਹੁੰਦੇ, ਨਗਰ ਕੀਰਤਨ ਚ ਕੌਣ ਜਾ ਰਿਹਾ, ਬੋਡੀ ਜਾ ਰਹੀ ਹੈ, ਉਹਦੇ ਪਾਣੀ ਵਿੱਚ ਵੀ ਅਸੀਂ ਬੋਡੀ ਨੂੰ ਨਵਾ ਰਿਹਾ, ਸਰੋਵਰਾਂ ਵਿੱਚ ਵੀ ਜਾ ਰਹੇ ਹਾਂ, ਤਾਂ ਕੌਣ ਲਾ ਰਿਹਾ ਉੱਥੇ, ਸਾਡੀ ਸਰੀਰ ਲਾ ਰਿਹਾ ਨਾ। ਜਦੋਂ ਅਸੀਂ ਗੁਰਬਾਣੀ ਦੇ ਮੁਤਾਬਕ ਸੁਰਤ ਨੂੰ ਸਿੱਖ ਮੰਨ ਲਾਂਗੇ, ਸੁਰਤ ਦਾ ਸੁਰਤ ਫਿਰ ਕਿਹੜੇ ਨਗਰ ਚ ਰਹਿੰਦੀ ਹੈ, ਸੁਰਤ ਦਾ ਬਾਹਰਲੇ ਨਗਰਾਂ ਨਾਲ ਕੋਈ ਨਿਵਾਸ ਨਹੀਂ, ਸੁਰਤ ਦਾ ਨਗਰ ਵੀ ਅੰਦਰਲਾ ਹੈ, ਸੁਰਤ ਦਾ ਗੁਰੂ ਵੀ ਅਲੱਗ ਹੈ, ਸੁਰਤ ਦੇ ਗੁਰੂ ਦਾ ਵੀ ਕੋਈ ਨਿਵਾਸ ਨਹੀਂ, ਸੁਰਤ ਦਾ ਗੁਰੂ ਵੀ ਸ਼ਬਦ ਹੈ, ਔਰ ਸੁਰਤ ਬਾਹਰਲੇ ਪਾਣੀ ਨਾਲ ਤਾਂ ਸਿਰਫ ਅੰਦਰ ਬਾਹਰਲਾ ਸਰੀਰ ਸਾਫ਼ ਹੋ ਸਕਦਾ, ਗੁਰਬਾਣੀ ਵੀ ਕਹਿੰਦੀ ਹੈ ਭਰੀਏ ਹੱਥ ਪੈਰ ਧੰਦੇ ਪਾਣੀ ਤੋਤਾ ਉਤਰ ਸਕੇ, ਪਾਣੀ ਧੋਣ ਪਾਣੀ ਕੋਈ ਵੀ ਹੋਵੇਗਾ ਚਾਹੇ ਉਹ ਸਰੋਵਰ ਦਾ ਹੋਵੇ, ਤਾਂ ਉਹਦੇ ਨਾਲ ਸਰੀਰ ਦੀ ਸਫਾਈ ਹੋ ਸਕਦੀ ਹੈ, ਇਹ ਗੁਰਬਾਣੀ ਵੀ ਆਖ ਰਹੀ ਹੈ, ਭਰੀਏ ਹੱਥ ਪੈਰ ਤਨ ਦੇ, ਕਹਿੰਦੇ ਸਾਡਾ ਹੱਥ ਪੈਰ ਦੇ ਅਗਰ ਇਹ ਮਿੱਟੀ ਦੇ ਨਾਲ ਲਿਬੜ ਗਏ ਗੰਦੇ ਹੋ ਗਏ, ਕਹਿੰਦੇ ਠੀਕ ਹੈ ਜਾ ਕੇ, ਇਹ ਇਹ ਲੋ ਹੀ ਹੈ ਰੱਬ ਦਾ, ਕੁਦਰਤੀ ਨਿਯਮ ਹੀ ਹੈ ਕਿ ਜਾਓ ਜਾ ਕੇ ਪਾਣੀ ਸਾਫ਼ ਕਰ ਲਓ। ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ, ਲੋਕ ਦੂਰੋਂ 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 ਚੱਲ ਕੇ ਆਉਂਦੇ ਸਨ, ਕੋਈ ਇਸ਼ਨਾਨ ਕਰ ਨਹੀਂ ਸੀ ਹੁੰਦੇ, ਜਿਵੇਂ ਅੱਜ ਕੱਲ੍ਹ ਦੇ ਵਾਸ਼ਰੂਮ ਬੜੇ ਅੱਛੇ ਅੱਛੇ ਬਣ ਗਏ, ਟੂਟੀਆਂ ਲੱਗੀਆਂ, ਨਹੀਂ ਹੁੰਦਾ ਸੀ ਕੁਛ, ਇਸ ਤਰ੍ਹਾਂ ਕੀ ਕਹਿੰਦੇ ਪਾਣੀ ਇਕੱਠਾ ਕਰਕੇ ਆਖਦੇ ਸਨ, ਆਪਣੇ ਸਰੀਰ ਨੂੰ ਸਾਫ਼ ਕਰ ਲੈਂਦੇ ਸਨ, ਬਸ ਸਰੀਰ ਸਾਫ਼ ਕਰਨ ਵਾਸਤੇ ਬਣੇ ਹੋਏ ਸਨ, ਉਸਨੂੰ ਤੁਸੀਂ ਇਹਨਾਂ ਨੇ ਉਸਨੂੰ ਸਰੋਵਰ ਆਖਣਾ ਸ਼ੁਰੂ ਕੀਤਾ, ਉਹ ਅਲੱਗ ਗੱਲ ਕੀਤਾ, ਲੇਕਿਨ ਉਸਨੂੰ ਪਾਣੀ ਦਾ ਕੀ ਕਹਿੰਦੇ ਆ, ਪਾਣੀ ਹੀ ਵੀ ਤਾਂ ਅਕਸਰ ਗੁਰਬਾਣੀ ਜਿਸਨੂੰ ਪਾਣੀ ਆਖ ਰਹੀ ਹੈ, ਪਾਣੀ 'ਚ ਸਿਰਫ ਸਰੀਰ ਸਾਫ਼ ਕੀਤਾ ਜਾ ਸਕਦਾ ਹੈ, ਨਾ ਸੁਰਤ ਬਾਲੀ ਪਾਣੀ ਦੇ ਨਾਲ ਸਾਫ਼ ਹੁੰਦੀ ਹੈ, ਗੁਰਬਾਣੀ ਵੀ ਆਖਦੀ ਹੈ ਸੋਚਿਆ ਸੋਚਣਾ ਹੋਵੇ, ਜੇ ਸੋਚੀ ਲੱਖਾਂ ਵਾਰ ਵੀ ਤੁਸੀਂ ਬਾਹਰਲੇ ਪਾਣੀ ਵਿੱਚ ਸੁੱਚ ਨਵਾ ਲਓ, ਤਾਂ ਇਹਦੇ ਨਾਲ ਤੁਹਾਡੀ ਅੰਦਰਲੀ ਸੁਚਮਤਾ ਨਹੀਂ, ਮਨ ਸਾਫ਼ ਨਹੀਂ ਹੋਏਗਾ, ਔਰ ਨਾ ਹੀ ਸਾਡੀ ਜਿਹੜੀ ਅੰਦਰਲੀ ਸਿੱਖ ਹੈ ਉਹ ਕਿਸੇ ਬਾਹਰਲੇ ਪਿੰਡ ਸ਼ਹਿਰ ਵਿੱਚ ਨਿਵਾਸ ਕਰਦੀ, ਉਹਦਾ ਅੰਦਰਲੀ ਬੋਡੀ ਹੀ ਉਸਦਾ ਨਗਰ ਹੈ, ਔਰ ਸਾਡੀ ਸੁਰਤ ਦਾ ਗੁਰੂ ਵੀ ਸ਼ਬਦ ਗੁਰੂ ਹੈ, ਸ਼ਬਦ ਗੁਰੂ ਨਾ ਜੰਮਦਾ ਹੈ ਨਾ ਮਰਦਾ ਹੈ, ਇਹ ਅਸੀਂ ਸਾਰਾ ਕੁਛ ਫੋਲੋ ਕੀ ਕਰ ਰਹੇ ਹਾਂ, ਜੋ ਸਾਨੂੰ ਸਾਡੇ ਗੁਰੂਆਂ ਦੇ ਨਾਤੇ ਜੋ ਸਾਡਾ ਇਤਿਹਾਸ ਜੋ ਸਾਡੀ ਰਹਿਤ ਮਿਹਜਾ ਸਾਡੇ ਦੇ ਦਿੱਤੀ ਨਾ,
देना अलग गल सी, लेकिन प्रॉब्लम कित्थों रही, असी इस ते विश्वास करके बह गए, साडा मन भी उस नूं मान रहा, असी उस ते भरोसा करके बैठ गए भी जो वो ख्याल दे रहे हैं वो ख्याल साडे गुरु दे ख्याल है। दुनिया दे विच ज्ञान हर कोई अपनी किताबां विच लिख सकदा है, सानूं साडा फर्ज है कि असी गुरु बाणी दे ज्ञान तो इलावा होर किते ज्ञान वल अपना ध्यान ना लगाइए, क्योंकि गुरबाणी दा एक शब्द है बहुत प्यारा वै, उह शब्द सारिआं नूं विचारना चाहीदा है, अज ही नहीं बाद दे विच भी विचारो, बहुत ध्यान दे नाल विचारो। उहदे विच उह शब्द हैगा गुर बिन ज्ञान, धर्म बिन ध्यान, सच बिन साखी, मूलो ना बाखी। कहिंदे ने जिस ज्ञान दे विच गुरु नहीं है, जिस धर्म दे विच सच, जिस ज्ञान ध्यान दे विच धर्म नहीं है, जिस साखी दे विच सच नहीं है, कहिंदे समझ लो उहदे विच उहदा मूल मूल ही नहीं हैगा, ते बाकी तुहानूं उहदे विच की मिलेगा। इन्हां तिन्नां लफ्ज़ां विच सतगुरु जी जिवें जिसनूं बोल रहे ना गुर बिन ज्ञान, उह नीचे दस्सिआ गुर की कह रहे ने सच, ते कहिंदे ने धर्म बिन ध्यान, कहिंदे तुसीं ध्यान कित्थे लगा रहे हो, इह जरूरी नहीं, इह देखो कि उह धर्म है कि उह ही सच है। सानूं इह सानूं निर्णा पहला करना पएगा कि दुनिया दे विच कितना ही ज्ञान है, कितना ही शब्द है। मेरे ख्याल नाल साडा सब तों वड्डा क्वेश्चन इह होना चाहीदा है कि जिवें असीं कहिंदे आ ना वी देखो असीं साडी सुरत बिना शब्द तों, बिना ज्ञान तो, साडी बिना किसी भी ज्ञान तो साडे मन ते सुरत दा, साडी बॉडी, साडा तन ते मन दा, साडा तन ते मन चलदा ही ज्ञान नाल है। वह ज्ञान चाहे गुरु दा हो सकदा है, चाहे दुनियावी ज्ञान हो सकदा है, लेकिन दुनियावी ज्ञान नाल की होएगा, वह मनमुख वाली अवस्था। साडा सब तो ज्यादा ध्यान यह होना चाहिए है कि असी सिर्फ हमेशा यह परख करते रहिए कि जिथे साडा ध्यान प्रतिक्रिया होया, जिथे साडी सुरत दा ध्यान है, किते वह ज्ञान दे विचों सतगुरु वाली सिक्ख्या तां नहीं गायब। असीं सिर्फ सानूं सतगुरु जी बार बार ये ध्यान दवांदे ने, कहिंदे ने गुर बिन ज्ञान, कहिंदे तुसीं ज्ञान लो लेकिन ध्यान रखना उस विच गुरु गायब नहीं होना चाहिदा। कहिंदे ने तुसीं ध्यान भी लगाओ लेकिन तुसीं ये भी ध्यान रखना कि उहदे विच सच रूपी जिहड़ा धर्म है उह उस तों इलावा किते होर ध्यान ना लाउणा। अगली तुक वी कहिंदे कहिंदे साखी किसी च वी जुड़े पाओ, सिक्ख्या कितों वी लैओ लेकिन सच तों बिना वाली ना लैणा, जिस च ध्यान रखना उस विच सच, किते उस सच तों बगैर वाली तां नहीं। साखी कहिंदे इहदे नाल की होगा, कहिंदे तुसीं इस तरह होएगा समझ लो इहदे विच मूल ही नहीं हैगा, तुसीं बिल्कुल एक पानी दे विच मधानी पा के इस तरह होएगा, उहदे विच ना तुहानूं उहदे विचों मक्खण निकलेगा ना ही तुहानूं उहदे विचों तत् मिलेगा। साडा सब तो ज्यादा ध्यान सारा दिन यह होना चाहिए है कि असीं इह ध्यान रखिए कि बिन सतगुर किने ना पायो, बिन सतगुर किने ना पाया। अज तक किसी ने भी जिस भी सिक्ख्या नाल ज्ञान नाल पाया है, वह सिक्ख्या दे विच सतगुरु जी लई सिक्ख्या जरूर सी, और असी सिर्फ ध्यान ही रखिए, कोशिश करिए कि असी उस ज्ञान दे नाल ना जुड़िए। उस तो अपन बचाने की कोशिश करिए। हाँ जी, एक मेरा छोटा जा सवाल सी बीजी, छोटा जा सवाल। हाँ जी हाँ जी, के जेड़े बच्चे आजकल देखी दा कि बहुत ही टैलेंटेड होंदे ने, बहुत ही छोटी ऑडियो बंद हो गई। वीर जी मनजीत, वीर जी आप जी दी ऑडियो बंद हो गई है। अच्छा नहीं नहीं ठीक है, मैं कह रहा सी के प्रदीप वीर जी काफी देर तो वेट कर रहे सन, एक मिनट उन्हां नु करन दियो, उस तो बात कर लेंगे। कर लो जी, कर लो, ठीक। हेलो जी, वीर जी। हाँ जी, बस मैं एक्चुअली बेनती सी, मैं पहला एक बार हाथ रेस किया सी जदो विचार चल रही सी माता मत पिता संतोख वाले शब्द की विचार चल रही थी, ते उस वेले मैं विचार करना चाहता सी कि जिहड़े शब्द होर हैं, जिवें कि कल असी राती एक शब्द का विचार कर रहे सी, पिता मेरो बड़ो पिता बड़ो तनी अगमा, उस तो इलावा तू मेरा पिता, तू है मेरा माता। हाँ, जो शब्द है ने जिदे विच पिता और माता दा जिक्र आ रहा है, एदे विच जिहड़ा ओ शब्द विच पिता और माता दा मीनिंग दिता गया है, ओ ए शब्द दे नाल इन कॉन्टेक्स्ट दिस शब्द नहीं टुकदा। देखिए एदे विच उस नूं असीं किस तरह समझ सकने आ, जिवें मैं ए शब्द है पिता मेरो बड़ो, जे तुसीं ए शब्द पूरा पढ़ो ना, ओदे विच बहुत ओदे विच ओदी उपमा कीती गई है भी जी ठाकुरां विच तेरी ठकराई सब तो उची है,
तू सब तो वड्डा जोगी है, ए पूरा शब्द जे तुसी कढ़ के पढ़ सको, मैं भी कढ़ना वा हुने। गुरुद्वारे प्रथाई पिछले हफ्ते भी जिहड़ी है ओ गल चलदी पई सी, गुरुद्वारे दी जिहड़ी जिहने आपां कह रहे गुरुद्वारा आर दी इंस्टीट्यूशन, एक इंस्टीट्यूशन है गेने गुरुद्वारे, जिवें कि पढ़ाई करनी है वो असी जो बुक्स लैके घर बह के भी कर सकते हैं, जिसमें से डिस्टेंस एजुकेशन कहते हैं, पर फिर भी असी स्कूल्स विच कॉलेजेस विच जाने हैं बिकॉज वी गेट मोर प्रैक्टिकल नॉलेज आउट देयर। उस हिसाब नाल गुरुद्वारियां विच भी सानू जिहड़ा है ए जिहड़ा सरोवर दा इशनान है उहदे विच प्रैक्टिकल टीचिंग है कि भई प्रैक्टिकल टीचिंग है कि भी जात पात नूं तुसी नहीं मनना, जिस जिस सरोवर विच किसी होर जाति दा किसी होर धर्म दा बंदा इशनान कर रहा तुसी भी उत्थे इशनान करना है। सेम एजुकेशन यू गेट ड्यूरिंग पंगत और लंगर, उसी तरीके नाल जे तुसी संगत विच भी बैठदे हो तुसी उसी जगह ते बैठदे हो जिथे होर धर्मां दे बंदे या होर तुहाडे जिहड़े तुहाडी विचारधारा नाल सहमत नहीं ने ओह बंदे भी उत्थे बैठे ने जिथे तुसी बैठे हो। गुरुद्वारा का जरा इंपोर्टेंस बोलो या जो गुरुद्वारा के जो परपस तुसी बोलो वो यह है, असी गुरुद्वारा की इंपोर्टेंस नू टोटली रिजेक्ट नहीं कर सकते। इस जरूरी है कि आज असी इन्हों चीजा तो हट गए हैं, उहदा कारण की है, उहदा कारण एक बहुत खास है कि जिवें नदी ते मैली सन दिखदी पई है पर वह फैक्ट्री ਕਿਹੜੀ ਹੈ ਜਿਹੜਾ ਗੰਦਾ ਪਾਣੀ ਇਹਦੇ ਨਦੀ ਵਿੱਚ ਆਉਂਦਾ ਪਿਆ ਹੈ, ਉਹ ਹੈ ਉਹ ਵਜੇ ਵਿਚਾਰਧਾਰਾ ਦੇ ਲੋਕਾਂ ਨੂੰ ਸਟੇਜ ਮਿਲਣਾ ਜਿਹੜੇ ਇਹ ਵਜੇ ਥੋਟ ਪ੍ਰੋਸੈਸ ਨੂੰ ਹੋਰ ਵਧਾਉਂਦੇ ਨੇ। ਅੱਜ ਜਿਹੜੇ ਉਹਨਾਂ ਲੋਕਾਂ ਨਾਲ ਕਨਵਿੰਸ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੈਂ ਦੋ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਜ਼ੀ ਨਿਊਜ਼ ਦੇ ਇੱਕ ਬਹੁਤ ਵੱਡੇ ਹੈਗ ਨੇ ਐਂਕਰ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਲੇਕਿਨ ਵੀਰ ਜੀ ਨੇ ਕਿਹਾ ਕਿ ਨਾਮ ਕਿਸੇ ਦਾ ਨਹੀਂ ਲੈਣਾ, ਤੇ ਉਹਨਾਂ ਦੀ ਮੈਂ ਇੰਟਰਵਿਊ ਸੁਣਦਾ ਪਿਆ ਸੀ ਤੇ ਉਹਨਾਂ ਕਿਹਾ ਸੀ ਕਿ ਅਸੀਂ ਪ੍ਰੋਗਰਾਮ ਕਿਸ ਤਰ੍ਹਾਂ ਡਿਜ਼ਾਈਨ ਕਰਦੇ ਹਾਂ ਕਿ ਅਸੀਂ ਕਿਹੜਾ ਪ੍ਰੋਗਰਾਮ ਦੱਸਣਾ ਹੈ, ਇਟ ਡਿਪੈਂਡਸ ਔਨ ਦੀ TRP। ਸਾਨੂੰ ਜਿੱਥੇ ਜ਼ਿਆਦਾ TRP ਜਿਸ ਜਿਹੜੇ ਸਾਰੇ ਰੀਜਨਲ ਚੈਨਲਸ ਹੁੰਦੇ ਨੇ ਉਹਦੇ ਵਿੱਚ ਸਾਨੂੰ ਜਿਸ ਟੋਪਿਕ 'ਤੇ ਜ਼ਿਆਦਾ TRP ਮਿਲਦੀ ਹੈ ਅਸੀਂ ਉਸ ਟੋਪਿਕ 'ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹਨਾਂ ਨੂੰ ਪ੍ਰੋਗਰਾਮਸ ਦੱਸਦੇ ਹਾਂ। ਤੇ ਇੱਥੇ ਵੀ ਉਹੀ ਹੁੰਦਾ ਹੈ ਜੇ ਪ੍ਰਬੰਧਕ ਹੁੰਦੇ ਨੇ ਨਾ ਸਾਰੇ ਪ੍ਰਬੰਧਕਾਂ 'ਤੇ ਵੀ ਸਵਾਲ ਅਸੀਂ ਚੁੱਕਦੇ ਹਾਂ ਅਕਸਰ, ਪਰ ਪ੍ਰਬੰਧਕ ਵੀ ਕਰੇ ਉਹੀ ਕਰਦੇ ਨੇ ਵੀ ਉਹਨਾਂ ਹੀ ਪ੍ਰਚਾਰਕਾਂ ਨੂੰ ਬੁਲਾਉਂਦੇ ਨੇ ਜਿਹਨਾਂ ਦੇ ਕਰਕੇ ਸੰਗਤ ਜ਼ਿਆਦਾ ਇਕੱਠੀ ਹੁੰਦੀ ਹੈ ਤੇ ਮਾਇਆ ਜ਼ਿਆਦਾ ਆਉਂਦੀ ਹੈ। ਸੋ ਇੱਥੇ ਵੀ ਦੈਟ ਰੂਲ ਆਫ TRP ਇਜ਼ ਵਰਕਿੰਗ। ਜੀ ਵੀ ਜੀ ਵੀ ਜੀ ਬੇਨਤੀ ਹੈ ਕਿ 1:00 ਤੁਹਾਡਾ ਕੱਲ੍ਹ ਪਹਿਲਾ ਸਵਾਲ ਇਹੋ ਜੋ ਹੈਗਾ ਸਭ ਦੇ ਚੇਤੇ ਹੈਗਾ, ਕੱਲ੍ਹ ਇਸ ਤੇ ਪਹਿਲੀ ਵਿਚਾਰ ਤੁਹਾਡੀ ਹੋ ਜਾਏਗੀ ਤੇ ਇਸ ਤੋਂ ਬਾਅਦ ਸੈਕਿੰਡ ਕੁਐਸਚਨ ਜਿਹੜਾ ਕੱਲ੍ਹ ਹੈਗਾ ਉਹ ਮਨਜੀਤ ਸਿੰਘ ਵੀ ਜੀ ਦਾ ਲਿੱਤਾ ਜਾਏਗਾ ਜਿਹੜੇ ਅੱਜ ਪੈਂਡਿੰਗ ਰਹਿ ਗਿਆ, ਤੇ ਅੱਜ ਵਾਸਤੇ ਅਗਰ ਇਜਾਜ਼ਤ ਹੋਏ ਜਿਵੇਂ ਸਾਡੇ ਵੱਡਿਆਂ ਦੀ ਉਸ ਤਰ੍ਹਾਂ ਕਰ ਲਈਏ। ਨਹੀਂ ਨਹੀਂ ਬਿਲਕੁਲ 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 ਸਮਾਪਤੀ ਕਰ ਦੋ, ਕੋਈ ਗੱਲ ਨਹੀਂ ਵੀਰ ਜੀ, ਇਹ ਤਾਂ ਕੱਲ ਇੱਕ ਵਿਚਾਰ ਆਇਆ ਸੀ, ਮੈਂ ਵਿਚਾਰ ਸ਼ੇਅਰ ਕਰ ਰਿਹਾ ਸੀ ਗੁਰਦੁਆਰੇ ਦੇ ਬਾਰੇ। ਕੋਈ ਆਪਣੀ ਗੱਲ ਦੋ, ਇੱਕ ਰਿਕੁਐਸਟ ਮੈਂ ਵੀ ਕਰਨੀ ਸੀ। ਹਾਂਜੀ ਹੈਲੋ ਵੀਰ ਜੀ, ਜੇ ਆਪ ਦੀ ਗੱਲ ਤੋਂ ਤੇ ਇੱਕ ਮਿੰਟ ਵਾਸਤੇ ਮੈਂ ਜਿਸ ਕੰਕਲੂਜਨ ਤੇ ਆ ਰਿਹਾ ਸੀ ਉਹ ਮੈਂ ਕੰਕਲੂਡ ਕਰ ਸਕਦਾ ਇਸ ਨੂੰ? ਯੈਸ 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 ਬਸ ਇਹੀ ਮੈਂ ਕਹਿ ਰਿਹਾ ਸੀ ਕਿ ਹੁਣ ਉਹ ਜੋ ਪ੍ਰਭਾਵਿਤ ਨੇ ਲੋਕ ਇਹੋ ਜਿਹੇ ਵਿਚਾਰਧਾਰਾ ਨਾਲ ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਤੇ ਅਸੀਂ ਹੁਣ ਉਸ ਅਸੀਂ ਕੀ ਕਰ ਸਕਦੇ ਹਾਂ ਜੋ ਇਹ ਪ੍ਰੋਬਲਮ ਤੇ ਹੈ ਉਹਦਾ ਸੋਲੂਸ਼ਨ ਕੀ ਹੈ? ਐਂਡ ਆਈ ਥਿੰਕ ਜੋ ਅਸੀਂ ਹੁਣੇ ਇਸ ਵੇਲੇ ਕਰ ਰਹੇ ਹਾਂ ਨਾ, ਦ ਮੀਡੀਅਮ ਵੀ ਹੈਵ ਚੂਜ਼ਨ ਰਾਈਟ ਨਾਓ ਟੂ ਮਤਲਬ ਲੋਕਾਂ ਨੂੰ ਇਸ ਤਰੀਕੇ ਨਾਲ ਜੋੜ ਕੇ ਸੈਮੀਨਾਰਸ ਕਰਕੇ ਆਨਲਾਈਨ ਪ੍ਰੋਗਰਾਮਸ ਕਰਕੇ ਗੁਰਮਤ ਦੇ ਅਨੁਸਾਰ ਗੁਰਬਾਣੀ ਦੇ ਅਨੁਸਾਰ ਲੋਕਾਂ ਨੂੰ ਗਿਆਨ ਦੇ ਕੇ, ਜੇ ਤੁਸੀਂ ਗੁਰਦੁਆਰੇ ਦੇ ਸਟੇਜ ਤੇ ਖੜੇ ਹੋਵੋਗੇ ਤੁਹਾਨੂੰ ਕੋਈ ਖੜਾ ਨਹੀਂ ਹੁੰਦੇ ਗਾ ਕਹਿੰਦੇ ਤੁਸੀਂ ਜਾਓ ਇੱਥੋਂ, ਯੂ ਐਟ ਦਿਸ ਪੁਆਇੰਟ ਆਫ ਟਾਈਮ ਯੂ ਵੋਂਟ ਬੀ ਅਲਾਊਡ ਟੂ ਟੇਕ ਸਟੇਜ ਰਾਈਟ ਨਾਓ ਇਨ ਯੋਰ ਹੈਂਡ, ਬਟ ਦਿਸ ਇਹ ਜੋ ਮੀਡੀਅਮ ਹੈ ਇਹ ਬਹੁਤ ਹੀ ਖੂਬਸੂਰਤ ਮੀਡੀਅਮ ਹੈ ਕਿਉਂਕਿ ਇੱਥੇ ਨਾ ਸਿਰਫ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਬਾਕੀ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਂਦੇ ਨੇ। ਦਿਸ ਮੀਡੀਅਮ ਇਜ਼ ਦੀ ਬਿਊਟੀਫੁਲ ਮੀਡੀਅਮ, ਇਹ ਬਹੁਤ ਹੀ ਪਿਆਰਾ ਤਰੀਕਾ ਹੈ ਲੋਕਾਂ ਨੂੰ
ਗੁਰਮਤ ਦੇ ਬਾਰੇ ਅਵੇਅਰ ਕਰਨ ਦਾ ਜੀ ਵੀ ਜੀ ਰਾਈਟ ਅਸੀਂ ਜਿਹੜਾ ਲਿੰਕ ਔਰ ਲਿਖਤੀ ਰੂਪ ਵਿੱਚ ਭੇਜਦੇ ਹਾਂ ਉਹ ਬੇਨਤੀ ਹੈ ਸਾਰੇ ਵੀਰਾਂ ਨੂੰ ਅੱਗੇ ਜ਼ਿਆਦਾ ਤੋਂ ਜ਼ਿਆਦਾ ਸੰਗਤ ਨੂੰ ਭੇਜੋ ਔਰ ਜੋੜੋ ਜੀ ਮਨਜੀਤ ਵੀ ਤੁਹਾਡਾ ਤੁਹਾਡਾ ਕੋਈ ਹੈਗਾ ਥੈਂਕਸ ਅਲੋਟ ਵੀ ਜੀ ਮਨਜੀਤ ਵੀ ਜੀ ਤੁਹਾਡਾ ਕੋਈ ਹੈਗਾ ਅੱਜ ਸਵਾਲ ਕਰ ਲਓ ਕੱਲ ਅਸੀਂ ਵਿਚਾਰ ਕਰ ਲਾਂਗੇ ਸ਼ਾਰਟ ਵਿੱਚ ਲੇਕਿਨ ਵੀ ਜੀ ਬੇਨਤੀ ਹੈ ਇੱਕ ਮੇਰੀ ਜੀ ਇੱਕ ਮੇਰੀ ਰਿਕੁਐਸਟ ਮੇਰੇ ਤੋਂ ਸਵਾਲ ਇੱਕੋ ਹੀ ਹੈਗਾ ਅੱਜ ਵੀਰ ਜੀ ਨੂੰ ਪਹਿਲਾਂ ਸੁਣੋ ਮਨਜੀਤ ਵੀ ਜੀ ਬੋਲਿਓ ਉਹਨਾਂ ਨੂੰ ਪਹਿਲਾਂ ਸੁਣ ਲੋਕੋ ਜੋ ਹੈਂਡ ਰੇਜ਼ ਕਰ ਰਹੇ ਨੇ ਪਹਿਲਾਂ ਉਹਨਾਂ ਨੂੰ ਸੁਣ ਲੋ ਵੀਰ ਜੀ ਅੱਜ ਤੁਹਾਡੀ ਬਾਰੀ ਚਾਹ ਰਹੇ ਨੇ ਤੁਹਾਡੀ ਬਾਰੀ ਆਵਾਜ਼ ਆਈ ਸੀ ਦੇਖੋ ਕੌਣ ਨੇ ਮੈਂ ਵੀਰ ਜੀ ਬਸ ਇੱਕ ਇਹੀ ਮੇਰੀ ਰਿਕੁਐਸਟ ਹੈਗੀ ਸੀ ਅੱਜ ਇੱਕ ਅਖੰਡ ਪਾਠਾਂ ਦੇ ਬਾਰੇ ਸਟਾਰਟ ਹੋਇਆ ਸੀ ਅਖੰਡ ਪਾਠ ਸਾਹਿਬ ਦਾ ਜਿਹੜਾ ਇੱਕ ਕਨਸੈਪਟ ਪਤਾ ਨੀ ਸਿੱਖਾਂ ਦੇ ਵਿੱਚ ਕਿਸ ਤਰ੍ਹਾਂ ਆ ਗਿਆ ਉਹਦੇ ਬਾਰੇ ਥੋੜੀ ਬਾਤਚੀਤ ਹੋ ਰਹੀ ਸੀਗੀ ਪਰ ਉਹ ਥੋੜੀ ਡਾਇਵਰਟ ਹੋ ਗਿਆ ਹੈ ਰਾਈਟ ਰਾਈਟ ਠੀਕ ਹੈ ਜੀ ਗੁੱਡੀ ਜੀ ਵਗੈਰਾ ਆ ਗਿਆ ਰਾਈਟ ਰਾਈਟ ਗੁੱਡੀ ਜੀ ਅਖੰਡ ਪਾਠਾਂ ਦੇ ਉੱਤੇ ਮੈਂ ਥੋੜੀ ਜੀ ਬਾਤਚੀਤ ਜ਼ਰੂਰ ਕਰਾਂ ਜੀ ਰਾਈਟ ਗੁਰਪ੍ਰੀਤ ਵੀ ਜੀ ਕੱਲ ਇਸ ਤੇ ਬਾਬਤ ਵੀ ਜੀ ਇੱਕ ਚੇਤੇ ਰੱਖਾਂਗੇ ਇਸ ਬਾਬਤ ਵੀ ਵਿਚਾਰ ਕਰਨੀ ਹੈ ਪੰਫਲੇਟ ਹੈਗਾ ਮੇਰੇ ਕੋਲ ਦਾ ਅਗਰ ਮੈਂ ਉਹਦੇ ਬਾਰੇ ਗੱਲ ਬੋਲ ਕਰਾਂ ਉਹ ਗੁੜ ਗੁੜ ਪਾਠ ਪਤਾ ਨੀ ਭੂੰਡ ਪਾਠ ਪਤਾ ਨੀ ਕਿਤਨੇ ਤਰ੍ਹਾਂ ਦੇ ਪਾਠ ਜੀ ਵੀ ਜੀ ਕੱਲ ਸਿੰਘੀ ਪਾਠ ਕੋਈਆ ਸਿੰਘੀ ਪਾਠ 11 ਸਿੱਖੀ ਪਾਠ ਔਰ ਇੱਕ ਹੋਰ ਨਵੀਂ ਵੀ ਜੀ ਮੈਂ ਇੱਕ ਹੋਰ ਸੀ ਸ਼ੇਅਰ ਕਰਨਾ ਚਾਹਾਂਗਾ ਗੁਰਪ੍ਰੀਤ ਜੀ ਤੁਸੀਂ ਗੁਰਪ੍ਰੀਤ ਜੀ ਬੇਨਤੀ ਤੁਸੀਂ ਕੱਲ ਪਲੀਜ਼ ਰੱਖਿਓ ਪਹਿਲਾ ਦੂਜੇ ਤੀਜੇ ਨੰਬਰ ਤੇ ਤੁਹਾਡਾ ਕੁਐਸਚਨ ਆ ਜਾਏਗਾ ਖੁੱਲ ਕੇ ਵਿਚਾਰ ਕਰ ਲਾਂਗੇ ਜੀ ਜੀ ਮਨਜੀਤ ਜੀ ਪਲੀਜ਼ ਆਪਣਾ ਕੁਐਸਚਨ ਸ਼ਾਰਟ ਵਿੱਚ ਕਰ ਲਿਓ ਸਮਾਂ ਬਹੁਤ ਹੋ ਗਿਆ ਹੈ ਮੈਨੂੰ ਪਰਸਨਲ ਮੈਸੇਜ ਵੀ ਸਭ ਦਾ ਆ ਰਿਹਾ ਕਿ ਕਿਸੇ ਦਾ ਛੱਡਣ ਦਾ ਦਿਲ ਨਹੀਂ ਕਰ ਰਿਹਾ ਜੀ ਵੀ ਹਾਂ ਜੀ ਹਾਂ ਜੀ ਨਹੀਂ ਠੀਕ ਹੈ ਪਰ ਵੀਰ ਜੀ ਤੁਹਾਡਾ ਕਨਸੈਪਟ ਹੀ ਬੜਾ ਕਮਾਲ ਹੈ ਐ ਤਾਂ ਬਹੁਤ ਤੁਸੀਂ ਲੋਕਡਾਊਨ ਸੜਾ ਮਤਲਬ ਕੀ ਕਰ ਰਹੇ ਹੋ ਜੀ ਅਸੀਂ ਅਸੀਂ ਜ਼ੂਮ ਦਾ ਥੈਂਕਸ ਕਰਦੇ ਹਾਂ ਤੇ ਮੇਨ ਸਬੀ ਵੀ ਜੀ ਦਾ ਥੈਂਕਸ ਕਰਦੇ ਹਾਂ ਉਸ ਤੋਂ ਬਾਅਦ ਸੁਖਵਿੰਦਰ ਵੀ ਜੀ ਔਰ ਅਰਵਿੰਦਰ ਵੀ ਜੀ ਦਾ ਜਿਹੜਾ ਸਮਾਂ ਕੱਢ ਕੇ ਸਾਨੂੰ ਦੇ ਰਹੇ ਨੇ ਸਾਡਾ ਲੋਕਡਾਊਨ ਸਫਲ ਹੋ ਗਿਆ ਮੈਂ ਤੇ ਕਹਾਂਗਾ ਵੀਰ ਜੀ 100% ਇਸ ਤੋਂ ਬਾਅਦ ਅਸੀਂ ਦੁਬਾਰਾ ਨਹੀਂ ਮਿਲਦੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਜਿਹੜੇ ਕਨਸੈਪਟ ਦੀ ਗੱਲ ਕਰ ਰਹੇ ਹੋ ਅਸੀਂ ਦਿੱਲੀ ਰਜਿੰਦਰ ਆਪਣਾ ਲੋਰੈਂਸ ਰੋਡ ਗੁਰਦੁਆਰਾ ਸਾਹਿਬ ਵਿੱਚ ਇਹ ਕਨਸੈਪਟ ਅਸੀਂ ਪ੍ਰੈਕਟੀਕਲੀ ਲਾਗੂ ਕੀਤਾ ਸੀਗਾ ਜਪਜੀ ਸਾਹਿਬ ਦੀ ਵਿਆਖਿਆ ਹੋਈ ਸੀ ਸੰਗਤ ਨੂੰ ਮਾਈਕ ਦਿੱਤਾ ਜਾਂਦਾ ਸੀਗਾ ਕਿ ਜਿਹੜਾ ਵਿਆਖਿਆਕਾਰ ਹੈ ਕਥਾ ਵਾਚਕ ਹੈ ਵਿਚਾਰ ਸ਼ੁਰੂ ਕਰਦਾ ਸੀ ਸੰਗਤ ਨੂੰ ਅਥਾਰਟੀ ਸੀ ਵਿੱਚ ਰੋਕ ਕੇ ਕੋਈ ਵੀ ਸਵਾਲ ਜਵਾਬ ਕਰ ਸਕਦੀ ਹੈਗੀ ਇਹ ਕੰਸੈਪਟ ਅਸੀਂ ਪ੍ਰੈਕਟੀਕਲੀ ਉੱਤੇ ਕਈ ਮਹੀਨੇ ਪਾਠ ਹੁੰਦਾ ਰਿਹਾ ਜਪਜੀ ਸਾਹਿਬ ਦਾ ਇਹ ਕੰਸੈਪਟ ਉੱਥੇ ਵੀ ਚੱਲਦਾ ਰਿਹਾ ਤੇ ਉਹੀ ਕੰਸੈਪਟ ਨੂੰ ਅਸੀਂ ਅੱਗੇ ਤੋਰਦੇ ਰਿਹਾ ਜੀ ਮਨਜੀਤ ਵੀਰ ਜੀ ਪਲੀਜ਼ ਆਪਣਾ ਲਾਸਟ ਕੁਐਸਚਨ ਕਰ ਲਓ ਫਿਰ ਅਸੀਂ ਫਤਿਹ ਬੁਲਾ ਲਈਏ ਵੀ ਕੱਲ ਕਰਨਾ ਅਗਰ ਤੁਸੀਂ ਇਜਾਜ਼ਤ ਦਿਓ ਤੇ ਕੱਲ ਹੀ ਕਰ ਲਾਂਗੇ ਹਾਂ ਜੀ ਨਹੀਂ ਬਿਲਕੁਲ ਸ਼ਾਰਟ ਹੈ ਜੀ ਮੇਰਾ ਇੱਕੋ ਸਵਾਲ ਜੀ ਜਿਹੜੇ ਬੱਚੇ ਬਹੁਤ ਛੋਟੀ ਉਮਰ ਵਿੱਚ ਹੀ ਅੱਛੀ ਬਾਣੀ ਜਿਹੜਾ ਕੰਠ ਕਰ ਲੈਂਦੇ ਨੇ ਜਾਂ ਬੜੀ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ ਬਹੁਤੀ ਛੋਟੀ ਉਮਰ ਹੁੰਦੀ ਹੈ ਤੇ ਕੇ ਉਹਨਾਂ ਦੇ ਮਾਂ ਪਿਓ ਬਾਣੀ ਪੜ੍ਹਦੇ ਹੁੰਦੇ ਨੇ ਉਸ ਟਾਈਮ ਤੋਂ ਜਦੋਂ ਉਹ ਪੇਟ ਵਿੱਚ ਹੁੰਦੇ ਨੇ ਜਾਂ ਕਿ ਇਹਨਾਂ ਨੂੰ ਮਤਲਬ ਗੋਡ ਗਿਫਟ ਹੁੰਦੀ ਹੈ ਇਸ ਤੇ ਜਰਾ ਥੋੜੀ ਖੁੱਲ ਕੇ ਵਿਚਾਰ ਕਰਨੀ ਪਲੀਜ਼ ਜੀ ਵੀ ਜੀ ਕੱਲ ਸ਼ਾਇਦ ਚੌਥੇ ਨੰਬਰ ਤੇ ਪਹਿਲਾ ਦੂਜਾ ਤੀਜੇ ਨੰਬਰ ਤੇ ਤੁਹਾਡੇ ਵੀ ਜੀ ਇਸ ਸਵਾਲ ਦਾ ਵਿਚਾਰ ਬਿਲਕੁਲ ਕੀਤੀ ਜਾਏਗੀ ਵੀ ਜੀ ਕੱਲ ਤੁਸੀਂ ਇੱਕ ਵਾਰੀ ਵੀ ਜੀ ਥਰਡ ਨੰਬਰ ਤੇ ਆ ਕੇ ਚੇਤੇ ਕਰਾ ਦੇਣਾ ਵੀ ਜੀ ਤੇਜਿੰਦਰ ਵੀਰ ਜੀ ਜੀ ਵੀ ਜੀ ਜੀ ਹੁਕਮ ਹੁਕਮ ਜੀ ਸੁਖਿੰਦਰ ਵੀ ਜੀ ਵੀ ਜੀ ਆਪਾਂ ਨਾ ਸ਼ਬਦ ਦੀ ਵਿਚਾਰ ਸਿਰਫ ਦੋ ਤਿੰਨ ਪਦੇ ਕਰਦੇ ਆ ਤੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਆਪਾਂ ਉਹ ਵਧਾਈਏ ਥੋੜਾ ਜਿਹਾ ਡੇਢ ਘੰਟਾ ਸ਼ਬਦ ਦੀ ਵਿਚਾਰ ਅੱਧਾ ਘੰਟਾ ਕੁਐਸਚਨ ਆਨਸਰ ਗੁਰਬਾਣੀ ਪੜ੍ਹਦੇ ਜਾਵਾਂਗੇ ਨਾ ਸਾਡੇ ਸਾਰੇ ਸਵਾਲਾਂ ਦੇ ਜਵਾਬ ਖਤਮ ਹੋ ਜਾਣਗੇ ਅਗਰ ਸੰਗਤ ਪ੍ਰਵਾਨ ਕਰੇ ਤੇ ਜਿਵੇਂ ਬੀਜੀ ਕਹਿ ਰਹੇ ਨੇ ਰਵਿੰਦਰ ਵੀ ਜੀ ਕਹਿ ਰਹੇ ਨੇ ਕਿ ਗਿਵ ਮੋਰ ਟਾਈਮ ਫਾਰ ਕੁਐਸਚਨ ਆਨਸਰ ਵੀ ਜੀ ਹੁਣ ਕੀ ਕਰੀਏ ਤੁਸੀਂ ਅੱਜ ਦੇਖੋ ਸਿਰਫ ਤਿੰਨ ਪਦੇ ਹੋਏ ਆ ਵੀ ਜੀ ਆਪਣੇ ਨਾ
ਗੁਰਬਾਣੀ ਜਿਹੜੀ ਹੈ ਨਾ ਸਾਡੇ ਸਵਾਲਾਂ ਦੇ ਜਵਾਬ ਆਪੇ ਦੇ ਜਾਂਦੀ ਆਪੇ ਦਿੰਦੀ ਹੈ ਸਾਨੂੰ ਜਿਹੜੇ ਸਵਾਲ ਗੁਰਬਾਣੀ ਹਰਵਿੰਦਰ ਅੰਕਲ ਤੁਸੀਂ ਐਗਰੀ ਕਰਦੇ ਹੋ ਇਸ ਗੱਲ ਤੋਂ ਤੇ ਅੱਗੇ ਤੋਰੀ ਹੈ ਰਵਿੰਦਰ ਬੀਜੀ ਦੀ ਵੈਰੀ ਗੁਡ ਮੈਂ ਅਸੈਪਟ ਕਰਦਾ ਉਹ ਬੇਨਤੀ ਉਹ ਕਹਿ ਰਹੇ ਦਿਸ ਇਜ਼ ਦਾ ਓਨਲੀ ਫਾਰਮ ਵੇਅਰ ਕੁਐਸਚਨ ਆਨਸਰ ਆਰ ਅਲਾਊਡ ਡੇਢ ਘੰਟਾ ਅਸੀਂ ਦਸ ਚਾਲੀ ਤੋਂ ਬਾਰਾਂ ਦਸ ਤੱਕ ਗੁਰਮਤ ਵਿਚਾਰ 12:10 ਤੋਂ 1 ਵਜੇ ਤੱਕ ਸਾਡੇ ਕੁਐਸਚਨ ਆਨਸਰ ਰਾਈਟ ਸੁਖਵਿੰਦਰ ਬੀਜੀ ਠੀਕ ਹੈ ਬੀਜੀ ਤੇ ਬੀਜੀ ਸਾਰਿਆਂ ਨੂੰ ਫਤਿਹ ਕੱਲ ਜਿਨ੍ਹਾਂ ਨੇ ਕੁਐਸਚਨ ਕੀਤੇ ਸਨ ਉਹ ਪਹਿਲੇ ਪਲੀਜ਼ ਫਸਟ ਸੈਕਿੰਡ ਥਰਡ ਹਿਸਾਬ ਨਾਲ ਕੁਐਸਚਨ ਕਰ ਲੈਣਗੇ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬੀਜੀ ਜਿਹੜਾ ਉੱਪਰ ਰਿਕਾਰਡਿੰਗ ਵੱਲ ਆ ਰਿਹਾ ਸੀ ਸਾਰਿਆਂ ਦੀ ਰਿਕਾਰਡਿੰਗ ਹੋ ਰਹੀ ਹੈ ਲੇਕਿਨ ਮੈਂ ਕਰ ਰਿਹਾ ਮੈਂ ਰੋਕਤੀ ਹੈ